ਜਿਹੜੇ ਨਾ ਪਰਮਾਤਮਾ ਦੀ ਗੱਲ ਕਰਦੇ ਆ, ਰੱਬ ਦੀ ਗੱਲ ਕਰਦੇ ਆ, ਹਾਂਜੀ, ਹਨਾ, ਰੱਬ ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਵੇ, ਠੀਕ ਹੈ ਜੀ, ਠੀਕ ਆ, ਕਿਸੇ ਵੀ ਮਨੌਤ ਦਾ ਹੋਵੇ, ਉਹ ਕਿਸੇ ਵੀ ਤਰ੍ਹਾਂ ਦਾ ਹੋਵੇ, ਜਿਹੜਾ ਨਾ ਆਤਮਾ ਦਾ ਸੰਕਲਪ ਆ, ਜਿਹੜਾ ਜੰਮਣ ਮਰਨ ਦਾ, ਅਗਲੇ ਪਿਛਲੇ ਜਨਮ ਦਾ, ਸਵਰਗ ਨਰਕ ਦਾ, ਹਾਂਜੀ, ਜੇ ਉਹ ਨਹੀਂ ਹੈਗਾ, ਹਾਂਜੀ, ਤੇ ਪਰਮਾਤਮਾ ਦੇ, ਰੱਬ ਦੇ ਕੋਈ ਅਰਥ ਨਹੀਂ, ਠੀਕ ਆ, ਹਾਂਜੀ, ਸਾਡਿਆਂ ਨੂੰ ਭੁਲੇਖਾ ਹੀ ਇੱਥੋਂ ਪਿਆ, ਠੀਕ ਹੈ, ਜਾਗਰੂਕ ਲਾਣੇ ਨੂੰ, ਹਾਂਜੀ, ਠੀਕ ਆ, ਉਹ ਇੱਥੇ ਤੱਕ ਤਾਂ ਚੱਲ ਗਏ ਤੇ ਸਿੱਖ ਧਰਮ ਚ ਜੰਮਣ ਮਰਨ ਨਹੀਂ ਹੈਗਾ, ਹਾਲਾਂਕਿ ਲੁਧਿਆਣੇ ਵਾਲਾ ਮਿਸ਼ਨਰੀ ਕਾਲਜ ਦਾ ਪੰਥਪ੍ਰੀਤ ਹੋਣੀ ਆ, ਉਹ ਤਾਂ ਮੰਨਦੇ ਆ, ਹਾਂਜੀ, ਲੁਧਿਆਣੇ ਵਾਲਾ ਮਿਸ਼ਨਰੀ ਕਾਲਜ ਵੀ ਮੰਨਦਾ ਆ, ਉਹਨਾਂ ਦਾ ਸਾਰਾ ਲਿਟਰੇਚਰ ਇਸੇ ਗੱਲਾਂ ਭਰਿਆ ਪਿਆ, ਠੀਕ ਹੈ ਜੀ, ਉਹ ਗੁਰਬਾਣੀ ਦੇ ਜਿਹੜੇ ਕਰਮਾਂ ਦੀ ਗੱਲ ਆ, ਜਾਣੀ ਸਿਦਕੀ ਹੋਰਾਂ ਨੇ ਇਸ ਗੱਲ ਤੋਂ, ਮਹਿੰਦਰ ਸਿੰਘ ਜੋਸ਼ ਵੀ ਇੱਦਾਂ ਇਸ ਗੱਲ ਤੋਂ ਕਲੀਅਰ ਸੀਗੇ, ਜਾਣੀ, ਠੀਕ ਹੈ ਜੀ, ਠੀਕ ਹੈ, ਹਾਂਜੀ, ਪਰ ਸ਼ਾਇਦ ਉਹ ਰੱਬ ਤੋਂ, ਰੱਬ ਵਾਲੇ ਤੋਂ ਇੱਦਾਂ ਥੋੜਾ ਜਿਹਾ, ਠੀਕ ਹੈ, ਹਾਂਜੀ, ਸਿਦਕੀ ਹੋਣਾ ਨੇ ਸਟੈਂਡ ਲਿਆ ਸੀ ਇਸ ਗੱਲ ਦੇ ਉੱਤੇ, ਠੀਕ ਹੈ ਜੀ, ਠੀਕ ਹੈ, ਤਾਂ ਉਹ ਨਹੀਂ, ਉਹ ਕਾਲਜ ਜਿਹੜਾ ਇਹ ਜਿਹੜੇ ਹੁਣ ਇਹ ਚੀਮੇ ਹੋਣਾ ਕਰਕੇ, ਚੀਮਾ ਆ, ਗੁਰਸ਼ਨ ਚੀਮਾ, ਹਾਂਜੀ, ਗੁਰਜੰਟ ਸਿੰਘ ਰੂਪੋ ਵਾਲੀ, ਹਾਂਜੀ, ਹਨਾ, ਹਾਂਜੀ, ਇਹ ਸਭ ਤੋਂ ਨੀਵੇਂ ਗਿਰੇ ਆ ਇਹ, ਕਿਉਂਕਿ ਪੱਧਰ ਹੈ ਨਹੀਂ ਇਹਨਾਂ, ਹਾਂਜੀ, ਇਹ ਤਬਕਾ ਜਿਹੜਾ ਗਿਆ ਨਾ, ਜੇ ਦਦੇਹਰ, ਹਾਂਜੀ, ਧੁੰਦਾ, ਹਾਂਜੀ, ਇਹ ਸਮਝਦੇ ਸੀ, ਗਿਆਨੀ ਗੁਰਬਚਨ ਸਿੰਘ ਉਹ ਕਾਲਜ ਦੇ ਪੜ੍ਹਿਓ ਨਹੀਂ ਹੈਗੇ, ਹਾਂਜੀ, ਨਾ ਉੱਥੇ, ਉਹ ਤਾਂ ਪਹਿਲਾਂ, ਠੀਕ ਹੈ ਜੀ, ਪੜ੍ਹਿਓ ਤਾਂ ਉਹ ਮਿਸ਼ਨੀ ਕਾਲਜ, ਜਿਹੜਾ ਸ਼ਹੀਦ ਸਿੱਖ ਮਿਸ਼ਨੀ ਕਾਲਜ ਆ, ਠੀਕ ਹੈ ਜੀ, ਉੱਥੇ ਦੇ ਪੜ੍ਹੇ ਹੋ, ਹਾਂਜੀ, ਇੱਥੇ ਪੜ੍ਹਾਇਆ ਵੀ ਨਹੀਂ ਬਹੁਤਾ, ਠੀਕ ਹੈ ਜੀ, ਘੱਗਾ ਜੀ ਨੇ ਵੀ ਇੱਥੇ ਪੜ੍ਹਾਇਆ ਨਹੀਂ ਬਹੁਤਾ, ਘੱਗਾ ਜੀ ਵੀ ਮਿਸ਼ਨੀ ਪੜ੍ਹੇ ਨਹੀਂ, ਉਹ ਤਾਂ ਉਹਨਾਂ ਦੀ ਕਾਮਨ ਸੈਂਸ ਚੋਂ ਨਿਕਲਿਆ, ਹਾਂਜੀ, ਠੀਕ ਹੈ ਜੀ, ਠੀਕ ਹੈ, ਤੇ ਇਹ ਜਿਹੜੇ ਨਵੇਂ ਉੱਠੇ ਆ ਨਾ, ਇੱਦਾਂ, ਹਾਂਜੀ, ਪਹਿਲਾਂ ਪਿਛੜੇ ਹੋ ਸੀਗੇ ਇਹ, ਹਾਂਜੀ, ਹੁਣ ਜਦੋਂ ਧੁੰਦੇ ਹੁਣੀ ਇੱਦਾਂ ਦਰਕਾਰ ਹੋ ਗਏ ਸਾਰੇ ਪਾਸਿਓਂ, ਇਹ ਹੱਥ ਪੈਰ ਮਾਰਨ ਲੱਗੇ, ਠੀਕ ਹੈ ਜੀ, ਨਹੀਂ ਤਾਂ ਇਹਨਾਂ ਦਾ ਗਰੁੱਪ ਬਹੁਤ ਵਧੀਆ ਸੀ ਧੁੰਦੇ ਹੁਣਾਂ ਦਾ, ਠੀਕ ਹੈ, ਦੇਹਰ ਦਾ ਇਹਦਾ, ਹਾਂਜੀ, ਇੱਦਾਂ ਇਹਨੀ ਬਾਕੀਆਂ ਨੂੰ ਪਰੇ ਰੱਖਿਆ ਸੀ, ਠੀਕ ਹੈ ਜੀ, ਤੇ ਹੁਣ ਹੱਥ ਪੈਰ ਮਾਰਦਿਆਂ ਨੇ ਇਹਨਾਂ ਨੂੰ ਸਮਝ ਨਹੀਂ ਆਈ ਵੀ ਕਿਹਨੂੰ ਪਿੱਛੇ ਸਿੱਟੀਏ, ਕਿਹਨੂੰ ਅੱਗੇ ਕਰੀਏ, ਸਟੂਡੈਂਟ ਥੱਲਿਓ ਨਿਕਲ ਲੱਗ ਪਏ, ਹਾਂਜੀ, ਉੱਠ ਕੇ ਬਾਗੀ ਹੋਣ ਲੱਗ ਪਏ, ਉਹਨਾਂ ਨੂੰ ਬਚਾਉਂਦਿਆਂ ਬਚਾਉਂਦਿਆਂ ਨੇ, ਆਪਣੀ ਪੱਗ ਬਚਾਉਂਦਿਆਂ ਬਚਾਉਂਦਿਆਂ ਨੇ, ਇੱਦਾਂ ਹੁਣ ਆਪ ਧੁੰਦਾ ਸਮਝਦਾ ਆ, ਆਪ, ਹਾਂਜੀ, ਦਦੇਹਰ ਵੀ ਸਮਝਦਾ ਆ, ਠੀਕ ਹੈ ਜੀ, ਠੀਕ ਹੈ, ਪਰ ਹੁਣ ਪੰਗਾ ਪੈ ਗਿਆ ਵੀ ਜੇ ਉਹ ਗੱਲਾਂ ਕਹਿੰਦੇ ਆ ਜਿਹੜੀਆਂ ਸਿਦਕੀ ਹੁਣੀ ਇਹਨਾਂ ਨੂੰ ਪੜ੍ਹਾਉਂਦੇ ਸੀ, ਹਾਂਜੀ, ਜਿਹੜੀ ਅਸਲ ਚ ਕਾਲਜ ਦੀ ਆਈਡੀਓਲੋਜੀ ਸੀ, ਹਾਂਜੀ, ਜੇ ਉਹ ਕਹਿੰਦੇ ਆ ਤੇ ਇਹਨਾਂ ਤੋਂ ਪਹਿਲੀ ਗੱਲ ਤਾਂ ਢੱਡਰੀਆਂ ਵਾਲਿਆਂ ਜਿੰਨੀ ਵਧੀਆ ਤਰੀਕੇ ਨਾਲ ਉਹ ਗੱਲ ਡਿਲੀਵਰ ਨਹੀਂ ਹੋ ਰਹੀ, ਹਾਂਜੀ, ਠੀਕ ਹੈ, ਤੇ ਜਿੱਦਾਂ ਦੀ ਇਹਨੇ ਕਰਨੀ ਆ ਉਹ ਦੇਖਣ ਵਾਲਿਆਂ ਨੂੰ ਇਹ ਲੱਗਣੀ ਆ ਵੀ ਇਹ ਢੱਡਰੀਆਂ ਵਾਲਿਆਂ ਦੀ ਨਕਲ ਕਰਦੇ ਆ, ਉਹਨਾਂ ਦੇ ਮਗਰ ਲੱਗ ਗਏ, ਹੁਣ ਇਹਨੀ ਸਹੁੰ ਖਾਧੀ ਹੋਵਾ ਵੀ ਜੋ ਮਰਜ਼ੀ ਹੋਵੇ ਇੱਦਾਂ ਦੀ ਗੱਲ ਨਹੀਂ ਕਰਨੀ, ਜਿਹੜੀ ਦੇਖਣ ਵਾਲਾ ਕਹੇ ਵੀ ਉਹਨਾਂ ਵਾਲੀ ਆ, ਉਹਨੂੰ ਗਲਤ ਸਾਬਤ ਕਰਨ ਲਈ ਸਾਰਾ ਜ਼ੋਰ ਲਾਉਣਾ, ਤੇ ਇਸੇ ਕਰਕੇ ਇਹਨਾਂ ਨੇ ਗੁਰਸ਼ਰਨ ਵਰਗਿਆਂ ਨੂੰ, ਦੂਜੇ ਮੁੰਡੇ ਜਿਹੜੇ ਆ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਮੋਹਰੇ ਹੋਣ ਦੀ, ਨਹੀਂ ਤਾਂ ਗੁਰਸ਼ਰਨ ਦੀ ਕਾ ਥੋੜਾ ਸੀ ਵੀ ਕਾਲਜ ਦਾ ਨੁਮਾਇੰਦਾ ਬਣ ਕੇ ਉਹ ਟੀਵੀ ਦੇ ਉੱਤੇ ਜਾ ਕੇ ਬਹਿ ਕੇ ਇਹਨਾਂ ਦੀ ਪੱਗ ਰੋਲ ਕੇ ਆਉਂਦਾ, ਹੁਣ ਇਹ ਧੁੰਦਾ ਵੀ ਅਕਸਰ ਇੱਕ ਗੱਲ ਤਾਂ ਮੰਨਣੀ ਪਊਗੀ ਨਾ ਵੀ ਇਹਨਾਂ ਤਾਂ ਦਦੇਹਰ ਨੇ 18-20 ਸਾਲ ਮਿਹਨਤ ਕੀਤੀ ਆ, ਯਾਨੀ ਇਸ ਮੁਕਾਮ ਤੇ ਪਹੁੰਚ ਗਏ ਸੀ ਵੀ ਇਹਨਾਂ ਕਰਕੇ ਕਾਲਜ ਦਾ ਨਾਂ ਲੋਕ ਜਾਣਨ ਲੱਗੇ, ਹਾਂਜੀ, ਹਾਲਾਂਕਿ ਇਹਨਾਂ ਨੂੰ ਪਤਾ ਹੈ, ਹੁਣ ਧੁੰਦੇ ਨੂੰ ਪਤਾ ਆ ਇਹ ਜੋ ਮਰਜ਼ੀ ਹੋ ਜਾਏ ਸਿਦਕੀ ਹੁਣਾਂ ਦਾ ਦੇਣ ਨਹੀਂ ਦੇ ਸਕਦਾ, ਮਿਹਨਤ ਤਾਂ ਕੀਤੀ ਹੈ ਇਹਨੇ, ਹਾਂਜੀ, ਠੀਕ ਹੈ, ਪਰ ਉਹ ਮਿਹਨਤ ਤੋਂ ਬਾਅਦ ਵੀ ਜਿਹੜਾ ਸਿਖਾਉਣੇ ਵਾਲਾ ਹੁੰਦਾ, ਜਿਹੜਾ ਦੱਸਣੇ ਵਾਲਾ ਹੁੰਦਾ, ਉਹ ਤੇ ਡਿਪੈਂਡ ਕਰਦਾ ਹੁੰਦਾ, ਹੁਣ ਦਿਮਾਗ ਸੀਗਾ ਇਹ ਤੇ ਕੋਈ ਗੱਲ ਪਕੜ ਚਾਹੁੰਦੀ ਸੀ, ਜਿਹੜੇ ਵੀ ਸ਼ਬਦ ਦੀ ਗੱਲ ਕਰਦਾ ਸੀ, ਹਨਾ, ਗੱਲ ਪਕੜ ਚਾਹੁੰਦੀ ਸੀ, ਉਹ ਦੱਸ ਦਿੰਦੇ ਸੀ, ਹੁਣ ਨਹੀਂ ਤਾਂ ਅਗਲਾ ਦਾ ਕੋਈ ਵੀ ਉਸਤਾਦ ਹੋਵੇ ਸਾਰੀ ਗੱਲ ਨਹੀਂ ਦੱਸਦਾ ਹੁੰਦਾ, ਚਲੰਤ ਜੀ ਇਹ ਵੀ ਕਿਹੜੇ ਦੱਸਦੇ ਮੁੰਡੇ, ਚਲੰਤ ਜੇ ਕਰਕੇ ਗਾਹ ਤੋੜ ਦਿੰਦੇ, ਆਪਣਾ ਧਿਆਨ ਉਧਰ ਹੁੰਦਾ, ਹਾਂਜੀ, ਠੀਕ ਹੈ, ਪਰ ਸਿਦਕੀ ਹੁਣ ਇੱਦਾਂ ਨਹੀਂ ਸੀ, ਉਹ ਤਾਂ ਜੜੀ ਪੱਤ ਬਹਿ ਜਾਂਦੇ ਸੀ ਅਗਲੇ, ਹੁਣ ਜਿੰਨੀ ਮਿਹਨਤ ਹੋਈ ਉਹ ਆ ਸਾਰੀ ਤੇ ਪਾਣੀ ਫੇਰ ਲਿਆ, ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਗਾਹਾਂ ਸ਼ਾਖ ਕਿੱਦਾਂ ਬਚਾਉਣੀ ਤੁਸੀਂ ਆਪਣੀ, ਠੀਕ ਹੈ, ਹੁਣ ਉਹ ਬੜੀ ਜ਼ਰੂਰੀ ਆ ਵੀ ਜਿਹੜਾ ਆਤਮਾ ਦਾ ਸੰਕਲਪ ਆ ਨਾ, ਹਾਂਜੀ, ਜੇ ਉਹਨੂੰ ਤੁਸੀਂ ਨਕਾਰ ਰਹੇ ਆ ਤੇ ਰੱਬ ਨੂੰ ਲਿਆ ਕੇ ਵਿੱਚ ਖੜਾ ਕਰ ਰਹੇ ਆ ਤੇ ਸਤਿਆਨਾਸ਼, ਸਤਿਆ ਇਹ ਪੈਕੇਜ ਆ, ਪੈਕੇਜ ਲੈਣਾ ਪੈਣਾ ਤੁਹਾਨੂੰ, ਇਹ ਖੁੰਝ ਗਿਆ ਉੱਥੇ, ਠੀਕ ਹੈ, 107 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ, ਸਤਿ ਸ੍ਰੀ ਅਕਾਲ, ਹਾਂਜੀ ਹਾਂਜੀ, ਬਹੁਤ ਵਧੀਆ, ਹਾਂਜੀ, ਓਹੋ ਮੈਨੂੰ ਦੱਸਣ ਦਾ ਚੇਤਾ ਭੁੱਲ ਗਿਆ ਅਸੀਂ ਅੱਜ ਸਟੂਡੀਓ ਚੋਂ ਨਹੀਂ ਬੋਲ ਰਹੇ,
ਨੈਟਵਰਕ ਚੈੱਕ ਕਰ ਕੰਜਰ ਦੇ ਮੈਨੂੰ ਲੈ ਇੱਥੇ ਨੂੰ ਕੇ ਤੁਸੀਂ ਨੈਟਵਰਕ ਹੀ ਨਹੀਂ ਮੈਂ ਪ੍ਰੋਗਰਾਮ ਕਿੱਦਾਂ ਕਰੂੰਗਾ ਫੇਸਬੁੱਕ ਤੇ ਮੈਂ ਖਬਰ ਪੜ੍ਹੀ ਸੀ ਤੁਹਾਡਾ ਐਕਸੀਡੈਂਟ ਹੋ ਗਿਆ ਮੈਂ ਕਿਹਾ ਐਕਸੀਡੈਂਟ ਨੀ ਹੋਇਆ ਵੀਰੇ ਡੈਥ ਹੋ ਗਈ ਮੇਰੀ ਉਹ ਕਹਿੰਦਾ ਕਹਿੰਦਾ ਅੱਛਾ ਅੱਛਾ ਮੈਂ ਕਿਹਾ ਹਾਂਜੀ ਏਦਾਂ ਫਿਰ ਥੋੜੇ ਸੈਕਿੰਡ ਚੁੱਪ ਰਿਹਾ ਫਿਰ ਕਹਿੰਦਾ ਪਰ ਤੁਸੀਂ ਕਹਿੰਦਾ ਫੋਨ ਤੇ ਗੱਲ ਕਰੀ ਜਾਂਦੇ ਆ ਸੀਰੀਅਸ ਕਾਫੀ ਸੀਰੀਅਸ ਹੋ ਕੇ ਗਏ ਉਹਨੂੰ ਕਹਿੰਦਾ ਕਹਿੰਦਾ ਪਰ ਤੁਸੀਂ ਤਾਂ ਫੋਨ ਤੇ ਗੱਲ ਕਰੀ ਜਾਂਦੇ ਆ ਹਾਂਜੀ ਅਸੀਂ ਕਰ ਲਈ ਆ ਗੱਲ ਬਾਤ ਇੱਦਾਂ ਜਿੱਥੇ ਵੀ ਹੋਈਏ ਨਾ ਅਸੀਂ ਪ੍ਰੋਗਰਾਮ ਕਰ ਲਿਆ ਕਰਨਾ ਬਾਕੀ ਹੋਰ ਨੀ ਸਾਨੂੰ ਕੁਛ ਵੀ ਚਾਹੀਦਾ ਅੱਛਾ ਚਲੋ ਤਾਂ ਫਿਰ ਠੀਕ ਹੈ ਫਿਰ ਇੱਕ ਰਿਕੁਐਸਟ ਤਾਂ ਮੰਨ ਲਓ ਤੁਸੀਂ ਹੁਣ ਉੱਥੇ ਹੈ ਤਾਂ ਗਏ ਜਦੋਂ ਧਰਮਰਾਜ ਕੋਲੇ ਉੱਥੇ ਮਿੰਨਤਦਾਰੀ ਵਾਲੀ ਗੱਲ ਹੈ ਪੰਜ ਚਾਰ ਕੋਠੀਆਂ ਦਾ ਪਵਾ ਦਿਓ ਸਾਡੇ ਵਾਸਤੇ ਹਾਂ ਹਾਂ ਕੰਮ ਵਧੀਆ ਨਾ ਨਾ ਆਪਾਂ ਸਟੂਡੀਓ ਬਣਾਉਣੇ ਵਧੀਆ ਡਾਲਰ ਦੱਸ ਦਿਓ ਨਹੀਂ ਨਹੀਂ ਭਾਜੀ ਦੇਖੋ ਇਮਾਨਦਾਰੀ ਦੀ ਗੱਲ ਹੈ ਹੁਣ ਉੱਥੇ ਪੈਸੇ ਤਾਂ ਕਹਿੰਦੇ ਨਾਲ ਆਉਂਦੇ ਨੀ ਹੈਗੇ ਡਾਲਰ ਦੱਸ ਦਿਓ ਕਿੰਨੇ ਪਾਉਣੇ ਨੇ ਉਹ ਆਪਾਂ ਇੱਥੇ ਥੱਲਿਓ ਕਰ ਆਵਾਂਗੇ ਹਿਸਾਬ ਕਿਤਾਬ ਪਹਿਲਾਂ ਐਡਵਾਂਸ ਚੋ ਬਾਬੇ ਵਾਂਗੂ ਫਿਰ ਤੁਸੀਂ ਤਾਂ ਕਰੋ ਇਹ ਕੰਮ ਤੁਸੀਂ ਤਾਂ ਕਰ ਸਕਦੇ ਹੋ ਨਾ ਨਾ ਉਹਨਾਂ ਨੂੰ ਅਸੀਂ ਇੱਦਾਂ ਕਹਿਣੀ ਆ ਉਹਨਾਂ ਨੂੰ ਕਹਿਣਾ ਵੀ ਜਿਹੜੇ ਨਾ ਯੂਟਿਊਬ ਦੇ ਹੈਗੇ ਆ ਪੈਸੇ ਜਿੰਨੇ ਆਉਂਦੇ ਸਾਰੇ ਤੁਹਾਡੇ ਜਿੰਨੇ ਰੇਡੀਓ ਸੁਣ ਤੋਂ ਜਿੰਨੀ ਰੇਡੀਓ ਰੇਡੀਓ ਤੇ ਪ੍ਰੋਗਰਾਮ ਕਰਨ ਤੋਂ ਜਿੰਨੀ ਕਮਾਈ ਹੋਊਗੀ ਸਾਰੀ ਤੁਹਾਡੀ ਨਹੀਂ ਨਹੀਂ ਕਰਦੇ ਆ ਗੱਲ ਅਗਲਾ ਕਮੈਂਟ ਓਹਦਾ ਆਯਾ ਕਹਿੰਦਾ ਵੀ ਦੱਸ ਤੂੰ ਕਿਹਨੂੰ ਉਕਸਾਇਆ ਵੀ ਓਹਨੇ ਇਹੋ ਜਿਹਾ ਕੀ ਕੀਤਾ ਵੀ ਤੂੰ ਪੂਰਾ ਗੀਤ ਸੁਣਿਆ ਤੂੰ ਪੂਰੇ ਗੀਤ ਦੀ ਛੱਡ ਜਿਹੜੀ ਮੇਨ ਟੈਗ ਲਾਈਨ ਆ ਓਹਦੇ ਚ ਉਹ ਕਲੀਅਰ ਕਰ ਰਹੀ ਹੈ ਵੀ ਹਾਂ ਭਾਈ ਕੋਈ ਨਾ ਕੋਈ ਨੰਬਰ ਲਾ ਜੂਗਾ ਵੀ ਉਹ ਉਕਸਾ ਹੀ ਰਹੀ ਹੈ ਜਿਹੜਾ ਵੀ ਜਜ਼ਬਾਤੀ ਹੋ ਗਿਆ ਓਹਦੇ ਰਾਹ ਤੇ ਤੁਰ ਪਵੇ ਹਨਾ ਅੱਗੇ ਗੁਰਪ੍ਰੀਤ ਹੁੰਦਾ ਸੀ ਕੈਲੀਫੋਰਨੀਆ ਉਦੋਂ ਇਹ ਜੂਨੀਅਰ ਸੀਗਾ ਉਦੋਂ ਹੁਣ ਇੱਕ ਇੱਕ ਉੱਥੇ ਗੱਲ ਸੁਣੋ ਭਾਈ ਜੇ ਨਾ ਜੁਰਤ ਰੱਖਦੇ ਹੋ ਕੁਛ ਕਹਿਣ ਦੀ ਤਾਂ ਅੱਗੇ ਜਵਾਬ ਦੇਣ ਦਾ ਵੀ ਮੈਦਾ ਦਾ ਰੱਖੋ ਕੈਲੀਫੋਰਨੀਆ ਦਾ ਸਾਥੀ ਸੀਗਾ ਜਦੋਂ ਕੈਲੀਫੋਰਨੀਆ ਤਾਂ ਉਹ ਇਕੱਠੇ ਫੜ ਹੋਏ ਸੀਗੇ ਉਹ ਵੀ ਨਿਹੰਗ ਦਾ ਬਾਣਾ ਜਾ ਪਿੱਛੇ ਕੇਸ ਕਟਾ ਲਏ ਸੀ ਉਹਨੇ ਠੀਕਰੀ ਵਾਲਾ ਆਹੋ ਠੀਕਰੀ ਵਾਲਾ ਉਹ ਇੱਕ ਕੀਰਤਨ ਕਰਦੀ ਆ ਬੀਬੀ ਅਮਨਦੀਪ ਕੌਰ ਇਹਨੇ ਬੜੀ ਮਸ਼ਹੂਰ ਕੀਤੀ ਬਹੁਤ ਬੋਲਦੀ ਹੁੰਦੀ ਸੀ ਉਹ ਜਿਹੜੇ ਗਾਲਾਂ ਗੂਲਾਂ ਕੱਢਣ ਵਾਲੇ ਗਰੁੱਪ ਬਣਾਉਂਦੇ ਉਹ ਚ ਮੂਹਰੇ ਹੁੰਦੀ ਸੀ ਤੇ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਇਹ ਠੀਕਰੀ ਵਾਲਾ ਇਹ ਇਕੱਠੇ ਹੀ ਸੀ ਤੇ ਉਹ ਅੱਜ ਕੱਲ ਉਹ ਠੀਕਰੀ ਵਾਲਾ ਕੇਸ ਘਟਾਇਓ ਆ ਘਰੋਂ ਭੱਜਾ ਆ ਤਾਂ ਜਿਹੜੀ ਹੈਗੀ ਆ ਉਹ ਬੀਬੀ ਉਹ ਸਹੇਲੀ ਬਣਾਈ ਉਹ ਆਪਣੇ ਹਾਂ ਜਿਹੜੇ ਨਾ ਇਨਕਲਾਬ ਦੀਆਂ ਇੱਦਾਂ ਧਰਮ ਦੀਆਂ ਜ਼ਿਆਦਾ ਗੱਲਾਂ ਕਰਦੇ ਹੁੰਦੇ ਆ ਕਪੂਰ ਨੇ ਤਾਂ ਬੜੀ ਜ਼ਬਰਦਸਤ ਗੱਲ ਕਹੀ ਆ ਉਹ ਕਹਿੰਦਾ ਜਿਨ੍ਹਾਂ ਨੇ ਨਾ ਜ਼ਿੰਦਗੀ 'ਚ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਹੁੰਦਾ ਆ ਉਹ ਜਦੋਂ ਪਿਆਰ ਦੀ ਪਹਿਲੀ ਛੱਲ ਆਉਂਦੀ ਆ ਇੱਦਾਂ ਪਹਿਲੀ ਵਾਰ ਕਿਸੇ ਪ੍ਰਤੀ ਅਟਰੈਕਟ ਹੁੰਦੇ ਆ ਤੇ ਕੁਛ ਘੰਟਿਆਂ 'ਚ ਹੀ ਵਿਆਹ ਕਰਾਉਣ ਨੂੰ ਤਿਆਰ ਹੋ ਜਾਂਦੇ ਆ
ਦਲੇਰ ਕੌਰ ਦਾ ਇਦਾਂ ਹੀ ਆ ਇਹਨੂੰ ਇਹ ਤਾਂ ਮਾੜਾ ਅਜੇ ਤਾਂ ਦੋ ਤਿੰਨ ਜਗ੍ਹਾ ਜਾਣੀ ਪੰਗਾ ਹੁਣ ਇਹ ਆ ਕਿ ਕੱਲੀ ਕੁੜੀ ਆ ਘਰਦਿਆਂ ਦੀ ਮਾਂ ਮਾਂ ਇਹਦੀ ਦਿੰਦੀ ਆ ਪੁੱਛਾਂ ਹੁਣ ਪੁੱਛਾਂ ਚੋਂ ਜਿੰਨੀ ਮਾੜੀ ਮੋਟੀ ਕਮਾਈ ਆਉਂਦੀ ਸੀ ਪਿਓ ਕੰਮ ਨਹੀਂ ਕਰਦਾ ਉਹ ਬ੍ਰਹਮ ਗਿਆਨੀ ਆ ਬ੍ਰਹਮ ਗਿਆਨੀ ਜਿਹੜਾ ਮਤਲਬ ਬੰਦਾ ਅੰਦਰ ਹੀ ਬੜਿਆ ਰਹਿੰਦਾ ਚੁੱਪ ਚਪੀਤਾ ਇਹਦਾ ਕਿਸੇ ਨਾਲ ਗੱਲ ਨਹੀਂ ਕਰਦਾ ਗੱਲ ਕਰਦਾ ਨਹੀਂ ਮਤਲਬ ਗੱਲ ਕਰਨ ਦੇ ਯੋਗ ਨਹੀਂ ਹੁੰਦਾ ਹੁਣ ਉਹ ਮਾਂ ਦੀਆਂ ਪੁੱਛਾਂ ਦੇ ਨਾਲ ਉਹ ਹਫ਼ਤੇ ਬਾਅਦ ਹੁੰਦੀ ਸੀ ਕਿੰਨੇ ਕੁ ਬੰਦੇ ਜੇ ਹੁਣ 100 ਭਜਾ ਆਏ ਕਿਸੇ ਨੇ 10 ਰੁਪਈਏ 50 ਰੁਪਈਏ ਇੱਦਾਂ ਇੱਥੋਂ ਮੋਟੀ ਕਮਾਈ ਹੁੰਦੀ ਆ ਹੁਣ ਉਹ ਸਾਰਾ ਰਿਸ਼ਤਾ ਹੋਣ ਲੱਗਾ ਉਹ ਵੀ ਘਰਦਿਆਂ ਨੇ ਤੜਵਾ ਦਿੱਤਾ ਜਾਣੀ ਹਾਂ ਹੁਣ ਕੁੜੀਆਂ ਇਹਦੀਆਂ ਭੈਣਾਂ ਸੀ ਪਹਿਲਾਂ ਨਾਲ ਲੱਗੀਆਂ ਆ ਭੈਣਾਂ ਨੂੰ ਪਤਾ ਲੱਗ ਗਿਆ ਉਤਾਈ ਦੀਆਂ ਕੁੜੀਆਂ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਰਤੂਤਾਂ ਦਾ ਉਹ ਗਾਲਾਂ ਗਾਲੀ ਗਲੋਚ ਕਰ ਕੁਰ ਕੇ ਹਟ ਗਈਆਂ ਨਾਲੋਂ ਹੁਣ ਹੋਰ ਹੋਰ ਗਰੁੱਪ ਹੋਰ ਲਿਆ ਆ ਹੁਣ ਇੱਦਾਂ ਨਾਲ ਚਾਚੇ ਦਾ ਮੁੰਡਾ ਆ ਤੇ ਕਮਾਈ ਦਾ ਮੋਟਾ ਸਾਧ ਰਿਹਾ ਘਰਦਿਆਂ ਨੂੰ ਖੋਲਿਆ ਜਿੰਦ ਬਟਾਲੀ ਵਰਗਿਆਂ ਨੂੰ ਉਹ ਫਰਕ ਭੋਰਨ ਲੱਗੇ ਹੋ ਆ ਹਨਾ ਨਾਲੇ ਪਹਿਲੀ ਗੱਲ ਤਾਂ ਇਹ ਆ ਜਦੋਂ ਭਿੰਡਰਾਂ ਵਾਲੇ ਦੇ ਮੁੰਡੇ ਜੀਂਦਾ ਆ ਦੋਏ ਮੁੰਡੇ ਤੇ ਇਹ ਇਹ ਬੀੜਾ ਦਲੇਰ ਕੌਰ ਨੇ ਕਿਉਂ ਚੱਕਿਆ ਭਿੰਡਰਾਂ ਵਾਲੇ ਦੀਆਂ ਨੋਹਾਂ ਚੱਕਣ ਤਾਂ ਇੱਦਾਂ ਲੋਕਾਂ ਨੂੰ ਇੱਦਾਂ ਉਕਸਾਉਣ ਦਾ ਮੇਰੇ ਸਹੁਰੇ ਅੰਗ ਚੱਕੋ ਹਥਿਆਰ ਤੁਸੀਂ ਨਾਲੇ ਆਪਣੇ ਖਸਮਾਂ ਨੂੰ ਕਹਿਣ ਵੀ ਚੱਕੋ ਤੁਰੋ ਬਸ ਕੋਠੀ ਸ਼ੁਰੂ ਹੋਈ ਓ ਆ ਜੀ ਨਕੋਦਰ ਲੱਗ ਗਏ ਇਹਦਾ ਪਿੰਡ ਹੈ ਤੇ ਪਿੰਡ ਵਾਲੇ ਨੂੰ ਪੁੱਛ ਲਓ ਕੋਠੀ ਮਕਾਨ ਸ਼ੁਰੂ ਹੋਇਆ ਆ ਉਹ ਜਦੋਂ ਕਿ ਇਦਾਂ ਇਦਾਂ ਥੋੜਾ ਜਿਹਾ ਹੁੰਦਾ ਨਾ ਉਹ ਕਹਿੰਦੇ ਭਾਜੀ ਵੀ ਸਾਨੂੰ ਪਤਾ ਲੱਗ ਜਾਂਦਾ ਜਦੋਂ ਕਹਿੰਦੇ ਇੱਥੇ ਕੰਮ ਖੜਾ ਹੁੰਦਾ ਨਾ ਉਦੋਂ ਤੁਹਾਡਾ ਨਾਂ ਲੈ ਕੇ ਵੀਡੀਓ ਪਾਉਂਦੀ ਹੈ ਜਦੋਂ ਉਹਨੇ ਆਹ ਲਾਈਵ ਕੀਤਾ ਮੈਂ ਉਹਦੇ ਕਰਤਾ ਕਮੈਂਟ ਫੇਰ ਮੇਰੇ ਸਾਹਮਣੇ ਆਇਆ ਵੀ ਕਮਲਿਆ ਜਿਹੜਾ ਇਹਨੂੰ ਕੁਛ ਕਹਿੰਦਾ ਹੋਣਾ ਉਹਨੂੰ ਤਾਂ ਸਿੱਧਮ ਸਿੱਧਾ ਹੀ ਇਹ ਬਲੌਕ ਕਰਕੇ ਉਹ ਤੋਂ ਬਾਅਦ ਜਿਹੜੇ ਆਪਣੇ ਵੀਰ ਜੀ ਵਾਲੇ ਨੇ ਉਹਨਾਂ ਨੂੰ ਵੀ ਰੱਖਿਆ ਹੋਇਆ ਨੇ ਨਹੀਂ ਚਲੋ ਉਹ ਵੀ ਉਹ ਅਗਲੇ ਦਾ ਕੰਮ ਆ ਪਰ ਗੱਲ ਇਹ ਆ ਉਦਾਂ ਵੀ ਉਹਦੀ ਇੱਕ ਹੈਗੀ ਵੀਡੀਓ ਅਸੀਂ ਦੇਖਦੇ ਹਾਂ ਜੇ ਸਾਡਾ ਡਿਸਕਸ ਕਰਨ ਦਾ ਟਾਈਮ ਲੱਗਿਆ ਇਹ ਐਡਾ ਐਡਾ ਬੇਅਕਲ ਆ ਨਾ ਇਹ ਤਾਂ ਐਡਾ ਬੇਅਕਲ ਆ ਜਾਣੀ ਇਹ ਗਰੁੱਪ ਇਹਨਾਂ ਦਾ ਸਾਰਾ ਹੀ ਹੈ ਨੀ ਕੁਛ ਕਰਨੇ ਨੂੰ ਉਹ ਤਾਂ ਇੱਦਾਂ ਆ ਵੀ ਉਹ ਪਿੱਛੇ ਜਥੇਦਾਰਾਂ ਦੋ ਫੋਟੋ ਖਿਚਾ ਲਈਆਂ ਤੂੰ ਮੈਂ ਹੀ ਥਾਪੜਾ ਦੇ ਦਿੱਤਾ ਉਹਨਾਂ ਨੂੰ ਚਾਹੀਦੇ ਹੁੰਦੇ ਬੰਦੇ ਜਿਹੜੇ ਮੂਹਰੇ ਹੋ ਕੇ ਬੋਲੀ ਜਾਣ ਸਕਾਲਰ ਦੀਦੇ ਹੀ ਆ ਤੁਹਾਨੂੰ ਹੁਣ ਜਾ ਕੇ ਜੌਨੀ ਬਾਬੇ ਅਰਗੇ ਤਾਂ ਇਹਨਾਂ ਦੇ ਹੈਗੇ ਆ ਬ੍ਰਹਮ ਗਿਆਨੀ ਉਹਨਾਂ ਨੂੰ ਇਹ ਬ੍ਰਹਮ ਗਿਆਨੀ ਦੱਸਦੇ ਅਨੁਭਵ ਵਾਲੇ ਵਟਸਐਪ ਦੇ ਉੱਤੇ ਤੁਸੀਂ ਆਉਂਦੇ ਰਹੋ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਠੀਕ ਹੈ ਜੀ ਅੱਛਾ ਜੀ ਵੀਰ ਜੀ ਅਸੀਂ ਗੱਲ ਕਰਨੀ ਸੀ ਆਪਣੇ ਘੱਗਾ ਸਾਹਿਬ ਦੀ ਜਿਹੜਾ ਉਹਨਾਂ ਨੇ ਬਾਜ ਦੀ ਬਹੁਤ ਵਧੀਆ ਮਤਲਬ ਗੱਲ ਕਰੀ ਹੈ ਜੀ ਤੇ ਉਹਦੇ ਬਾਰੇ ਵੀ ਇਹਨਾਂ ਲੋਕਾਂ ਨੂੰ ਇਹ ਨੀ ਬਰਦਾਸ਼ਤ ਨੀ ਹੋ ਰਹੀ ਗੱਲ ਕਿ ਕਹਿੰਦੇ ਜੀ ਸਾਰੇ ਉਹਨੂੰ ਝੂਠੀਆਂ ਸਾਬਤ ਕਰਨ ਪਰ ਲੱਗੇ ਹੋਏ ਆ ਨਾਲੇ ਜਦਕਿ ਉਹਨਾਂ ਨੇ ਬਿਲਕੁਲ ਸਪਸ਼ਟ ਗੱਲ ਕਰੀ ਹੈ ਜੀ ਉਹ ਤਾਂ ਉਹਨਾਂ ਨੂੰ ਪ੍ਰੋਬਲਮ ਤਾਂ ਇਹ ਨਾ ਵੀ ਢੱਡਰੀਆਂ ਵਾਲਿਆਂ ਦੇ ਖਿਲਾਫ਼ ਬੋਲੋ ਸਾਰੇ ਜਾਣੇ ਇਕੱਠੇ ਹੋ ਕੇ ਹੋਰ ਨੀ ਕੋਈ ਉਹਨਾਂ ਦੀ ਸਮੱਸਿਆ ਬਿਲਕੁਲ ਬਸ ਆਹੀ ਇਹਨਾਂ ਨੂੰ ਮੁੱਦਾ ਮਿਲਦਾ ਕਿ ਕਿਧਰੇ ਨਾ ਕਿਧਰੇ ਨੂੰ ਭਾਈ ਸਾਹਿਬ ਦਾ ਵਿਰੋਧ ਕਰੀਏ ਬਾਕੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਨੂੰ ਸੁਣਦੇ ਰਹਿੰਦੇ ਹਾਂ ਬਹੁਤ ਵਧੀਆ ਜ਼ਿੰਦਗੀ ਬਦਲਤੀ ਤੁਸੀਂ ਸਾਡੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਥੈਂਕ ਯੂ ਓਕੇ ਓਕੇ ਜੀ 108 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ
ਮੈਂ ਭਾਜੀ ਉਹਦੇ ਵਿੱਚ ਹੁਣੇ ਗੱਲ ਕੀਤੀ ਨਾ, ਜਿਹੜਾ ਜਿੰਨਾ ਇਨਕਲਾਬੀ ਹਨਾ ਉਹ ਓਡਾ ਹੀ ਵੱਡਾ। ਮੈਂ ਇਹਨਾਂ ਨਾਲ ਇੱਕ ਹੋਰ ਗੱਲ ਆ, ਮੈਂ ਨਾ ਜਦੋਂ ਤੁਹਾਨੂੰ ਸੁਣਨਾ ਸਟਾਰਟ ਕੀਤਾ ਨਾ ਡੇਢ ਸਾਲ ਹੋ ਗਿਆ, ਉਸ ਤੋਂ ਪਹਿਲਾਂ ਸਰ ਗੱਲ ਇਹ ਸੀ ਕਿ ਸਾਰੇ ਇੱਕੋ ਜਿੱਕੇ ਸੀ ਤੇ ਫਿਰ ਨਾ ਆਪਣੇ ਧਰਮ ਤੋਂ ਨਾ ਵਿਸ਼ਵਾਸ ਲਾ ਲਓ ਜਾਂ ਭਰੋਸਾ ਜਿਹਾ ਨਾ ਹੈ ਨੀ ਸੀ ਕਿ ਯਾਰ ਕੋਈ ਐਵੇਂ ਠੱਗ ਪੁੱਗ ਕੰਮ ਹੈ ਕੋਈ ਹੈ ਨੀ ਆਪਣੇ ਧਰਮ ਚ ਰੱਖਿਆ ਰੁਖਿਆ ਕੁਛ ਨੀ ਹੈਗਾ, ਇਹ ਤੋਂ ਵਧੀਆ ਜਾਂ ਯੋਗਾ ਕਰ ਲਓ ਜਾਂ ਕੁਛ ਹੋਰ ਕਰ ਲਓ ਜਾਂ ਇੱਧਰ ਉੱਧਰ ਕੋਈ ਜਿਹੜੀ ਐਕਟੀਵਿਟੀਜ਼ ਹੁੰਦੀਆਂ ਨੇ ਇੱਥੇ ਵੀ ਕੀ ਕਹਿੰਦੇ ਸੋਸ਼ਲ ਵੈਲਫੇਅਰ ਹੁੰਦਾ ਉਹ ਕਰ ਲਓ ਜਾਂ ਆਪਣੇ ਧਰਮ ਤੇ ਇੰਨਾ ਵਿਸ਼ਵਾਸ ਹੈ ਨੀ ਸੀ। ਉਹਦਾ ਕਾਰਨ ਇਹ ਸੀ ਜਦੋਂ ਇਹ ਠੱਗਾਂ ਦਾ ਦੇਖਣ ਲੱਗ ਪਏ ਹੋਰ ਦੇਖਣ ਲੱਗ ਪਏ ਹੋਰ ਦੇਖਣ ਲੱਗ ਪਏ, ਤੁਸੀਂ ਦੋ ਤਿੰਨ ਬੰਦੇ ਲਾ ਕੇ ਚਲੋ ਇਹਨਾਂ ਨੂੰ ਮਾਡਰਨ ਡੇ ਭਿਖਾਰੀ ਕਹਿੰਦਾ ਮਾਡਰਨ ਡੇ ਭਿਖਾਰੀ। ਉਹਦਾ ਕਾਰਨ ਇਹ ਆ ਕਿ ਤੁਸੀਂ ਪੱਡੇ ਨੂੰ ਦੇਖੋ ਜਰਾ ਜਾਂ ਟਿਵਾਣੇ ਨੂੰ ਦੇਖੋ, ਕਦੀ ਏਦਾਂ ਹੋ ਸਕਦਾ ਹੈ ਕਿ ਲੈਫਟ ਤੇ ਰਾਈਟ ਦੋਨੇ ਮਿਲ ਕੇ ਬੈਠੇ ਹੋਣ ਇੱਕ ਥਾਂ ਤੇ, ਰਾਈਟ ਵੀ ਨੀ ਉਹ ਰਾਈਟ ਵੀ ਨੀ ਪੱਡਾ ਪੱਡਾ ਤੇ ਪੱਡਾ ਮੈਂ ਤੇ ਮੈਂ ਸੋਚ ਹੁੰਦਾ ਸੀ ਜਿਹੜਾ ਕੇ ਟੀ ਵੀ ਕੰਜਰ ਜਿਹੜਾ ਹੈਗਾ ਨਾ ਉਹ ਫਿਰ ਜਿਹੜਾ ਹੁੰਦਾ ਨਾ ਨਾਈ ਪਿੰਡ ਚ ਨਾਈ ਹੁੰਦਾ ਨਾ ਨਾਈ ਹੈਨਾ ਉਹ ਓਦਾਂ ਦਾ ਕਿਰਦਾਰ ਸੀ ਪੱਡਾ ਤੇ ਉਹੋ ਜਿਹਾ ਕਿਰਦਾਰ ਆ ਜਿੱਦਾਂ ਇੱਕ ਤੁਸੀਂ ਪਿੰਡ ਚ ਬੱਚਾ ਨੀ ਮੈਂ ਜਿੱਦਾਂ ਕੱਦ ਕਾਰ ਤਾਂ ਨਿਕਲ ਜਾਂਦਾ ਪਰ ਉਹਨੂੰ ਲੋਕ ਲੱਲੂ ਲੱਲੂ ਕਹਿੰਦੇ ਨੇ ਲੱਲੂ ਉਧਰ ਜਾ ਉਹ ਲੱਲੂ ਉਧਰ ਜਾ ਉਹ ਹਿਸਾਬ ਆ ਉਹ ਬੰਦੇ ਦੇ ਹੱਥ ਚ ਆ ਗਈ ਕੈਂਚੀ ਤੇ ਉਹ ਹੁਣ ਹਰ ਕਿਸੇ ਦੀ ਜਾਮਤ ਕਰਦਾ ਕਰਦਾ ਪਰ ਇਹਨਾਂ ਤੋਂ ਵੀ ਇੱਕ ਵੱਡਾ ਮਤਲਬ ਹਿਸਟੋਰੀਅਨ ਜਿਹਨੂੰ ਕਹਿਦਾ ਜਾਏ ਉਦੋਕੇ ਮੈਂ ਸਰ ਮੈਂ ਉਹਦੀ ਨਾ ਇੱਕ ਵੀਡੀਓ ਵਾਇਰਲ ਹੈਗੀ ਬਸ ਇਹ ਲੋਕੀ ਸਰਚ ਮਾਰਨ ਜੇ ਕਿਸੇ ਨੇ ਨਹੀਂ ਦੇਖੀ ਮੈਂ ਦੋ ਦਿਨ ਪਹਿਲਾਂ ਦੇਖੀ ਮੇਰੇ ਟਾਈਮ ਸੀ ਅੱਧਾ ਘੰਟਾ ਹੀ ਸੁਣ ਪਾਇਆ ਮੈਂ ਚਾਰ ਸੁਣ ਨਹੀਂ ਪਾਇਆ ਉਹਦੀ ਆ ਡੇਢ ਘੰਟੇ ਦੀ ਉਦੋਕੇ ਹਾਂ ਡੇਢ ਘੰਟੇ ਦੀ ਉਦੋਕੇ ਆਡੀਓ ਵਾਇਰਲ ਇੰਨਾ ਹੀ ਟੀ ਟਾਈਪ ਕਰ ਦੋ ਤੇ ਉਹ ਪਹਿਲੀ ਵੀਡੀਓ ਆਉਂਦੀ ਹੈ ਜਿਸ ਚ ਉਹ ਕੁੜੀ ਮੇਰੇ ਮੇਰੀਆਂ ਭੈਣਾਂ ਜਾਂ ਮੇਰੇ ਬੱਚੇ ਜਿਹੜੇ ਨਾ ਉਹ ਅੱਗੇ ਮਿਊਟ ਕਰਦੇ ਨੇ ਆਪਣੇ ਨੂੰ ਮਤਲਬ ਨਾ ਸੁਣਨ ਕੁੜੀ ਉਹਨੂੰ ਕਹਿੰਦੀ ਆ ਤੇਰੇ ਸੱਪ ਤੋਂ ਜ਼ਹਿਰ ਕੱਢਣਾ ਹੈ ਉਹਨੂੰ ਕਹਿੰਦਾ ਇੱਕ ਵਾਰੀ ਆਈ ਲਵ ਯੂ ਬੋਲਦੇ ਬਸ ਉਹ ਕਹਿੰਦੀ ਕੰਜਰ ਦੇ ਆ ਤੇਰੀ ਜਿਹੜੀ ਡਿਕਸੀ ਵਾਲੀ ਸਹੇਲੀ ਆ ਉਹਨਾਂ ਪਹਿਲੋਂ ਦੱਸ ਤੇ ਏਦਾਂ ਦੇ ਕਿਰਦਾਰ ਜਿਹੜੇ ਹੈਗੇ ਨੇ ਜਿਹੜਾ ਇੱਕ ਵਾਰੀ ਕਹਿੰਦਾ ਬਸ ਇੱਕ ਵਾਰੀ ਆਈ ਲਵ ਯੂ ਬੋਲਦੇ ਕਹਿੰਦੀ ਕੰਜਰ ਦੇ ਤੇਰੇ ਛਿੱਤਰ ਪੈ ਗਏ ਨੇ ਅੱਜ ਤੋਂ ਫੋਨ ਨਾ ਕਰੀ ਇੱਧਰ ਫਿਰ ਉਹਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਬਸ ਮੈਂ ਹਰ ਕਿਸੇ ਨੂੰ ਬੰਨੇ ਲਾ ਦਾਂਗਾ ਹਰ ਕਿਸੇ ਨੂੰ ਸਿੱਖ ਪੜ੍ਹਨੇ ਪਾ ਦਾਂਗਾ ਜੇ ਤੂੰ ਮੇਰਾ ਸਾਥ ਦੇ ਦੇ ਸੰਤੋਖ ਸਿੰਘ ਛੇਵੇਂ ਪਾਤਸ਼ਾਹ ਬਾਰੇ ਏਦਾਂ ਲਿਖਦਾ ਆ ਆਪਣੇ ਮਿਸ਼ਨ ਤੇ ਜਾਂਦੇ ਜਾਂਦੇ ਫਿਰ ਕੌਲਾਂ ਨੂੰ ਲੈ ਕੇ ਚੱਲ ਜਾਂਦੇ ਏਦਾਂ ਹਨਾ ਜਾਣੀ ਇਹ ਏਦਾਂ ਏਦਾਂ ਨੀ ਇਹ ਮਿਰਜੇ ਵਾਲੀ ਫੀਲਿੰਗ ਨੀ ਲੈ ਕੇ ਏਦਾਂ ਜਾਂਦੇ ਫਿਰ ਤੂੰ ਸਾਹਿਬਾਨ ਜਿੱਦਾਂ ਕਹਿੰਦਾ ਹੋਵੇ ਤੂੰ ਇੱਕ ਵਾਰੀ ਮੇਰੇ ਨਾਲ ਹੋਵੇ ਤੇ ਇਹਨਾਂ ਦਾ ਕੀ ਆ ਖਰਲਾਂ ਦਾ ਚੰਦੜਾਂ ਦਾ ਕੀ ਮੈਂ ਤਾਂ ਖਿਲਾਰ ਦੇਣੇ ਆ ਜਾਣੀ ਪਰ ਅਗਲੀ ਨੂੰ ਸਮਝਾ ਦੇ ਰਹਾ ਕਿ ਗਾਹ ਨਾ ਕਹਿੰਦੇ ਇਹਨੂੰ ਕੰਜਰ ਤੇ ਨਾ ਫੇਰਾ ਇਹਨਾਂ ਵੀ ਸਮਝਾ ਦੇ ਕਿਉਂ ਇਹਨੂੰ ਇਹ ਤਾਂ ਨਾ ਕੰਜਰ ਤੇ ਫੋਨ ਰੱਖ ਤੇ ਮੈਂ ਛਿੱਤਰ ਫੇਰਨੇ ਆ ਉਹ ਇਹਨੂੰ ਗਾਲਾਂ ਵੀ ਨਾ ਮੈਂ ਕਿੱਤੇ ਮਤਲਬ ਗੱਲਬਾਤ ਮਿਰਜੇ ਸਾਡਾ ਰੀਝ ਆ ਬਾਕੀ ਜਿਹੜੇ ਤੁਸੀਂ ਦੇਖੋ ਹੁਣ ਹਿਸਟੋਰੀਅਨ ਚ ਪੜ੍ਹਦੇ ਹੋ ਤੁਸੀਂ ਆ ਨਾਮ ਕੀ ਸੀ ਉਹਦਾ ਅਡੋਲਫ ਹਿਟਲਰ ਸੀ ਉਹਦੀ ਵੀ ਇੱਕ ਹੈਗੀ ਸੀ ਕੀ ਕਹਿੰਦੇ ਇਵਾ ਬਰਾਊਨ ਉਹਦੀ ਘਰਵਾਲੀ ਉਹਨੇ ਆਖ ਕੇ ਦਿਨ ਵਿਆਹ ਕੀਤਾ ਜਾਂ ਸੁਭਾਸ਼ ਚੰਦਰ ਬੋਸ ਵੀ ਜਿਹੜਾ ਸੀ ਉਹਨੇ ਵੀ ਵਿਆਹ ਉੱਥੇ ਜਾ ਕੇ ਅੰਗਰੇਜ਼ਾਂ ਨਾਲ ਕੀਤਾ ਸੀ ਈਵਨ ਮਹਾਤਮਾ ਗਾਂਧੀ ਬਾਰੇ ਵੀ ਦੱਸਿਆ ਜਾਂਦਾ ਹੈ ਜਾਂ ਈਵਨ ਭਗਤ ਸਿੰਘ ਬਾਰੇ ਵੀ ਮਤਲਬ ਔਰ ਟ੍ਰਾਈ ਤੁਸੀਂ ਜਿੰਨੀਆਂ ਵੀ ਹਿਸਟੋਰੀਅਨ ਜਿਹੜੀਆਂ ਚੀਜ਼ਾਂ ਨੇ ਉਹਨਾਂ ਕਿਸੇ ਨਾ ਕਿਸੇ ਬਾਰੇ ਏਦਾਂ ਲਿਖਿਆ ਜਾਂਦਾ ਪਰ ਮੈਨੂੰ ਨੀ ਲੱਗਦਾ ਕਿ ਉਹਨਾਂ ਦੀ ਘਰਵਾਲੀ ਈਵਾ ਬਰਾਊਨ ਹਿਟਲਰ ਨੂੰ ਗਾਲ ਕਰਦੀ ਹੋਈ ਕੰਜਰ ਦਾ ਤੇਰੇ ਸੱਪ ਤੋਂ ਮੈਂ ਜ਼ਹਿਰ ਕੱਢਣਾ ਏਦਾਂ ਗਾਲ ਕਰਦੀ ਹੋਊਗੀ। ਬਲਜਿੰਦਰ ਨੇ ਨਾ ਵੀਰਵਾਰ ਨੂੰ ਕਰਨਾ ਆ ਪ੍ਰੋਗਰਾਮ ਉਹ ਉਹਦੇ ਵਿੱਚੋਂ ਕੁਛ ਅੰਸ਼ ਜਿਹੜੇ ਆ ਇਹਦਾ ਸੁਣਾ ਸੁਣਾ ਕੇ ਉਹ ਸਰ ਉਹ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੇ ਸਿੱਖ ਇਤਿਹਾਸ ਦੀ ਜੇ ਲਿਖੀ ਜਾਊਗੀ ਨਾ ਹਿਸਟਰੀ ਉਹ ਜੇ ਡੇਢ ਘੰਟੇ ਦੀ ਕਾਲ ਹੈ ਨਾ ਹਨਾ ਇਹ ਇਸ ਤਰ੍ਹਾਂ ਦਾ ਡਾਕੂਮੈਂਟ ਬਣਾਇਆ ਜਾਏਗਾ ਜਿਸ ਚ ਦੱਸਿਆ ਜਾਏਗਾ ਕਿ ਮੂਰਖ ਨਹੀਂ ਬਣੀਦਾ ਮੂਰਖ ਨਹੀਂ ਬਣੀਦਾ ਉਹ ਲਿਖਿਆ ਜਾਊਗਾ ਤੇ ਬਸ ਉਹ ਪੜ੍ਹਾਇਆ ਜਾਏਗਾ। ਵੀਰਾ ਜਿਹੜਾ ਨਾ ਜਿਹਨੂੰ ਸੰਘਰਸ਼ ਕਹਿੰਦੇ ਆ ਉਹ ਤਾਂ ਭਰਿਆ ਪਿਆ ਇਦਾਂ ਦੀਆਂ ਕਹਾਣੀਆਂ ਨਾ ਇਹ ਤਾਂ ਆਡੀਓ ਇੱਕ ਟੇਪ ਆ ਨਾ ਜਿਹੜਾ ਬਲਜੀਤ ਖਾਲਸਾ ਆ ਉਹਦੀ ਤਾਂ ਸੰਦੀਪ ਕੌਰ ਦੀ ਕਹਾਣੀ ਕੀ ਆ ਜਿਹੜੇ ਫਤਿਹਨਾਮਾ ਚਲਾਉਂਦੇ ਰਹੇ ਆ ਕਮਰ ਸਿੰਘ ਧਾਮੀ ਦੀ ਹੁਣ ਉਹ ਬਲਜੀਤ ਖਾਲਸਾ ਦੇ ਆਪਣੇ ਉਹਦੀਆਂ ਦੋ ਕੁੜੀਆਂ ਆ ਉਹ ਵੀ ਜਵਾਨ ਸੀਆਂ ਕੁੜੀਆਂ ਬਸ ਉਹ ਸੰਘਰਸ਼ ਵਿੱਚ ਸੀ ਉਹ ਧਰਮ ਸਿੰਘ ਕਾਸ਼ਤੀਵਾਲ ਦੀ ਤੀਵੀਂ ਸੀ ਉਹ ਧਰਮ ਸਿੰਘ ਦੇ ਨਾਂ ਤੇ ਟਰੱਸਟ ਬਣਾਉਣਾ ਸੀ ਲੋਕਾਂ ਦੀ ਸੇਵਾ ਕਰਨੀ ਸੀ ਸੇਵਾ ਫਿਰ ਇੱਦਾਂ ਸੇਵਾ ਕਰਦੇ ਆ ਤੇ ਫਿਰ ਨਾਲ ਇਤਿਹਾਸ ਰਚਨਾ ਹੁੰਦਾ ਹਨਾ ਕਮਰ ਸਿੰਘ ਧਾਮੀ ਮਸ਼ਹੂਰ ਖਾੜਕੂ ਸੀਗਾ
ਜਾਂਦਾ ਹੁਣ ਜਦੋਂ ਇੱਦਾਂ ਮੁਹਿੰਮ ਤੇ ਜਾਂਦਾ ਹੁੰਦਾ ਸੀ ਤਾਂ ਸਾਲੀ ਸੀ ਮੁਟਿਆਰ, ਉਹ ਕਹਿੰਦੀ ਵੀ ਤੂੰ ਤੂੰ ਬੰਦੇ ਸੇਵਾ ਕਰ ਸਕਦੇ ਤੀਵੀਆਂ ਕਿਉਂ ਨੀ, ਬਰਾਬਰੀ ਆ ਮਿਸ਼ਨ ਤੇ ਜਾਣਾ। ਉਹ ਜਾਣੀ ਸਕੀ ਭੈਣ ਦੇ ਦੋ ਨਿਆਣੇ ਆ ਉਹ ਉਹ ਕਰਾ ਕੇ ਤੇ ਆਪ ਵਿਆਹ ਕਰਾ ਕੇ ਉਹਨਾਂ ਬੈਠੀ ਆ, ਏਦਾਂ ਦੀਆਂ ਸ਼ੀਨਾ। ਇੱਥੇ ਜਦੋਂ ਇਹ ਟਰੱਸਟ ਚੱਲਿਆ ਨਾ ਇਹਨਾਂ ਦਾ ਅਮਰਸ ਆਪਣਾ ਇੱਥੇ ਵਾਲਾ, ਪਹਿਲਾਂ ਪਹਿਲਾਂ ਟਰੱਸਟ ਇਹੀ ਚੱਲਿਆ ਸੀ ਮੋਹਾਲੀ ਸੀਗਾ, ਉੱਥੇ ਗਿੱਲ ਹੁੰਦਾ ਸੀ, ਇਹ ਚਾਰ ਪੰਜ ਜਣੇ ਸੀ। ਇਹ ਜਾਣੀ ਨਾ ਇਹਨਾਂ ਦੀਆਂ ਇੰਨੀਆਂ ਕਹਾਣੀਆਂ ਉੱਥੇ, ਜਾਣੀ ਇਹ ਤਾਂ ਇਹਨਾਂ ਦੇ ਖੇ ਪਤਾ ਕਦੋਂ ਪਈ ਆ, ਸ਼ਹੀਦਾਂ ਦੇ ਨਿਆਣੇ ਰੱਖਿਓ ਸੀ ਨੀ, ਉਹ ਕੁੜੀਆਂ ਅਕਸਰ ਬਹੁਤੀਆਂ ਮੈਜੋਰਟੀ ਚ ਕੁੜੀਆਂ ਹੀ ਹੁੰਦੀਆਂ ਨਾ ਟਰੱਸਟਾਂ ਚ। ਤੁਹਾਨੂੰ ਇੱਥੇ ਕੈਨੇਡਾ ਅਮਰੀਕਾ ਵਾਲੇ ਨੂੰ ਪਤਾ ਹੋਣਾ ਵੀ ਜਦੋਂ ਬੜੂ ਸਾਹਿਬ ਵਾਲੇ ਅਗਰਾਹੀ ਕਰਨ ਆਉਂਦੇ ਸੀ ਕਦੇ ਕਿਸੇ ਨੇ ਮੁੰਡਿਆਂ ਦਾ ਜਥਾ ਦੇਖਿਆ ਸੀ ਕੋਈ? ਕੁੜੀਆਂ ਢਾਡੀ ਬਣਾ ਕੇ ਕੁੜੀਆਂ ਤੋਰੀਆਂ ਹੁੰਦੀਆਂ ਮੂਹਰੇ। ਇਹ ਦਲੇਰ ਕੌਰ ਜਿਹੜੀ ਆ ਨਾ, ਦਲੇਰ ਕੌਰ ਦੀ ਮਾਂ ਨੇ ਥੋੜਾ ਚਿਰ ਪਹਿਲਾਂ ਪਿੰਡ ਚ ਗੱਲ ਕਹਿ ਦਿੱਤੀ ਸੀ ਇਹ ਇਹਨਾਂ ਦੇ ਘਰ ਚੋਂ, ਕਿਉਂ ਕਮਿਸ਼ਨ ਕਮੁਸ਼ਨ ਸੀਗਾ ਤੇ ਕੁੜੀਆਂ ਬਾਰੇ, ਪਰ ਲੋਕ ਤਾਂ ਸਾਡੇ ਬੜੇ ਬੇਵਕੂਫ ਆ, ਇੱਦਾਂ ਇਹਨਾਂ ਨੂੰ ਅਕਲ ਉਕਲ ਨੀ ਹੈਗੀ ਭਈ ਭਈ ਸੋਹਣੀਆਂ ਕੁੜੀਆਂ ਦੇਖ ਕੇ ਉਦਾਂ ਢੇਰੀ ਲਾਉਂਦੇ ਜੋ ਮਰਜ਼ੀ, ਤਾਂ ਹੀ ਤਾਂ ਕਹਿੰਦਾ ਢਾਡੀ ਢੁੱਡੀ ਕਵਿਛਰੀ ਬਣਾ ਕੇ ਤੋਰੀ ਰੱਖਦੇ ਆ, ਮੁੜ ਕੇ ਦੋ ਤਿੰਨ ਸਾਲ ਬਾਅਦ ਆਪਣੀ ਕੁੜੀ। ਉਹ 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 ਜਾਣੀ ਜਿੰਨੇ ਉਹ ਤਾਂ ਨਾ ਜਦੋਂ ਜਿਹੜੇ ਟਰੱਸਟ ਵਿੱਚ ਨਿਆਣੇ ਸੀ ਜਦੋਂ ਉਹ 13-14 ਸਾਲ ਦੇ ਹੋ ਗਏ, ਕੁੜੀਆਂ ਹੋ ਗਈਆਂ, ਹੁਣ ਇਹ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਪਾ ਕੇ ਖੁੱਲੇ ਜਾਂ ਇੱਦਾਂ ਕਮੀ ਪਜਾਮੇ ਜਾਂ ਚੋਲੇ ਜਾਂ ਪਵਾ ਕੇ ਨਿਆਣੇ ਨੂੰ ਕੁੜੀਆਂ ਨੂੰ ਤੋਰੀ ਫਿਰਦੇ ਸੀ। ਹੁਣ ਕੁੜੀਆਂ ਜਦੋਂ 14 ਸਾਲ ਦੀਆਂ ਹੋਈਆਂ ਉਹਨਾਂ ਨੂੰ ਦੁਨੀਆਂ ਬਾਹਰ ਹੀ ਦਿਸਣ ਲੱਗੀ, ਉਹ ਲੱਗੀਆਂ ਕਹਾਣੀਆਂ ਬਣਨ, ਇਹਨੇ ਮਾਰਿਆ ਦਬਕਾ ਤਾਂ ਉਹਨੇ ਮੋਹਰੇ ਜਦੋਂ ਨਿਆਣਿਆਂ ਨੇ ਕਿਹਾ ਨਾ ਵੀ ਆਰਾਮ ਨਾਲ ਬਹਿ ਜਾਓ, ਸਾਨੂੰ ਇਹ ਵੀ ਪਤਾ ਵੀ ਤੁਸੀਂ ਕਿਹੜੀ ਕਿਹੜੀ ਆਂਟੀ ਦੇ ਨਾਲ ਕਿਹੜਾ ਕਿਹੜਾ ਅੰਕਲ ਕੀ ਖੇਡ ਆਉਂਦੇ ਆ, ਤੇ ਸਾਨੂੰ ਇਹ ਵੀ ਪਤਾ ਵੀ ਸਾਡੇ ਨਾਂ ਦੇ ਉੱਤੇ ਤੁਹਾਡੀ ਰੋਟੀ ਚੱਲਦੀ ਆ। ਛੀਨੇ ਛੂਨੇ ਅਰਗੇ ਦੀ ਤੀਵੀ ਉੱਥੇ ਗਿੱਲ ਦੇ ਨਾਲ ਛਰੇ ਆਮ ਟਰੱਸਟ ਦੇ ਵਿੱਚ, ਜਾਣੀ ਪੈਸਾ ਲੋਕਾਂ ਦਾ ਸ਼ਹੀਦਾਂ ਦੇ ਨਾਂ ਤੇ, ਉਹ ਯਾਸ਼ੀ ਕੀਤੀ ਇਹਨਾਂ ਨੇ ਜਿਹੜੀ ਰਹੇ ਰੱਬ ਦਾ। ਇਹ ਤਾਂ ਜਦੋਂ ਇਹਨਾਂ ਦੀਆਂ ਕਹਾਣੀਆਂ ਫੁੱਲ ਹੋਣ ਲੱਗਣੀਆਂ ਇਹਨਾਂ ਨੇ, ਇਹ ਪੈਂਟੇ ਜਦੋਂ ਉੱਥੇ ਬਲੈਕ ਥੰਡਰ ਹੋਇਆ ਉਹ ਚ ਨੀ ਕੋਈ ਵੀ ਨੀ ਛੱਡਿਆ ਯਾਰ, ਠੀਕ ਹੈ। ਆਪਣੇ ਖਾਸ ਕਰਕੇ ਜਿਹੜਾ ਨਾ ਜਿਹੜਾ ਗਰੁੱਪ ਸੀਗਾ ਇਹ ਮੋਹਕਮ ਸਿੰਘ ਵਾਲਾ, ਮਨਵੀਰ ਸਿੰਘ ਚਹੀੜੂ, ਪੰਜਵੜ ਹੁਣੀ, ਇਹਨਾਂ ਵਾਲਾ ਗਰੁੱਪ ਸੀਗਾ, ਇਹਨੇ ਤਾਂ ਬਹੁਤ ਹੀ ਠਾਕਰ ਸਿੰਘ ਵਾਲਾ ਗਰੁੱਪ, ਜਾਣੀ ਜਿਹੜਾ ਜਿਹਨੂੰ ਟਕਸਾਲ ਕਹਿੰਦੇ ਆ ਸੱਚ, ਭਾਈ ਮਨਜੀਤ ਸਿੰਘ, ਅਮਰੀਕ ਸਿੰਘ ਦਾ ਭਰਾ, ਜਸਵੀਰ ਸਿੰਘ ਰੋਡੇ, ਇਹ ਗਰੁੱਪ ਸੀ, ਇਹਨੇ ਤਾਂ ਬਹੁਤ ਜ਼ਿਆਦਾ ਜਾਣੀ ਇਸ ਗੱਲੋਂ ਮੁੰਡੇ ਵੀ ਬਹੁਤ ਫੜਵਾਏ ਆ, ਠੀਕ ਹੈ। ਜਿਹੜੇ 50-50 150-150 ਬੰਦਾ ਨਾ ਇੱਦਾਂ ਗਿੱਲ ਦੇ ਮੂਹਰੇ ਬੈਠ ਕੇ ਕਰ ਰਿਹਾ ਸੀ ਉਹ ਸਾਰੀ ਇਹਨਾਂ ਦੀ ਦੇਣ ਸੀ, ਜਿਹੜਾ ਬੰਦਾ ਅੜਦਾ ਸੀ ਉਹਦਾ ਐਡਰੈਸ ਦੇ ਕੇ ਮੁਕਾਬਲਾ ਬਣਾਉਂਦੇ ਸੀ, ਠੀਕ ਹੈ, ਨਹੀਂ ਤਾਂ ਲੁੱਟਾਂ ਖੋਹਾਂ ਹੋਈਆਂ, ਫਰੋਤੀਆਂ ਹੋਈਆਂ, ਰੱਜ ਕੇ ਪੈਸਾ ਖਾਧਾ, ਇੱਕ ਪੋਟੈਂਸ਼ੀਅਲ ਮਾਰਿਆ। ਅਸੀਂ ਕੱਲ ਵੀ ਗੱਲ ਕਰਦੇ ਸੀ ਨਾ ਪਰਸੋਂ, ਕੱਲ ਦੇ ਪ੍ਰੋਗਰਾਮ ਚ, ਵੀ ਇੱਕ ਗੱਲ ਤਾਂ ਦੱਸੋ, ਜੇ ਸਰਕਾਰ ਪੁਲਿਸ ਸਿੱਖ ਨੌਜਵਾਨੀ ਦੀ ਦੁਸ਼ਮਣ ਸੀ ਤੇ 84-85 ਤੋਂ ਲੈ ਕੇ 94 ਤੱਕ ਜਦੋਂ ਖੜਕੂਵਾਦ ਦਾ ਦੌਰ ਰਿਹਾ, ਜਦੋਂ ਅਸੀਂ ਕਹਿੰਦੇ ਮੁਕਾਬਲੇ ਹੋਏ, ਉਹਨਾਂ ਦਿਨਾਂ ਚ ਜਿਹੜੀ ਮੰਡੀਰ, ਜਿਹੜੇ ਨੌਜਵਾਨ ਵੀਰ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਆਏ, ਉਹਨਾਂ ਦੀ ਪੀਸੀਸੀ ਕਿੱਥੋਂ ਮਿਲੀ ਆ? ਕਿਉਂਕਿ ਪੁਲਿਸ ਤਾਂ ਮਾਰਨਾ ਚਾਹੁੰਦੀ ਆ, ਜਿਹੜੇ ਬੰਦੇ ਨੇ ਪੁਲਿਸ ਕਲੀਨਸ ਜਿਹਦੀ ਗਈ ਆ, ਕਿਉਂ ਜਦੋਂ ਕੋਈ ਬੰਦਾ ਪਾਸਪੋਰਟ ਬਣਾਉਂਦਾ ਪਹਿਲਾਂ ਪਾਸਪੋਰਟ ਦਫ਼ਤਰ ਤੋਂ ਉਹਨਾਂ ਦੇ ਥਾਣੇ ਚ ਆਉਂਦਾ, ਹੁਣ ਥਾਣੇ ਵਾਲੇ ਪਿੰਡ ਜਾ ਕੇ ਪਤਾ ਕਰਦੇ ਆ। ਹੁਣ ਜਿਹੜਾ ਬੰਦਾ ਜਦੋਂ ਉਹਨਾਂ ਨੂੰ ਪਤਾ ਆ ਵੀ ਨੌਜਵਾਨੀ ਅਸੀਂ ਬਾਹਰ ਨੀ ਜਾਣ ਦੇਣੀ, ਨੌਜਵਾਨੀ ਖਤਮ ਕਰਨੀ ਆ, ਤੇ ਉਸ ਵੇਲੇ ਕਿਉਂ ਨਾ ਚੱਕ ਕੇ ਮਾਰਿਆ ਉਹਨੂੰ, ਕਲੀਅਰ ਪੀਸੀਸੀ ਕਿਉਂ ਦਿੱਤੀ ਉਹਨਾਂ ਨੇ? ਨਹੀਂ ਮਤਲਬ ਉਹ ਉਹਨਾਂ ਨੂੰ ਸੀਗਾ ਵੀ ਠੀਕ ਹੈ ਰੁਜ਼ਗਾਰ ਲਈ ਜਾਂਦੇ ਬਾਹਰ ਚਲ ਜਾਣ ਬਸ। ਉਹ ਤਾਂ ਅਸੀਂ ਐਵੇਂ ਗੱਲ ਅੜਾ ਦਿੱਤੀ, ਲੋਕਾਂ ਨੂੰ ਭੜਕਾਉਣ ਲਈ ਕੀਤਾ ਵੀ ਸਾਡੀਆਂ ਧੀਆਂ ਭੈਣਾਂ ਨਾਲ, ਜੇ ਸਾਡੀਆਂ ਧੀਆਂ ਅੱਜ ਦੇ ਜ਼ਮਾਨੇ ਚ ਕੋਈ ਬੰਦਾ, ਮੈਂ ਰੇਡੀਓ ਤੇ 2.5 ਘੰਟੇ ਹੋ ਰਿਹਾ ਹੁਣ ਮੈਂ ਸੁਣਨਾ ਚਾਹੁੰਦਾ, ਆਪਣੇ ਨਿਆਣਿਆਂ ਦੀ ਸਹੁੰ ਖਾ ਕੇ ਦਲੇਰ ਕੌਰ ਦੀ ਫੋਟੋ ਸਾਹਮਣੇ ਰੱਖ ਲਓ ਕਿ 16-17 ਸਾਲ ਦੀ ਇੱਕ ਨੌਜਵਾਨ ਪੂਰੀ ਮੁਟਿਆਰ, ਉਹ ਤੋਂ ਸੋਹਣੀ ਕੁੜੀ ਲੱਭਣੀ ਤੁਹਾਨੂੰ ਮੈਨੂੰ ਲੱਗਦਾ ਵੀ ਮੁਸ਼ਕਿਲ ਹੋਣੀ ਆ। ਜਾਣੀ ਇੰਨੀ ਸੋਹਣੀ ਕੁੜੀ ਜੇ ਸ਼ਰੇਆਮ ਪੰਜਾਬ ਚ ਇਹ ਕਹਿੰਦੀ ਹੈ ਨਾ ਵੀ AK-47 ਚੱਕ ਲਓ, ਨੌਜਵਾਨ ਨੂੰ ਆਹ ਕਰ ਦਿਓ, ਉਹ ਤੇ ਕੇਸ ਨੀ ਪੈ ਰਿਹਾ, ਤਾਂ ਸਮਝ ਲਓ ਪੁਲਿਸ ਸਾਡੀਆਂ ਧੀਆਂ ਭੈਣਾਂ ਨੂੰ ਬੇਪੱਤ ਨਹੀਂ ਕਰ ਸਕਦੀ। ਨਹੀਂ ਤਾਂ ਐਡੀ ਗੱਲ ਦਾ ਬਹਾਨਾ ਬਣਾ ਕੇ ਇੰਨੀ ਸੋਹਣੀ ਕੁੜੀ ਨੂੰ ਪੁਲਿਸ ਵਾਲੇ ਛੱਡ ਦਿੰਦੇ। ਜਾਣੀ ਹੁਣ ਤਾਂ 20 ਕੇਸ ਪਏ ਹੁੰਦੇ, ਉਹ ਤਾਂ ਕਈ ਰਾਤਾਂ ਥਾਣੇ ਚ ਰੱਖੀ ਹੁੰਦੀ ਉਹਨਾਂ ਨੇ, ਉਹ ਤਾਂ ਕੁੱਟ ਕੁੱਟ ਕੇ ਲਾਸ਼ਾਂ ਪਾਈਆਂ ਹੁੰਦੀਆਂ ਉਹਦੇ ਸਰੀਰ ਤੇ, 5-7 ਗੋਲੀਆਂ ਵੱਜੀਆਂ ਹੁੰਦੀਆਂ,
ਕੁੱਟ ਖਾ ਕੇ ਫੇਰ ਆ ਕੇ ਬੋਲਦੀ ਦੁਬਾਰਾ ਫੇਰ ਚੱਕਦੇ ਫੇਰ ਆ ਕੇ ਬੋਲਦੀ ਫੇਰ ਚੱਕਦੇ ਫੇਰ ਕਹਿੰਦੇ ਦੇਖੋ ਜੀ ਧੀਆਂ ਭੈਣਾਂ ਨੂੰ ਬੇਪਤ ਕਰਦੇ ਸਾਡੀਆਂ ਨੂੰ ਹਾਂ ਸ਼ਰੇਆਮ ਨੰਗੇ ਦਿਹਾੜੇ ਤੁਸੀਂ ਮੌਤ ਦੀਆਂ ਧਮਕੀਆਂ ਦਿੰਦੀ ਫਿਰਦੀ ਆ ਉਹ ਇਹ ਭਾਈ ਮਿਲੀ ਭੁਗਤਿਆ ਸਾਰੀ ਤੁਸੀਂ ਤੁਸੀਂ ਛੱਡੋ ਤੁਸੀਂ ਤਾਂ ਸਰਕਾਰ ਨੇ ਭਾਜੀ ਭਾਜੀ ਮੈਂ ਤੁਹਾਨੂੰ ਦੱਸਾਂ ਇਹ ਪਤਾ ਨੀ ਸਾਨੂੰ ਕਿਹੜੀ ਫੂਕ ਚ ਰੱਖਿਆ ਇਹਨਾਂ ਨੇ ਕਿਹੜੀ ਫੂਕ ਚ ਰੱਖਿਆ ਕਿ ਉਹ ਜਿਹੜਾ ਕਹਿੰਦਾ ਸੀ ਨਾ ਵੱਡਾ ਸਿੱਖਾਂ ਸਿੱਖ ਕਦੀ ਕੋਈ ਮੰਗਤਾ ਵੇਖਿਆ ਫਿਰ ਬਾਅਦ ਚ ਕਹਿੰਦਾ ਮੈਂ ਤੇ ਆਪ ਮੰਗਤਾ ਇਹ ਸਾਨੂੰ ਕਿਹੜੀ ਫੂਕ ਚ ਰੱਖਦੇ ਨੇ ਮੈਨੂੰ ਨੀ ਪਤਾ ਦੋ ਡਾਕੂਮੈਂਟਰੀਜ਼ ਨਿਕਲੀਆਂ ਨੇ ਕੈਨੇਡਾ ਦੀਆਂ ਇੱਕ ਵਿੱਚ ਇਹ ਆ ਕਿ ਬੱਚੇ ਨੂੰ ਇੱਕ ਦੋ ਕੁੜੀਆਂ ਉਹ ਤੁਸੀਂ ਅੱਜ ਸਰਚ ਮਾਰ ਲਓਗੇ ਨਾ ਚਾਈਲਡ ਅਬਿਊਸ ਦੀਆਂ ਚਾਈਲਡ ਅਬਿਊਸ ਦੇ ਵਿੱਚ ਸਭ ਤੋਂ ਜ਼ਿਆਦਾ ਅਸੀਂ ਲੋਕ ਹਾਂ ਆਪਣੇ ਘਰ ਦੀਆਂ ਕੁੜੀਆਂ ਨੂੰ ਦੋ ਕਾਰਨ ਦੋ ਤੁਹਾਨੂੰ ਮੈਂ ਦੱਸਦਾ ਅੱਜ ਡਾਕੂਮੈਂਟਰੀ ਆ ਅੱਜ ਉਹਨਾਂ ਦੀ ਬੱਚਿਆਂ ਦੀ ਇੱਕ ਕੁੜੀ ਆ ਜਿਹਦਾ ਪਿਓ ਉਹਦੇ ਨਾਲ ਕਰਦਾ ਰਿਹਾ ਉਹ ਅੰਮ੍ਰਿਤਧਾਰੀਆ ਸੀ ਦੂਸਰਾ ਇੱਕ ਉਹ ਆ ਵੈਂਕੂਵਰ ਦੀ ਹੈਗੀ ਆ ਉਹ ਦੋ ਭੈਣਾਂ ਦੇ ਨਾਲ ਉਹਨਾਂ ਦਾ ਮਾਮੇ ਦਾ ਮੁੰਡਾ ਉੱਥੋਂ ਪੰਜਾਬ ਤੋਂ ਬੁਲਾਇਆ ਪੱਕੇ ਕਰਨ ਵਾਸਤੇ ਉਹਦੇ ਮਾਮੇ ਨੇ ਉਹ ਉਹਨਾਂ ਨਾਲ ਸਾਲ ਦਾ ਸਾਲ ਕਰਦਾ ਰਿਹਾ ਤੇ ਜਦੋਂ ਆਹ ਦੋਨੋਂ ਕੇਸਾਂ ਵਿੱਚ ਜਦੋਂ ਕੁੜੀਆਂ ਨੇ ਆਵਾਜ਼ ਉਠਾਈ ਇਨਸਟੈਡ ਕਿ ਉਹ ਕੁੜੀਆਂ ਦਾ ਸਾਥ ਦੇਣ ਕਮਿਊਨਿਟੀ ਨੇ ਕੁੜੀਆਂ ਨੂੰ ਬੇਦਖਲ ਕੀਤਾ ਹੈ ਕਿਉਂਕਿ ਬੱਚੇ ਨੂੰ ਮਾਰਨ ਵਿੱਚ ਕੁੜੀ ਦੀ ਮਾਂ ਨਰਸਿਆ ਤੇ ਕੁੜੀ ਦੇ ਕਜ਼ਨ ਨੇ ਸਾਥ ਦਿੱਤਾ ਮਾਂ ਦਾ ਜਿਹੜਾ ਉਹ ਇਲੀਗਲ ਆਇਆ ਸੀ ਮੁੰਡਾ ਜਿਹੜਾ ਉਹ ਇਲੀਗਲ ਮੁੰਡਾ ਆਇਆ ਸੀ ਹਨਾ ਇਹ ਸਾਡਾ ਤੇ ਕਿਰਦਾਰ ਇਹੋ ਜਿਹਾ ਰਹਿ ਚੁੱਕਾ ਹੈ ਤੇ ਜੇ ਹੁਣ ਗੱਲ ਦੂਸਰੀ ਭਾਜੀ ਗੱਲ ਪਤਾ ਕੀ ਆ ਭੀੜ ਜਿਹੜੀ ਹੈਗੀ ਨਾ ਭੀੜ ਜੇ ਅੱਜ ਭੀੜ ਮੋਦੀ ਪਿੱਛੇ ਆ ਜੇ ਅੱਜ ਭੀੜ ਟਕਸਾਲ ਪਿੱਛੇ ਆ ਨਾ ਤੇ ਉਹ ਭੀੜ ਪਹਿਲਾਂ ਔਰੰਗਜ਼ੇਬ ਪਿੱਛੇ ਸੀ ਉਹੀ ਭੀੜ ਪਹਿਲਾਂ ਇਹੋ ਜਿਹੇ ਹਿਟਲਰ ਦੇ ਪਿੱਛੇ ਰਹੀ ਆ ਕਦੀ ਸੁਣਿਆ ਸੀ ਕਿ ਹਿਟਲਰ ਦੇ ਨਾਲ ਚਾਰ ਬੰਦੇ ਸੀ ਜਾਂ ਦਸ ਬੰਦੇ ਸੀ ਤੇ ਉਹਨੂੰ ਮਾਰਨ ਲਈ ਧਮਕੀਆਂ ਮਿਲਦੀਆਂ ਸੀ ਉਹਦੇ ਨਾਲ ਪੂਰੇ ਪੂਰਾ ਯੂਰਪ ਖਲੋ ਗਿਆ ਸੀ ਉਸ ਟਾਈਮ ਤੇ ਜੇ ਨਾ ਮਾਰਦਾ ਅੱਜ ਦੇ ਟਾਈਮ ਤੇ ਉਹਨਾਂ ਨੇ ਹਿਟਲਰ ਨੂੰ ਉਹਨਾਂ ਨੇ ਰੱਬ ਬਣਾ ਕੇ ਛੱਡਣਾ ਸੀ ਉਹਨੂੰ ਫਿਊਰਰ ਕਹਿੰਦੇ ਸੀ ਕਿੱਦਾਂ ਲੀਡਰ ਉਹਨੂੰ ਬੋਲਿਆ ਜਾਂਦਾ ਸੀ ਹੁਣ ਇੱਕ ਲਾਸਟ ਗੱਲ ਮੈਂ ਕਰਦਾ ਭਾਜੀ ਇੱਕ ਜਿਹੜੇ ਤੁਹਾਨੂੰ ਪਤਾ ਹੋਊਗਾ ਆਹ ਵੀਰ ਨਾਲ ਲਾਗੇ ਬੈਠਾ ਇਹ ਡਾਕੂਮੈਂਟਰੀ ਮੇਰੇ ਵਾਂਗ ਬਹੁਤ ਦੇਖਦਾ ਹੈ ਜਿਹੜੇ ਅਮੈਰੀਕਨ ਨੰਨਸ ਹੈਗੀਆਂ ਨਾ ਨੰਨਸ ਹੁੰਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਵਰਜਿਨ ਰਹਿਣਾ ਸਾਰੀ ਉਮਰ ਠੀਕ ਹੈ ਤੇ ਤੁਸੀਂ ਜੀਸਸ ਦੀਆਂ ਨਾਲ ਵਿਆਹੀਆਂ ਗਈਆਂ ਇਹ ਕਿਹਾ ਜਾਂਦਾ ਤੇ ਤੁਸੀਂ ਵਰਜਿਨ ਹੀ ਰਹਿਣਾ ਉਹ ਇਹਦੇ ਵਿੱਚ ਨਾ ਪਿੱਛੇ ਜਦੋਂ ਤੱਕ ਮੂਵੀ ਵੀ ਬਣੀ ਸੀ ਕਿ ਉਹਨਾਂ ਦਾ ਸ਼ੋਸ਼ਣ ਬਹੁਤ ਕਰਦੇ ਨੇ ਉੱਥੋਂ ਦੇ ਫਾਦਰ ਜਿਹੜੇ ਫਾਦਰ ਹੈਗੇ ਨਾ ਉੱਥੋਂ ਦੇ ਫਾਦਰ ਇਹਦਾ ਕਹਿੰਦੇ ਜਿਹੜੇ ਪ੍ਰੀਸਟ ਹੋਣਗੇ ਉਹਨਾਂ ਦੇ ਫਾਦਰ ਮੈਂ ਕਹਿ ਦੇਣਾ ਚਾਹੁੰਦਾ ਹੁੰਦਾ ਮੈਂ ਜਿਹੜੇ ਪ੍ਰੀਸਟ ਹੋਣਗੇ ਜਿਹਨਾਂ ਦੇ ਅਧਿਆਪਕ ਨੇ ਉਹ ਉਹਨਾਂ ਦਾ ਸ਼ੋਸ਼ਣ ਕਰਦੇ ਸੀ ਉਹ ਫੜੇ ਵੀ ਗਏ ਸੀ ਕੁਝ ਚਾਈਲਡ ਮੋਲੈਸਟ੍ਰੇਸ਼ਨ ਵੀ ਆਉਂਦੀ ਸੀ ਕਿ ਜਿਹੜੇ ਨਿੱਕੀਆਂ ਨਿੱਕੀਆਂ ਲੋਕੀ ਭੇਜ ਦਿੰਦੇ ਨੇ ਹੁਣ ਮੈਂ ਭਾਜੀ ਮੈਂ ਪੜਿਆ ਸੰਤ ਸਿੰਘ ਸੁੱਖਾ ਸਿੰਘ ਸਕੂਲ ਅੰਮ੍ਰਿਤਸਰ ਜਿਹੜਾ ਛੇਵੀਂ ਤੋਂ ਬਾਅਦ ਮੁੰਡੇ ਵੱਖਰੇ ਕਰ ਦਿੰਦੇ ਸੀ ਮੁੰਡਿਆਂ ਦੀ ਵੱਖਰੀ ਬਿਲਡਿੰਗ ਸੀ ਕੁੜੀਆਂ ਦੀ ਵੱਖਰੀ ਸੀ ਮੈਂ ਤੁਹਾਨੂੰ ਦੱਸ ਨੀ ਸਕਦਾ ਭਾਜੀ ਸੱਤਵੀਂ ਤੋਂ ਜਿਹੜਾ ਕੰਮ ਸਟਾਰਟ ਹੋ ਜਾਂਦਾ ਨਾ ਸੱਤਵੀਂ ਦਾ ਬੱਚਾ ਅੱਜ ਕੀ ਹੁੰਦਾ ਉਹਨੂੰ ਦੇਖ ਕੇ ਨਾ ਉਹਨੂੰ ਡਰ ਆਉਂਦਾ ਕਿ ਉਹ ਸਕੂਲ ਚ ਬੱਚੇ ਕੀ ਜਿਹੜੇ ਮੁੰਡੇ ਸੀ ਉਹ ਮੁੰਡਿਆਂ ਨਾਲ ਹੀ ਕੀ ਨੀ ਕਰਦੇ ਰਹੇ ਤੇ ਜਿਹੜੀਆਂ ਇਹਨਾਂ ਦੀਆਂ ਇੱਥੋਂ ਜਿਹੜੀ ਟਕਸਾਲ ਮਹਿਤਾ ਚੌਂਕ ਜਿਹੜੀ ਭਰਤੀ ਆ ਉਹ ਕਿੱਦਾਂ ਕਾਬੂ ਕਰਦੇ ਨੇ ਕਦੀ ਇਹਨਾਂ ਨੇ ਦੂਜਿਆਂ ਨੂੰ ਦੱਸਿਆ ਜਿੱਦਾਂ ਯੋਗਦੇਵ ਰਾਮਦੇਵ ਜਾਂ ਐਂਡ ਆਲ ਜਿੰਨੇ ਵੀ ਬੰਦੇ ਦੀ ਦੇਖਦੇ ਹੋ ਹਿੰਦੂਆਂ ਦੇ ਉਹ ਤੇ ਦੱਸਦੇ ਨਾ ਕਿ ਆਹ ਯੋਗ ਪ੍ਰਕਿਰਿਆ ਕਰੋ ਜਾਂ ਆਹ ਕਰੋ ਇਹਨੂੰ ਕੱਜਦਾ ਉਸ ਵਾਲੇ ਕਹਿੰਦੇ ਨੇ ਕਿ ਇਹਨੂੰ ਜਾਂ ਛੱਡੋ ਜਾਂ ਕੱਢੋ ਜਿੱਦਾਂ ਮਰਜ਼ੀ ਆ ਅੱਜ ਤੱਕ ਟਕਸਾਲ ਨੇ ਜਾਂ ਇਹਨਾਂ ਨੇ ਕੁਛ ਦੱਸਿਆ ਕਿ ਸਾਡੇ ਕੋਲ ਆਹ ਨੁਕਸਾ ਹੈਗਾ ਇਹਦੇ ਨਾਲ ਤੁਹਾਡੇ ਕੰਮ ਤੇ ਉੱਤੇ ਮਤਲਬ ਕੀ ਕਹਿੰਦੇ ਕਾਬੂ ਰਹੂਗਾ ਹੁਣ ਅੱਠਵੀਂ ਦਾ ਨੌਵੀਂ ਦਾ ਬੱਚਾ ਜਦੋਂ ਪਿਊਬਰਟੀ ਚ ਆਉਂਦਾ ਹੈ ਉਹ ਕਿਹੜੀ ਕਰਤੂਤ ਨਹੀਂ ਕਰਦਾ ਇਹ ਮੇਰੀ ਅੱਖੀ ਵੇਖੀ ਕਰਤੂਤ ਆ ਤੇ ਉਹਦਾ ਐਗਜ਼ਾਮਪਲ ਹੈਗਾ ਉਦੋਕੋ ਵਰਗੇ ਬੰਦੇ ਜਿਹੜੇ ਕਿ ਕੌਮ ਦੇ ਕਹਿੰਦੇ ਨੇ ਸਾਡਾ ਮਿਸ਼ਨ ਆ ਅਸੀਂ ਮਿਸ਼ਨ ਲੈ ਕੇ ਚੱਲੇ ਹੋਏ ਆ ਤੇ ਉਹਨੂੰ ਕਹਿੰਦਾ ਇੱਕ ਵਾਰੀ ਬਸ ਆਈ ਲਵ ਯੂ ਕਹਿੰਦੇ ਮੈਂ ਫੋਨ ਰੱਖੂਗਾ ਤੁਹਾਨੂੰ ਮੈਨੂੰ ਲੱਗਦਾ ਤੁਸੀਂ ਪੂਰੀ ਨੀ ਸੁਣੀ ਇਹ ਤਾਂ ਕੰਜਰ ਦਾ ਉਹਨੂੰ ਗਾਹਾਂ ਜਾ ਕੇ ਕਹਿੰਦਾ ਇੱਕ ਭੈਣ ਦੀ ਗਾਲੀ ਕੱਢ ਦੇ ਤੁਸੀਂ ਅੱਧਾ ਘੰਟੇ ਸੁਣੀ ਨਹੀਂ ਨਹੀਂ ਮੈਂ ਅੱਧੇ ਘੰਟੇ ਦੀ ਸੁਣਨਾ ਮੇਰੇ ਵਾਸਤੇ ਤਾਂ ਮੇਰੇ ਵਾਸਤੇ ਨਹਾਉਣ ਦੇ ਬਰਾਬਰ ਸੀ ਮੈਨੂੰ ਐਂ ਲੱਗ ਰਿਹਾ ਸੀ ਕਿ ਅੱਜ ਮੇਰੇ ਤੇ ਕਿਸੇ ਨੇ ਚਿੱਕੜ ਫੁੱਟਿਆ ਏਦਾਂ ਫੀਲ ਹੁੰਦਾ ਸੀ ਐਡੀ ਦੁਰਗੰਧ ਬੋਝ ਨੀ ਨਾ ਬੋ ਆ ਜਾਂਦੀ ਕਿਸੇ ਦੀ ਗੱਲ ਤੋਂ ਉਹੋ ਜਿਹੀ ਬੋ ਆਉਂਦੀ ਸੀ ਉਹਦੀ ਗੱਲਾਂ ਤੋਂ ਜਨਾਨੀ ਦੀ ਗੱਲਾਂ ਤੋਂ ਤੇ ਉੱਤੋਂ ਇਹੋ ਜਿਹੇ ਬੁੱਝੜ ਦੀ ਗੱਲਾਂ ਤੋਂ ਜਿਹੜਾ ਕੌਮ ਨੂੰ ਕਹਿੰਦਾ ਕਿ ਬਾਬਾ ਦੀਪਾ ਬਾਬਾ ਪੀਪਾ ਇਹ ਕਰ ਕਰਾ ਕੇ ਸਾਨੂੰ ਬੇਵਕੂਫ ਬਣਾ ਕੇ ਰੱਖਿਆ ਇਹਨਾਂ ਨੇ ਉਹੋ ਜਿਹੀ ਕੌਮ ਆ ਲੱਗੀ ਭੀੜ ਲੱਗੀ ਰਹੋ ਹੋਰ ਕੀ ਇਹਨਾਂ ਨੂੰ ਕਹਿ ਦੇ ਸਕਦੇ ਉਹ ਪੰਜਵੀਂ ਜਮਾਤ ਦੀ ਗੱਲ ਕਰਦੇ ਨਾ ਕਿ ਪੰਜਵੀਂ ਜਮਾਤ ਦੇ ਬੱਚੇ ਦਾ ਆਈਕਿਊ ਜ਼ਿਆਦਾ ਹੁੰਦਾ ਤੇਜ਼ ਬਾਹਰ ਦੇ ਦਾ ਇਹਨਾਂ ਦਾ ਨੀ ਹੈਗਾ ਜਿਹਨਾਂ ਨੂੰ ਦਿਖਦਾ ਨੀ ਇਹੋ ਬੰਦੇ ਆ ਕੇ ਇਹਨਾਂ ਨੂੰ ਤੁਸੀਂ ਗੋਲਡ ਮੈਡਲ ਬਣਾਉਂਦੇ ਹੋ ਚਲੋ ਭਾਜੀ ਮੇਰੇ ਬਸ ਆਪਣੇ ਅਜਿਹੀ ਗੱਲ ਕਰਨੀ ਸੀ ਆਹ ਮੈਂ ਵੀਡੀਓ ਦੇਖੀ ਆਈ ਵਾਜ਼ ਵੈਰੀ ਮਚ ਸ਼ੌਕ ਥੈਂਕ ਯੂ ਸਰ
ਥੈਂਕ ਯੂ ਜੀ। ਕੋਈ ਨੀ ਜੀ, ਬਲਜਿੰਦਰ ਨੇ ਵੀਰਵਾਰ ਨੂੰ ਉਹਦੇ ਉੱਤੇ ਗੱਲਬਾਤ ਕਰਨੀ ਹੈ। ਠੀਕ ਹੈ ਜੀ। ਤੇ ਆਪਾਂ 107 ਤੋਂ ਸਰੋਤੇ ਚੱਲ ਗਏ ਆ। ਵਟਸਐਪ ਤੇ ਤੁਸੀਂ ਆਉਂਦੇ ਰਹੋ ਜੀ। ਹਾਂਜੀ, ਵਟਸਐਪ ਤੇ ਆਉਂਦੇ ਰਹੋ ਜੀ ਤੁਸੀਂ। ਹੈਲੋ। ਹਾਂਜੀ ਹਾਂਜੀ, ਤੁਸੀਂ ਆਉਂਦੇ ਰਹੋ। ਹਾਂਜੀ ਹਾਂਜੀ ਭਾਜੀ, ਕੀ ਹਾਲ ਚਾਲ ਜੀ? ਠੀਕ ਆ ਜੀ, ਠੀਕ ਆ, ਬਹੁਤ ਵਧੀਆ। ਨਹੀਂ ਸੋਰੀ ਜੀ, ਤੁਹਾਡੀ ਕਾਲ ਡਰੋਪ ਹੋ ਗਈ ਆ, ਤੇ ਹੁਣ ਤੁਸੀਂ ਸਾਡੇ ਵੱਲੋਂ ਨਹੀਂ ਹੋਈ, ਤੁਹਾਡੇ ਵੱਲੋਂ ਹੀ ਹੋਈ ਆ। ਦੁਬਾਰਾ ਤੁਸੀਂ ਕਰੋਗੇ ਤਾਂ ਗੱਲ ਕਰ ਰਹੇ। ਦੇਖੋ ਉਹ ਚੀਜ਼ ਨਾ, ਇਹ ਬੰਦੇ ਰੌਲਾ ਪਾਉਂਦੇ ਆ ਵੀ ਨਾ ਧਰਮ, ਇਹਨਾਂ ਨੂੰ ਸਮਝ ਨਹੀਂ ਮਿਸ਼ਨਰੀਆਂ ਨੂੰ, ਇਹ ਅਪਗ੍ਰੇਡਾਂ ਨੂੰ ਪਤਾ ਨਹੀਂ ਕੁਛ ਵੀ। ਭਈ ਉਹ ਅਧਿਆਤਮਕ ਹੁੰਦੇ ਬੰਦੇ, ਉਹ ਰੂਹਾਨੀਅਤ ਹੁੰਦੀ ਉਹਨਾਂ 'ਚ, ਇੰਨੀ ਉਹਨਾਂ ਦਾ ਸਾਥ ਨਹੀਂ, ਜਿਹਨਾਂ ਨੂੰ ਕਹਿੰਦੇ ਸਿਰਾ ਬੰਦੇ, ਸਿਰਾ ਇੰਨੀ ਸੰਗ ਨਹੀਂ ਮਾਣਿਆ ਉਹਨਾਂ ਦਾ, ਲਾਣ ਤੇ ਆ ਜਾ ਰਹੇ ਇਹੋ ਜਿਹਾ ਦੇ ਸੰਗ ਮਾਨਣ ਦੇ। ਹੈਂ, ਅਸੀਂ ਤਾਂ ਮੈਂ ਕਹਿੰਦਾ ਨੰਗੀਏ ਨਾ ਗਲੀ ਇਹੋ ਜਿਹਾ ਕਤੀੜ ਦੇ ਜਿਹੜੀ ਇੰਨੇ ਗੰਦ ਨਾਲ ਭਰੀ ਹੋਈ ਆ। ਕਿਹੜੇ ਬ੍ਰਹਮ ਗਿਆਨ ਦੀ ਗੱਲ ਕਰਦੇ ਹੋ? ਨਾਨਕ ਸਰੀਆਂ ਦਾ ਬਾਬਾ ਟੱਬਰ ਜਾ ਕੇ ਬੈਠਾ, ਬੀਬੀ ਨੇ ਗੱਲ ਕੀਤੀ ਵੀ ਬਾਬਾ ਜੀ ਵੀ ਮੈਨੂੰ ਮੇਰੇ ਟੱਬਰ 'ਚ ਇੱਦਾਂ ਕਲੇਸ਼ ਰਹਿੰਦਾ ਵੀ ਮੈਨੂੰ ਗੁੱਸਾ ਬਹੁਤ ਆਉਂਦਾ। ਹਾਂਜੀ। ਕਹਿੰਦਾ ਬੈਠ, ਤੇਰੀ ਕੱਢਦੇ ਆ ਗਰਮੀ, ਉਹਦੇ ਖਸਮ ਦੇ ਸਾਹਮਣੇ ਜਾਣੀ, ਆਲੇ ਦੁਆਲੇ ਹੋਰ ਬੰਦੇ ਬੈਠੇ ਆ, ਉਹ ਤਾਂ ਜਾਣੀ ਇੱਦਾਂ ਜਦੋਂ ਇੱਦਾਂ ਹੋ ਗਿਆ ਵੀ ਸਾਰੇ ਹਿਲਜੁਲ ਜੇ ਹੋ ਗਏ ਵੀ ਕੀ ਕਹਿ, ਤਾਂ ਹੁਣ ਕਿਸੇ ਔਰਤ ਨੂੰ ਇਹ ਕਹਿਣਾ ਵੀ ਕੱਢ, ਠਹਿਰ ਜਰਾ ਤੇਰੀ ਗਰਮੀ ਕੱਢਦੇ ਆ ਤੇਰੀ, ਬੰਦੇ ਵੱਲੋਂ ਇਹ ਕਹਿਣਾ ਹਨਾ, ਕੋਈ ਜਾਣੀ ਮਾਂ ਨਿਆਣੇ ਨੂੰ ਕਹੇ, ਟੀਚਰ ਬੱਚੇ ਨੂੰ ਕਹੇ ਵੀ ਤੈਨੂੰ ਗਰਮੀ ਚੜੀ ਉਹ ਤੇਰੀ ਕੱਢਦਾ ਮੈਂ, ਉਹਦੇ ਅਰਥ ਤਾਂ ਅਗਲਾ ਲਊਗਾ। ਹੁਣ ਕਿਸ ਇੱਕ ਬੰਦਾ ਔਰਤ ਨੂੰ ਕਹਿ ਰਿਹਾ, ਉਹਦੇ ਅਰਥ ਕੀ ਲਊਗਾ? ਉਹ ਵੀ ਜਿਹੜਾ ਬੰਦਾ ਵਿਆਹਿਆ ਨਹੀਂ ਹੈਗਾ, ਜਿਹਦੇ ਨਾਂ ਨਾਲ ਗੱਲ ਹੀ ਜੁੜੀ ਹੋਵੇ ਵੀ ਡੇਰਿਆਂ 'ਚ ਇਹਨਾਂ ਦੀ ਤੀਵੀਆਂ ਜਾਣੀਆਂ ਜਾਣੀ, ਉਹ ਕਹਿੰਦਾ ਵੀ ਤੇਰੀ ਗਰਮੀ ਕੱਢਦੇ ਤੇਰੀ। ਠੀਕ ਹੈ ਵੀ ਇਹੋ ਜਿਹੇ ਬੰਦਿਆਂ ਨੂੰ ਇਹ ਬ੍ਰਹਮ ਗਿਆਨੀ ਦੱਸਦੇ ਆ ਜਾਣੀ, ਸਭ ਲੱਖ ਲਾਣ ਤੇ। ਵਟਸਐਪ ਤੇ ਤੁਸੀਂ ਆਉਂਦੇ ਰਹੋ ਜੀ। ਹਾਂ ਫਤਿਹ ਜੀ। ਸਰ ਜੀ, ਇੱਕ ਤਾਂ ਕੱਲ ਆਪਣੇ ਭਾਈ ਸਾਹਿਬ ਵਾਰੀ ਜਿਹੜਾ ਆਨਲਾਈਨ ਚੱਲਦਾ ਸੀ ਤੇ ਇਹਨਾਂ ਤੇ ਗੱਲ ਇੱਕ ਕਰਨ ਡਿਆ ਸੀ ਭੇਟਾ ਬਾਰੇ, ਵੀ ਤੁਸੀਂ ਭੇਟਾ ਐਂ ਬਣਾਉਂਦੇ ਜੇ ਐਂ ਬਣਾਉਂਦੇ ਜੇ, ਇੱਕ ਚੱਲਦੀ ਸੋਸ਼ਲ ਮੀਡੀਆ ਤੇ ਉਹ ਭਾਈ ਸਾਹਿਬ ਨੂੰ ਵੀ ਜਿਹੜਾ ਕੀਰਤਨ ਭੇਟਾ ਦਿੱਤੀ ਸੀ ਉਹਦੀ ਵੀ ਬੜੀ ਗੱਲ ਚੱਲੀ ਏ, ਤੇ ਉਹ ਮੈਂ ਇਹਨੂੰ ਆਖਿਆ ਇੱਕ ਮੇਰੇ ਨਾਲ ਵੀ ਜਿੱਦਾਂ ਮੈਂ ਵੀਰ, ਉਹ ਤਾਂ 9 ਦੀਵਾਨ ਲਾ ਕੇ ਭੇਟਾ ਲਈਏ ਤੇ ਕਈ ਜਾ ਕੇ ਜਿਹੜੇ ਸ਼੍ਰੀ ਚੰਦ ਤੇ ਲਫਾਹੇ ਜਾ ਕੇ ਫੜਦੇ ਨੇ ਉਹ ਕੀ ਲੈਣ ਜਾਂਦੇ, ਉਹ ਜਾ ਕੇ ਉੱਥੇ ਕਿੰਨੀਆਂ ਕਥਾ ਸੁਣਾਉਂਦੇ ਨੇ ਕੋਈ, ਨਾਲੇ ਇੱਕ ਉਦਾਂ ਖਿਆਲ ਕਰਿਆ ਕਰੋ ਜਿਹੜੀਆਂ ਨਾ ਇੱਦਾਂ ਦੀਆਂ ਗੱਲਾਂ ਹੁੰਦੀਆਂ ਉਹਨਾਂ ਨੂੰ ਛੱਡ ਦੇਈਦਾ ਹੁੰਦਾ, ਕੋਈ ਗੱਲ ਨਹੀਂ, ਕਿਉਂਕਿ ਉਹਨੀ ਜਦੋਂ ਜੇ ਛੋਟੀ ਛੋਟੀ ਗੱਲ ਦੀ ਉਹਨਾਂ ਦੀ ਨੂੰ ਸੀਰੀਅਸ ਲੈ ਕੇ ਅਸੀਂ ਜਵਾਬ ਦੇਣ ਲੱਗੇ, ਹਨਾ, ਫਿਰ ਤਾਂ ਅਸੀਂ ਮਰ ਜਾਂਗੇ ਉਹ ਭਲਕੇ ਨੂੰ ਇੱਦਾਂ, ਕਿਉਂਕਿ ਜਦੋਂ ਅਸੀਂ ਸਫਾਈ ਦੇਣ ਲੱਗੇ ਫਿਰ ਉਹਨੀ ਹੋਰ ਉਹਨੀ ਕਹਿਣਾ ਅੱਛਾ ਵਿਕਾਰ ਦੱਸੋ, ਉਹਨੇ ਕਹਿਣਾ ਲੋਈ ਦੱਸੋ ਇੰਨੀਆਂ ਲੋਈਆਂ ਕਾਹਦੇ, ਮਤਲਬ ਕਿਹੜੀ ਕਿਹੜੀ ਸਿੱਧੀ ਗੱਲ ਹੈ ਭਾਈ ਤੂੰ ਭਾਈ ਦੇਖੋ ਪੰਜਾਬੀ ਦੇ ਵਿੱਚ ਅਗਲੇ ਨੂੰ ਬਹੁਤ ਸਲੀਕੇ ਦੇ ਨਾਲ ਜਦੋਂ ਜਵਾਬ ਦੇਣਾ ਹੁੰਦਾ ਨਾ ਅਗਲੇ ਨੂੰ, ਜਦੋਂ ਅਸੀਂ ਆਪਣਾ ਸਮਝ ਕੇ ਅਗਲੇ ਨੂੰ ਨੇੜੇ ਦਾ ਸਮਝ ਕੇ ਇੱਦਾਂ ਇੱਦਾਂ ਕਹਿੰਦੇ ਹਾਂ ਵੀ ਦੇਖ ਵੀਰਾ ਭਾਈ ਅਸੀਂ ਸਾਨੂੰ ਆਪਣਾ ਕੰਮ ਕਰ ਲੈਣ ਦੇ ਤੂੰ ਆਪਣਾ ਕਰ ਲਾ, ਉਹਨੂੰ ਇੱਦਾਂ ਕਹਿੰਦੇ ਹੁੰਦੇ ਆ ਵੀ ਤੂੰ ਸਾਲਾ ਲੱਗਦਾ, ਅਗਲਾ ਪੁੱਛੇ ਉਹਨੂੰ ਕਹੀਦਾ ਵੀ ਤੂੰ ਸਾਲਾ ਲੱਗਦਾ ਅਸੀਂ ਤਾਂ ਇੱਦਾਂ ਹੀ ਕਰਨੀ ਆ ਬਈ, ਤੇ ਥੋੜੀ ਸਖਤ ਟੋਨ ਦੇ ਵਿੱਚ ਕਹੀਦਾ ਹੁੰਦਾ। ਠੀਕ ਹੈ ਠੀਕ ਹੈ। ਤੇ ਇੱਕ ਭਾਈ ਸਾਹਿਬ ਜੀ, ਆਪਾਂ ਨਾ ਤੁਹਾਡਾ ਜੇ ਤੁਸੀਂ ਲੱਗੇ ਹੁੰਦੇ ਨਾ ਆਨਲਾਈਨ ਤੁਹਾਡੇ ਨੰਬਰ ਹੀ ਲੱਗ ਜਾਂਦਾ, ਮੈਂ ਦੂਸਰਾ ਨੰਬਰ ਲਾਉਣਾ ਵੇ ਜੇ ਭਾਈ ਸਾਹਿਬ ਲੱਗੇ ਹੁਣ ਬਲਜਿੰਦਰ ਭਾਜੀ ਰੀ ਜਾਂ ਦੂਸਰੇ ਭਾਜੀ ਰੀ, ਤੇ ਉਹ ਕਿਹੜੇ ਨੰਬਰ ਤੇ ਮੈਂ ਕਾਲ ਕਰਾਂ ਜੀ? ਬਲਜਿੰਦਰ ਦਾ ਸੁਭਾਅ ਬਹੁਤ ਕੱਬਾ ਹੈ ਜੀ, ਉਹ ਮੋਬਾਈਲ ਫੋਨ ਨਹੀਂ ਚੱਕਦਾ। ਮੈਂ ਇੱਕ ਦਿਨ ਕਹਿ ਦਿੱਤਾ, ਮੈਂ ਕਿਹਾ ਵੀ ਬਲਜਿੰਦਰ ਨੂੰ ਮੋਬਾਈਲ ਤੇ ਫੋਨ ਕਰ ਕਰਕੇ ਇੱਦਾਂ ਕਹੋ ਤੁਸੀਂ ਭਈ ਆਉਣ ਵਾਲੇ 2-3 ਪ੍ਰੋਗਰਾਮ ਕਰੇ, ਪਤਾ ਨਹੀਂ ਕਿੰਨਿਆਂ ਕੁ ਬੰਦਿਆਂ ਨੇ ਮੈਨੂੰ ਮੈਸੇਜ ਕੀਤੇ ਵੀ ਭਾਜੀ ਨੰਬਰ ਜਿਹੜਾ ਤੁਸੀਂ ਦਿੱਤਾ ਚੱਲ ਨਹੀਂ ਰਿਹਾ, ਚੱਕ ਨਹੀਂ ਰਿਹਾ। ਮੈਂ ਕਿਹਾ ਉਹ ਬੜਾ ਢੀਠ ਆ ਉਹ। ਕੋਈ ਨੀ ਜੀ, ਉਹ ਤੁਸੀਂ ਕੋਈ ਨਾ ਕੋਈ ਇੰਤਜ਼ਾਮ ਕਰ ਦਿੰਦੇ ਹੋ, ਪਰ 2-3 ਹੁਣ ਹੈਗੇ ਆ ਦਿਨ ਹੈਗੇ ਸਾਡੇ ਬਿਜੀ ਸਾਰੇ। ਵੈਸੇ ਵੀ ਸਰੋਤਿਆਂ ਨੂੰ ਬੇਨਤੀ ਆ, ਸਮਾਨ ਜ਼ਿਆਦਾ ਆ, ਬਲਜਿੰਦਰ ਕੋਲ ਤਾਂ ਬਹੁਤ ਜਮ੍ਹਾਂ ਹੋਇਆ ਆ, ਗੱਲ ਉਹਨੂੰ ਦੋਕੇ ਦੀ ਕਰਨੀ ਆ ਤਾਂ ਅੱਜ ਪੱਡੇ ਦੇ ਟਵਾਣੇ ਦੇ ਉੱਧਰ ਹਰਦੇਵ ਸਿੰਘ ਜੰਮੂ ਚੱਲ ਗਿਆ ਪੱਡੇ ਦੇ ਪ੍ਰੋਗਰਾਮ 'ਚ ਅੱਜ, ਉਹ 5-6 ਕਲਿੱਪ ਮੈਂ ਬਲਜਿੰਦਰ ਨੂੰ ਹੋਰ ਭੇਜ ਦਿੱਤੇ ਤੇ ਹੁਣ ਪਤਾ ਨਹੀਂ ਉਹਨੂੰ, ਉਹ ਤਾਂ ਇੱਦਾਂ ਉਲਝਿਆ ਪਿਆ ਹੋਣਾ ਵੀ ਉੱਦਣ ਨੂੰ ਕਰਨਾ ਕੀ ਆ ਵੀਰਵਾਰ ਨੂੰ, ਤੇ ਫੋਨ ਤੁਸੀਂ ਨਾ ਹੀ ਕਰਿਓ ਤਾਂ ਵਧੀਆ ਆ, ਉੱਦਣ 2-3 ਹਫ਼ਤੇ ਲੰਘ ਲੈਣ ਦਿਓ ਉਹਦੇ ਫਿਰ ਦੇਖਦੇ ਆਪਾਂ।
ਉਹ ਸਿੱਧਾ ਮਤਲਬ ਜਦੋਂ ਤੁਸੀਂ ਨਾ ਕਾਲਿੰਗ ਤੇ ਹੋਵੇ ਤੁਹਾਨੂੰ ਤਾਂ ਜਦੋਂ ਤੁਸੀਂ ਹੁੰਦੇ ਵਟਸਐਪ ਤੇ ਲਾ ਲੈਂਦੇ ਇਹਨਾਂ ਦੇ ਕਾਲਿੰਗ ਤੇ ਇੰਡੀਆ ਤੋਂ ਹੀ ਫੋਨ ਲਾਉਣਾ ਹੋਵੇ ਤੇ ਕਿੱਦਾਂ ਮਤਲਬ ਨੈਟ ਤੋਂ ਨਹੀਂ ਨਹੀਂ ਅਜੇ ਅਜੇ ਦੋ ਤਿੰਨ ਹਫ਼ਤੇ ਨਾ ਕਰੋ ਤਾਂ ਚੰਗਾ ਆ ਅਸਲ ਚ ਗੱਲ ਇਹ ਆ ਵੀ ਸਾਨੂੰ ਬਲਜਿੰਦਰ ਦੋ ਤਿੰਨ ਹੋਰ ਚਾਹੀਦੇ ਆ ਬਲਜਿੰਦਰ ਥੋੜੇ ਆ ਸਾਡੀ ਇੱਕੋ ਹੀ ਆ ਸਤਿ ਸ੍ਰੀ ਅਕਾਲ ਬਹੁਤ ਵਧੀਆ ਹਨਾ ਮੈਂ ਕੈਲੀਫੋਰਨੀਆ ਮੋਡੈਸਟੋ ਸਿਟੀ ਤੋਂ ਬੋਲਦਾ ਹਨਾ ਉਹ ਯਾਰ ਬਾਈ ਠੀਕ ਹੈ ਜੀ ਤੇ ਮੈਂ ਵਾਲ ਨਹੀਂ ਰੱਖੇ ਹੋਏ ਮੈਂ ਜਾਣੀ ਕਿ ਵਾਲ ਕਟਾਏ ਹੋਏ ਆ ਤੇ ਮੈਨੂੰ ਮੈਂ ਤੁਹਾਡੀਆਂ ਗੱਲਾਂ ਸੁਣਦਾ ਮੈਂ ਪਟਿਆਲੇ ਤੋਂ ਹੀ ਆ ਜੀ ਮੇਰਾ ਜਿਹੜਾ ਪਿੰਡ ਆ ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ਤੋਂ ਥੋੜੀ ਹੀ ਦੂਰ ਆ ਕੋਈ ਗੱਲ ਨਹੀਂ ਜੀ ਇਹ ਗੱਲਾਂ ਦੇ ਕੋਈ ਕੁਛ ਜਿੰਨਾ ਵੀ ਤੁਸੀਂ ਦੱਸਣਾ ਹੈ ਸਾਰਾ ਕੁਛ ਬਸ ਠੀਕ ਹੈ ਸਾਈਡ ਤੇ ਆ ਜਿਹੜੀ ਗੱਲ ਤੁਸੀਂ ਕਰਨੀ ਉਹ ਕਰੋ ਬਸ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਬਹੁਤ ਜ਼ਿਆਦਾ ਤੇ ਮੈਂ ਭਾਈ ਸਾਹਿਬ ਨੂੰ ਵੀ ਸੁਣਦਾ ਮੈਂ ਸ਼ੁਰੂ ਤੋਂ ਹੀ ਸਾਡੇ ਪਿੰਡਾਂ ਕੋਲ ਦੇ ਹੀ ਆ ਹਨਾ ਮੈਨੂੰ ਕਦੇ ਕਦੇ ਨਾ ਇਹ ਹੀਣ ਭਾਵ ਆਉਂਦੀ ਆ ਕਿ ਮੈਂ ਜਿਵੇਂ ਹੁਣ ਭਾਈ ਸਾਹਿਬ ਦੱਸਦੇ ਆ ਜਾਂ ਤੁਸੀਂ ਦੱਸਦੇ ਹੋ ਕਿ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਫੋਲੋ ਕਰੋ ਆਪਦੀਆਂ ਰਿਸਪੋਂਸੀਬਿਲਟੀ ਨਿਭਾਓ ਹਨਾ ਆਪਦੇ ਫਰਜ਼ ਪਛਾਣੋ ਹਨਾ ਇਹ ਸਾਰਾ ਕੁਛ ਕਰ ਰਹੇ ਆ ਤੇ ਇਹ ਚੀਜ਼ ਦੇ ਨਾਲ ਨਾਲ ਜਿਵੇਂ ਮੇਰੇ ਮੰਮੀ ਡੈਡੀ ਨੇ ਅੰਮ੍ਰਿਤ ਛਕਿਆ ਹੋਇਆ ਹਨਾ ਉਹ ਗੁਰੂ ਧਾਰੀ ਨੇ ਮੈਂ ਇਹ ਚੀਜ਼ ਤਾਂ ਨੀ ਕਰ ਰਿਹਾ ਕਿ ਮੈਂ ਮਾਡਰਨ ਜਿਵੇਂ ਮੈਂ ਮਾਡਰਨਾਈਜੇਸ਼ਨ ਚ ਆ ਕੇ ਮੈਂ ਆਪਦੇ ਆਪ ਨੂੰ ਜਾਣੀ ਕਿ ਇੱਕ ਐਕਸਕਿਊਜ਼ ਦੇ ਰਿਹਾ ਕਿ ਯਾਰ ਮੈਂ ਅੰਮ੍ਰਿਤ ਨਹੀਂ ਛਕਣਾ ਜਾਂ ਮੈਂ ਗੁਰੂ ਵਾਲਾ ਨਹੀਂ ਬਣਨਾ ਤੇ ਵੈਸੇ ਤੁਸੀਂ ਇਹ ਗੱਲ ਕਦੀ ਕਹੀ ਨੀ ਵੀ ਤੁਸੀਂ ਅੰਮ੍ਰਿਤ ਨਾ ਛਕੋ ਗੁਰੂ ਨਾ ਛਕੋ ਮੈਨੂੰ ਗਲਤ ਨਾ ਦਿਓ ਪਰ ਮੈਨੂੰ ਵੈਸੇ ਲੱਗਦਾ ਕਿ ਮੈਂ ਐਕਸਕਿਊਜ਼ ਜਿਹਾ ਤਾਂ ਨਹੀਂ ਦੇਈ ਜਾਂਦਾ ਆਪਦੇ ਆਪ ਨੂੰ ਤਾਂ ਨਹੀਂ ਝੂਠ ਮਾਰ ਜਾਂਦਾ ਉਹ ਫੈਸਲਾ ਤੁਸੀਂ ਕਰਨਾ ਤੁਹਾਤੋਂ ਵੱਧ ਕੋਈ ਨੀ ਜਾਣਦਾ ਜੇ ਤੁਸੀਂ ਬਹਾਨਾ ਕਰ ਰਹੇ ਹੋ ਨਾ ਉਹਦੇ ਲਈ ਕੁਛ ਵੀ ਅੱਗੇ ਕਰਨ ਲਈ ਤੇ ਸਮਝ ਲਿਓ ਉਹ ਅੰਦਰ ਚੋਰ ਆ ਤੁਹਾਡੇ ਨਹੀਂ ਮੈਂ ਬਹਾਨਾ ਤਾਂ ਨੀ ਜੀ ਕੋਈ ਵੀ ਕਰ ਰਿਹਾ ਪਰ ਮੈਨੂੰ ਏਦਾਂ ਲੱਗਦਾ ਕਿ ਜਿਵੇਂ ਆਪਣੇ ਮੈਂ ਕਈ ਵਾਰ ਵੀਡੀਓ ਪ੍ਰੋਗਰਾਮ ਦੇਖਦਾ ਹਾਂ ਆਪਣੇ ਜਿਹੜੇ ਮਠੱਡਾ ਸਾਹਿਬ ਆ ਹਨਾ ਉਹਨਾਂ ਦੀ ਜਿਵੇਂ ਕਟਿੰਗ ਆ ਹਨਾ ਤੈਨੂੰ ਫੀਲ ਕੀ ਹੁੰਦਾ ਆ ਉਹ ਤੇਰਾ ਫੈਸਲਾ ਆ ਹਾਂਜੀ ਪਰ ਮੈਨੂੰ ਤਾਂ ਆਪਦਾ ਆਪ ਵਧੀਆ ਲੱਗਦਾ ਜੇ ਮੈਂ ਤੁਹਾਡੀ ਗੱਲਾਂ ਫਿਰ ਕੋਈ ਫੇਰ ਨੀ ਫੇਰ ਗਵਾਹੀ ਲੈਣ ਦੀ ਨਾ ਲੋੜ ਕੀਤੀ ਫੇਰ ਤੇਰੇ ਅੰਦਰ ਇਹ ਕਾਤੇ ਆਉਂਦਾ ਆ ਵੀ ਮੈਂ ਇੱਦਾਂ ਤਾਂ ਨੀ ਵੀ ਮੈਂ ਇੱਦਾਂ ਬਚ ਰਿਹਾ ਆ ਮੈਂ ਬਹਾਨੇ ਕਰ ਰਿਹਾ ਇੱਦਾਂ ਇਹ ਅੰਦਰ ਇਨਫਿਨਿਟੀ ਕੰਪਲੈਕਸ ਨੀ ਹੋਣਾ ਚਾਹੀਦਾ ਅੰਦਰ ਨਹੀਂ ਮੈਂ ਤੁਹਾਨੂੰ ਤਾਂ ਹੀ ਮੈਂ ਕਾਲ ਕੀਤਾ ਕਿ ਸ਼ਾਇਦ ਜਾਨੀ ਕਿ ਮੇਰੇ ਜਿਹੜੇ ਆਪਦੇ ਡਾਊਟਸ ਆ ਇਹ ਕਲੀਅਰ ਹੋ ਜਾਣ ਹਨਾ ਨਹੀਂ ਹੁਣੇ ਕਿਸੇ ਤੋਂ ਨੀ ਬਾਹਰੋਂ ਨੀ ਹੁਣੇ ਹਾਂਜੀ ਹੁਣ ਦੇਖ ਸਾਹਮਣੇ ਪਿਆ ਹੋਵੇ ਖਾਣਾ ਹਾਂਜੀ ਥਾਲੀ ਦੇ ਵਿੱਚ ਹਾਂਜੀ ਤੂੰ ਕਿਸੇ ਨੂੰ ਫੋਨ ਕਰੇ ਭਈ ਯਾਰ ਥਾਲੀ ਚ ਪਿਆ ਚਿਕਨ ਤੇ ਮੈਨੂੰ ਲੱਗਦਾ ਮੈਨੂੰ ਭੁੱਖ ਲੱਗੀ ਹੋ ਆ ਭਈ ਮੈਂ ਵੈਸੇ ਤਾਂ ਰੋਟੀ ਖਾਇਆ ਆ ਪਰ ਮੇਰਾ ਖਾਣ ਨੂੰ ਜੀ ਕਰੀ ਜਾਂਦਾ ਮੈਨੂੰ ਲੱਗਦਾ ਜੇ ਭੁੱਖ ਹੋ ਰਿਹਾ ਮੈਨੂੰ ਲੱਗੀ ਹੋ ਥੋੜੀ ਜਿਹੀ ਭਈ ਮੈਨੂੰ ਦੱਸੋਗੇ ਇਹਦੇ ਬਾਰੇ ਨਹੀਂ ਉਹ ਭੁੱਖ ਬਾਰੇ ਅਗਲਾ ਕਿੱਦਾਂ ਦੱਸ ਦੂਗਾ ਤੁਹਾਨੂੰ ਉਹ ਤਾਂ ਹੈ ਜੀ ਆਪਣੇ ਆਪ ਨੂੰ ਪੁੱਛੋ ਜਾਣੀ ਜੇ ਤੁਸੀਂ ਕਲੀਅਰ ਆ ਇਸ ਗੱਲੋਂ ਫੇਰ ਨਾ ਕਿਸੇ ਨੂੰ ਬਾਹਰੋਂ ਗਵਾਹੀ ਨੀ ਲਈ ਦੀ ਹੁੰਦੀ ਕਦੇ ਵੀ ਹਾਂਜੀ ਨਹੀਂ ਬਾਹਰੋਂ ਨੀ ਅੰਕਲ ਵੀ ਮਲਕਿ ਆਇਆ ਵੀ ਤੁਹਾਨੂੰ ਸੁਣ ਰਿਹਾ ਡੇਢ ਸਾਲ ਪਹਿਲਾਂ ਮੈਨੂੰ ਨਾ ਜ਼ਿੰਦਗੀ ਦਾ ਜਿਹੜਾ ਅਸਲ ਜਿਹੜਾ ਮਕਸਦ ਜਿਹਾ ਨੀ ਹੁੰਦਾ ਇੱਕ ਮੇਰੀ ਜ਼ਿਆਦਾ ਹੀ ਨੀਗੀ ਮੈਂ 22-23 ਸਾਲ ਦਾ ਹੀ ਹਜੇ ਨੌਜਵਾਨ ਆ ਮੈਨੂੰ ਇੱਕ ਹੁੰਦਾ ਨੀ ਵੀ ਕੋਈ ਬੰਦਾ ਆਉਂਦਾ ਆਪਣੀ ਲਾਈਫ ਚ ਸਡਨ ਹਨਾ ਤੁਹਾਡੀ ਲਾਈਫ ਚ ਵੀ ਕੋਈ ਓਬਵੀਅਸਲੀ ਹਰੇਕ ਦੀ ਲਾਈਫ ਚ ਕੋਈ ਬੰਦਾ ਆਉਂਦਾ
ਜਿਹਦੀ ਇੱਕ ਅੱਧੀ ਗੱਲ ਹੀ ਜਦੋਂ ਬੰਦੇ ਨੂੰ ਵੀ ਜਾਣੀ ਕਿ ਐਨ ਗਰਮ ਨੀ ਹੁੰਦਾ ਵੀ ਐਨ ਲਾਸਟ ਹੀ ਸੱਟ ਵੱਜਦੀ ਆ ਤੇ ਬੰਦਾ ਡਾਇਵਰਟ ਹੋ ਜਾਂਦਾ ਹਨਾ ਜਿਹੜੇ ਕੰਮ ਨਾ ਅਸੀਂ ਕਰਨਾ ਚਾਹੁੰਦੇ ਹੁੰਦੇ ਆ ਕਿਸੇ ਡਰ ਪੱਖੋਂ ਕਿਸੇ ਕਨਫਿਊਜ਼ਨ ਪੱਖੋਂ ਕਰ ਨਹੀਂ ਰਹੇ ਹੁੰਦੇ ਉਹਦੇ ਲਈ ਜਦੋਂ ਬਾਹਰੋਂ ਗਵਾਹੀ ਮਿਲ ਜਾਂਦੀ ਆ ਫਿਰ ਸਾਨੂੰ ਹੌਸਲਾ ਹੋ ਜਾਂਦਾ ਵੀ ਨਹੀਂ ਯਾਰ ਇਹ ਵੀ ਕਹਿ ਰਿਹਾ ਇਹਦਾ ਮਤਲਬ ਠੀਕ ਹੀ ਆ ਮੈਂ ਹੌਸਲਾ ਮੈਂ ਬੋਲ ਸਕਦਾ ਜੀ ਕਿਉਂਕਿ ਮੈਂ ਨਾ ਤੁਸੀਂ ਸਕੂਲ ਸ਼ਾਇਦ ਸੁਣੇ ਹੋਣੇ ਬਾਬਾ ਬੁੱਢਾ ਦਾ ਪਬਲਿਕ ਜਿਹੜੇ ਆ 96 ਕਰੋੜੀ ਵਾਲੇ ਬਾਬਾ ਬਲਬੀਰ ਸਿੰਘ ਜੀ ਉਹਨਾਂ ਦੇ ਸਕੂਲ ਆ ਮੈਂ ਉੱਥੇ ਪੜ੍ਹਿਆ ਇਹ 2007 ਦੀ ਗੱਲ ਆ ਮੈਂ 7th ਕਲਾਸ 'ਚ ਸੀਗਾ ਉਸ ਟਾਈਮ ਉਦੋਂ ਨਾ ਉਹਨਾਂ ਨੇ ਅਲਾਊਡ ਕਰਤਾ ਸੀ ਸਾਰੇ ਸਕੂਲਾਂ 'ਚ ਵੀ ਜਿਹੜੇ ਬੱਚੇ ਦੇ ਨਾਮ ਪਿੱਛੇ ਸਿੰਘ ਪੈਂਦਾ ਹੈ ਨਾ ਜਾਂ ਤਾਂ ਉਹ ਬੱਚਿਆਂ ਦੇ ਨਾਮ ਕੱਟ ਦਿਓ ਜਾਂ ਉਹ ਬੱਚੇ ਅਗਲੇ ਹੀ ਮੰਡੇ ਤੋਂ ਜਾਂ ਅਗਲੇ ਵੀਕ ਤੋਂ ਸਕੂਲ 'ਚ ਦਸਤਾਰਾਂ ਸਜਾ ਕੇ ਆਉਣਾ ਸਟਾਰਟ ਕਰਨਗੇ ਉਦੋਂ ਧੱਕੇ ਨਾ ਧੱਕੇ ਹੈ ਨਾ ਕਿਉਂਕਿ ਸਾਡੇ ਸਕੂਲ ਸਾਡੇ ਏਰੀਏ 'ਚ ਹੋਰ ਕੋਈ CBSE ਸਕੂਲ ਨਹੀਂ ਸੀ ਵਧੀਆ ਮੈਂ ਪੜ੍ਹਿਆ ਉਹ ਸਕੂਲੇ ਹੈ ਨਾ ਤੇ ਜਦੋਂ ਐ ਪਤਾ ਹੁੰਦਾ ਵੀ ਅੱਜ ਬਾਬਾ ਜੀ ਨੇ ਆਉਣਾ ਨਾਲ ਜੈਡ ਸਕਿਉਰਿਟੀ ਐਨ ਪੂਰਾ ਮਾਹੌਲ ਚੱਲ ਹਨਾ ਵੀ ਉਹਨਾਂ ਨੇ ਦਿਖਾਉਣਾ ਕਿ ਆਪਦਾ ਤਾਮ ਝਾਮ ਜੋ ਵੀ ਹੁੰਦਾ ਸੀਗਾ ਤੇ ਉਦੋਂ ਯਾਰ ਡਰ ਜਾ ਲੱਗਦਾ ਹੁੰਦਾ ਸੀ ਕਿ ਯਾਰ ਏਦਾਂ ਦੇ ਸਿੱਖ ਹੁੰਦੇ ਆ ਕਿਤੇ ਵੀ ਯਾਰ ਐ ਜੇ ਡਰ ਵੀ ਕੁਛ ਤਾਂ ਹੁੰਦੇ ਛੋਟੇ ਸੀਗੇ ਉਦੋਂ ਨਹੀਂ ਆਪਾਂ ਆਪਣੀ ਗੱਲ ਨੇੜੇ ਕਰੀਏ ਗੱਲ ਇਹ ਆ ਵੀ ਗੱਲ ਇਹ ਆ ਵੀ ਮੈਨੂੰ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਇਹ ਸੈਟੀਸਫੈਕਸ਼ਨ ਆ ਕਿ ਯਾਰ ਜੇ ਨਹੀਂ ਚੱਲ ਯਾਰ ਗੁਰੂ ਵਾਲੇ ਹੈਗੇ ਜਿਵੇਂ ਮੈਨੂੰ ਬਾਣੀਆਂ ਵੀ ਆਲਮੋਸਟ ਜਿਵੇਂ ਕੰਠਾ ਤੇ ਮੇਰਾ ਐ ਨੀ ਪਤਾ ਮੈਂ ਡਰਾਈਵ ਕਰਦਾ ਜੇ ਮੈਂ ਕਿਤੇ 15 ਮਿੰਟ ਡਰਾਈਵ ਤੇ ਜਾਣਾ ਹੋਵੇ ਮੈਂ ਜਾਂਦਾ ਜਾਂਦਾ ਜਪੁਜੀ ਸਾਹਿਬ ਪੜ੍ਹਨਾ ਹਨਾ ਜਾਂ ਮੈਂ ਇੱਕ ਵਾਰ ਕਰਨਾ ਜਾਂ ਕੁਛ ਵੀ ਐਵੇਂ ਨਹੀਂ ਨਹੀਂ ਵੀਰੇ ਮੈਨੂੰ ਇੱਕ ਮਿੰਟ ਰੁਕ ਜਾ ਵੀਰੇ ਦੇਖ ਗੱਲ ਨੂੰ ਆਪਣੀ ਨੂੰ ਨੇੜੇ ਕਰ ਉਹਦੇ ਵਿੱਚ ਕੁਛ ਨੀ ਇਦਾਂ ਦਾ ਹੈਗਾ ਜਿਹੜਾ ਬਾਹਰੋਂ ਅਸੀਂ ਕੋ ਦੱਸਿਆ ਜਾਂ ਢੱਡਰੀਆਂ ਵਾਲੇ ਨੇ ਦੱਸਿਆ ਗੱਲ ਇਹ ਆ ਜਿਹੜੇ ਤੂੰ ਧਰਮ ਦੇ ਨਾਂ ਤੇ ਕਰਮ ਕਰ ਰਿਹਾ ਸੀ ਉਹ ਤੇਰੇ ਤੈਨੂੰ ਭਾਰ ਲੱਗ ਰਹੇ ਸੀ ਤੈਨੂੰ ਬਰਡਨ ਸੀ ਉਹਨਾਂ ਦਾ ਤੂੰ ਕਰਨੇ ਚਾਹੁੰਦਾ ਨੀ ਸੀ ਜਦੋਂ ਬਾਹਰੋਂ ਮਾੜਾ ਜਿਹਾ ਆਸਰਾ ਮਿਲਿਆ ਤਾਂ ਛੱਡ ਦਿੱਤੇ ਤੈਨੂੰ ਲੱਗਿਆ ਗੱਲਾਂ ਬਹੁਤ ਵਧੀਆ 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 ਨੀ ਸੀਆਂ ਗੱਲਾਂ ਅਸੀਂ ਨਾ ਤਾਂ ਅਸੀਂ ਇਸ ਚੀਜ਼ ਲਈ ਇਨਕਰੇਜ ਕਰਦੇ ਹਾਂ ਵੀ ਇੱਦਾਂ ਸਾਰਾ ਕੁਛ ਛੱਡ ਛੁਡਾ ਕੇ ਤਾਂ ਬਾਗੀ ਹੋ ਕੇ ਤੁਰੋ ਠੀਕ ਆ ਉਹ ਉਹ ਹਾਂ ਅਸੀਂ ਇਹ ਕਹਿੰਦੇ ਹਾਂ ਵੀ ਜਿਹੜੇ ਜਿੱਥੇ ਨਾ ਤੁਹਾਡਾ ਦਿਮਾਗ ਆ ਜੋ ਤੁਸੀਂ ਜੀਣਾ ਚਾਹੁੰਦੇ ਆ ਉਹ ਜੀਓ ਤਾਂ ਕਿ ਦੂਜੇ ਤੇ ਭਾਰ ਨਾ ਬਣੋ ਜਿਹਦੇ ਪ੍ਰਤੀ ਤੁਹਾਡੇ ਅੰਦਰ ਪਿਆਰ ਨਹੀਂ ਹੈਗਾ ਉਹਦੇ ਨਾਲ ਪਿਆਰ ਦਾ ਡਰਾਮਾ ਨਾ ਕਰੋ ਜਿਹਦੇ ਪ੍ਰਤੀ ਤੁਹਾਡੇ ਅੰਦਰ ਨਫ਼ਰਤ ਆ ਉਹ ਨਫ਼ਰਤ ਦਿਖਾਓ ਆਪਣੀ ਦੱਸੋ ਕਿ ਮੈਨੂੰ ਤੇਰੇ ਨਾਲ ਗੁੱਸਾ ਆਇਆ ਇਸ ਗੱਲੋਂ ਤਾਂ ਕਿ ਜੇ ਉਹ ਤੁਹਾਡਾ ਆਪਣਾ ਹੋਇਆ ਤਾਂ ਆਪਣੇ ਆਪ ਨੂੰ ਬਦਲ ਲਊਗਾ ਆਪਣੇ ਆਪ ਨੂੰ ਧੋਖਾ ਦੇਣਾ ਬੰਦ ਕਰੋ ਆਪਣੇ ਨੇੜੇ ਵਾਲਿਆਂ ਨੂੰ ਧੋਖਾ ਦੇਣਾ ਬੰਦ ਕਰੋ ਸਮਾਜ ਨੂੰ ਧੋਖਾ ਦੇਣਾ ਬੰਦ ਕਰੋ ਉਹਦੇ ਚ ਹੋਰ ਕੋਈ ਲੈਣਾ ਦੇਣਾ ਨੀ ਗੱਲ ਇਹ ਆ ਵਿਚਾਰ ਤੁਹਾਡੇ ਆਪਣੇ ਆ ਤੁਹਾਨੂੰ ਚੰਗਾ ਲੱਗਿਆ ਆ ਉਹ ਜੋ ਆਜ਼ਾਦੀ ਨਾਲ ਜੀਣਾ ਚਾਹੁੰਦੇ ਜੀ ਲਓ ਬਾਹਰੋਂ ਗਵਾਹੀ ਨੀ ਲਈ ਦੀ ਹੁੰਦੀ ਇੱਕ ਗੱਲ ਮੈਂ ਗਰੰਟੀ ਨਾਲ ਕਹਿ ਦਿੰਦਾ ਵੀ ਜਿਹੜੇ ਸਾਨੂੰ ਧਾਰਮਿਕ ਲੋਕਾਂ ਨੇ ਪੁਜਾਰੀਆਂ ਨੇ ਗ੍ਰੰਥੀਆਂ ਨੇ ਸਾਡੇ ਪੰਜ ਪਿਆਰਿਆਂ ਨੇ ਸਾਡੇ ਬਾਬਿਆਂ ਨੇ ਜਥੇਦਾਰਾਂ ਨੇ ਕਿਹਾ ਆ ਨਾ ਵੀ ਤੁਸੀਂ ਏਦਾਂ ਕਰੋ ਲੇਖਾ ਹੋਣਾ ਆ ਰੱਬ ਆ ਕੋਈ ਰੱਬ ਨੀ ਹੈਗਾ ਕੋਈ ਲੇਖਾ ਨੀ ਹੋਣਾ ਕੁਛ ਨੀ ਹੋਣਾ ਇਹ ਜੋ ਤੁਸੀਂ ਕਰਨਾ ਆ ਉਹ ਇਸ ਕਰਕੇ ਕਰਨਾ ਵੀ ਸਮਾਜ ਪ੍ਰਤੀ ਜਿਹੜੇ ਸਾਡੇ ਆਗੂ ਪਹਿਲਾਂ ਹੋਏ ਉਹਨਾਂ ਪ੍ਰਤੀ ਸਾਡਾ ਕੀ ਫਰਜ਼ ਆ ਜੇ ਉਹਦੇ ਚ ਹਿੱਸਾ ਪਾਉਣ ਦੀ ਹਿੰਮਤ ਹੈਗੀ ਕਿਉਂਕਿ ਪੰਜਵੇਂ ਪਾਤਸ਼ਾਹ ਨੂੰ ਤਵੀ ਤੇ ਬਹਿਣਾ ਪੈ ਗਿਆ ਔਰੰਗਜ਼ੇਬ ਨੇ 10ਵੇਂ ਪਾਤਸ਼ਾਹ ਨਾਲ 9ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਪਹਿਲਾਂ ਕੋ ਇੱਦਾਂ ਨਹੀਂ ਸੀ ਵੀ ਉਹਨਾਂ ਦੀ ਜ਼ਮੀਨ ਨੱਪ ਲਈ ਸੀ ਆ ਕੇ ਉਹਨੇ ਜਿੱਦਾਂ ਦਾ ਅਤਿਆਚਾਰ ਬਾਕੀ ਲੋਕਾਂ ਤੇ ਹੁੰਦਾ ਸੀ ਉਦੋਂ ਘੱਟ ਕਿਉਂਕਿ ਇਹਨੀ ਤਾਂ ਜ਼ਮੀਨ ਆਪਣੀ ਖਰੀਦੀ ਹੋ ਸੀ ਦਸਵੇਂ ਪਾਤਸ਼ਾਹ ਕੋ ਤਾਂ ਫੌਜ ਸੀ ਆਪਣੀ ਉਹਦੇ ਬਾਵਜੂਦ ਵੀ ਜੇ ਉਹਨਾਂ ਨੇ ਆਡਾ ਲਿਆ ਨਾ ਤੇ ਉਹਨਾਂ ਲੋਕਾਂ ਦੀ ਖਾਤਰ ਲਿਆ ਆ ਜਿਹੜੇ ਆਮ ਲੱਗਦੇ ਸੀ ਜਿਹੜੇ ਵਿਚਾਰੇ ਲੱਗਦੇ ਸੀ ਉਹਨਾਂ ਨੂੰ ਲੱਗਾ ਆਗੂਆਂ ਨੂੰ ਲੱਗਦਾ ਹੁੰਦਾ ਵੀ ਜੇ ਮੈਂ ਨੀ ਬੋਲੂਗਾ ਹੋਰ ਕੌਣ ਬੋਲੂਗਾ ਮੇਰੇ ਮੇਰੇ ਕੋਲ ਬੋਲਣ ਦੀ ਕਲਾ ਆ ਮੇਰੇ ਅੰਦਰ ਗੜਸਿਆ ਮੈਂ ਮਰਨ ਤੋਂ ਨੀ ਡਰਦਾ ਜੇ ਮੈਂ ਇਹਨਾਂ ਤੋਂ ਡਰ ਗਿਆ ਆਮ ਲੋਕਾਂ ਨੇ ਤਾਂ ਬਿਲਕੁਲ ਹੀ ਡਰ ਜਾਣਾ ਫਿਰ ਜੇ ਸਮਾਜ ਦੇ ਅੰਦਰ ਰਹਿੰਦਿਆਂ ਸਾਨੂੰ ਵੀ ਲੱਗਦਾ ਆ ਵੀ ਨਹੀਂ ਯਾਰ ਮੈਂ ਬਾਕੀਆਂ ਨਾਲੋਂ ਵਧੀਆ ਆ ਮੇਰੇ ਅੰਦਰ ਗੜਸਿਆ ਮੈਂ ਨੀ ਝੁਕ ਸਕਦਾ ਮੈਂ ਨੀ ਝੁਕਣ ਦੇਣਾ ਕਿਸੇ ਨੂੰ ਮੈਂ ਤਾਂ ਨਾਸਾਂ ਭੰਦੋ ਇਹਨਾਂ ਦੀਆਂ ਫੇਰ ਸਾਨੂੰ ਆਪਣਾ ਫਰਜ਼ ਪਛਾਣ ਕੇ ਅੱਗੇ ਤੁਰਨਾ ਚਾਹੀਦਾ ਨਹੀਂ ਤਾਂ ਆਪਣਾ ਖਾਓ ਪੀਓ ਮੌਜ ਕਰੋ
ਨੱਚੋ ਟੱਪੋ, ਜਿੱਦਾਂ ਦੇ ਗਾਣੇ ਸੁਣਨੇ, ਫਿਲਮਾਂ ਦੇਖਣੀਆਂ, ਕਿਸੇ ਬੰਦੇ ਤੋਂ ਬਿਨਾਂ ਨਾ ਕਦੇ ਸਮਾਜ ਰੁਕਿਆ ਆ ਨਾ ਰੁਕਣਾ ਆ। ਜੇ ਗੁਰੂ ਸਾਹਿਬ ਮਹਾਨ ਆ ਤੇ ਸਾਡੇ ਤੁਹਾਡੇ ਮੁਹਤਾਜ ਨੀ ਹੈਗੇ, ਸਾਡੇ ਕੰਮਾਂ ਨਾਲ ਨੀ ਉਹਨਾਂ ਨੇ ਕੁਛ ਕਰਨਾ, ਉਹਨਾਂ ਨੂੰ ਫਾਇਦਾ ਹੋ ਜਾਣਾ। ਹਾਂ, ਇਹ ਤਾਂ ਅਸੀਂ ਆਪਣਾ ਫਰਜ਼ ਪਛਾਣਨਾ ਉੱਚੇ ਹੋਣ ਲਈ, ਸਾਡੇ ਅੰਦਰ ਚਾਹਨਾ ਆ ਵੀ ਸਾਡਾ ਨਾਂ ਉੱਚਾ ਹੋ ਜਾਵੇ ਉਹਨਾਂ ਨਾਲ ਜੁੜ ਕੇ, ਇਸ ਕਰਕੇ ਕਰੀਦਾ ਆ। ਇਹ ਮੈਂ ਨਾ ਪਤਾ ਇੱਕ ਨਾ ਗੱਲ ਬਹੁਤ ਜਿਆਦਾ ਸਟ੍ਰਾਈਕ ਕੀਤੀ ਮਾਈਂਡ ਚ, ਨਹੀਂ ਉਹ ਆਪਣੀ ਹੁਣ ਜਿੰਨੀ ਵੀ ਨਾ ਤੁਸੀਂ ਗੱਲ ਲੰਬੀ ਕਰਨੀ ਆ ਨਾ ਉਨੀ ਗੱਲ ਤੋਂ ਸੁਣਨੇ ਵਾਲਿਆਂ ਨੂੰ ਇਹ ਲੱਗਣਾ ਵੀ ਤੁਸੀਂ ਬਹਾਨੇ ਕਰ ਰਹੇ ਆ। ਨਹੀਂ, ਮੇਰੀ ਲਾਸਟ ਗੱਲ ਆਈ, ਮੈਂ ਇਸ ਤੋਂ ਬਾਅਦ ਆਪੇ ਫੋਨ ਕੱਟ ਦੇਣਾ। ਇੱਕ ਜਿਵੇਂ ਗੱਲ ਹੋਈ ਸੀਗੀ, ਜਿਵੇਂ ਸਾਰਾ ਕੁਝ ਸਹੀ ਚੱਲ ਰਿਹਾ ਸੀਗਾ, ਤੇ ਜਿਹੜੀ ਇੱਕ ਹੁੰਦੀ ਆ ਨਾ ਅਵਾਰਾ ਤੇ ਆਜ਼ਾਦ ਹੋਣ ਦੀ, ਭਾਈ ਸਾਹਿਬ ਨੇ ਆਪਾਂ ਨੂੰ ਡਿਫਰੈਂਸ ਸਮਝਾਇਆ ਹੋਇਆ, ਉਹ ਚੀਜ਼ਾਂ ਮੈਂ ਬਹੁਤ ਜ਼ਿਆਦਾ ਧਿਆਨ ਨਾਲ ਸੁਣੀਆਂ, ਤੇ ਉਹਨੂੰ ਜਿਵੇਂ ਵਿੱਚ ਐਗਜ਼ਾਮਪਲਾਂ ਨੂੰ ਦੇ ਕੇ ਆਪਾਂ ਨੂੰ ਫਰੇਜ਼ ਰੱਖਦੇ ਆ ਯਾਰ, ਉਹ ਕੱਲੀ ਕੱਲੀ ਚੀਜ਼ ਚ ਆਪਦੇ ਆਪ ਤੇ ਲਾ ਕੇ ਜੇ ਦੇਖੀ ਜਾਵੇ ਤਾਂ ਅਵਾਰਾ ਤਾਂ ਨੀ ਮੈਂ ਆਪਦੇ ਆਪ ਨੂੰ ਕਹਿ ਸਕਦਾ। ਨਹੀਂ ਵੀਰਾ, ਨਾ ਕਹਿ ਵੀਰਾ, ਦੇਖ ਜਿੰਨਾ ਤੂੰ ਬੋਲਣਾ, ਮੈਂ ਤੈਨੂੰ ਮੇਰੀ ਗੱਲ ਨੀ ਸੁਣੀ, ਜਿੰਨਾ ਤੇ ਬੋਲਣਾ ਸੁਣਨੇ ਵਾਲੇ ਨੇ ਕਹਿਣਾ ਬਹਾਨੇ ਕਰ ਰਿਹਾ ਹੈ, ਇਹ ਗੱਲਾਂ ਦੱਸਣ ਦੀ ਲੋੜ ਨੀ ਹੈਗੀ, ਤੇਰੇ ਅੰਦਰ ਕੋਈ ਨਾ ਕੋਈ ਘਟਾ ਆਇਆ ਤਾਂ ਤੂੰ ਗਵਾਹੀ ਦੇ ਰਿਹਾ ਇੱਥੇ, ਜੇ ਤੈਨੂੰ ਹੈਗਾ ਇੱਥੇ ਨਾ ਕਹਿ ਵੀ ਮੈਂ ਅਵਾਰਾ ਨੀ ਹੈਗਾ, ਕਿਸੇ ਨੂੰ ਨੀ ਪਤਾ ਤੂੰ ਕੀ ਆ, ਨਾ ਰੇਡੀਓ ਤੇ ਨਾ ਬੋਲ, ਹੁਣ ਚੰਗਾ ਰਹੇਗਾ। ਠੀਕ ਆ, ਥੈਂਕ ਯੂ। ਵਟਸਐਪ ਦੇ ਉੱਤੇ ਤੁਸੀਂ ਆਉਂਦੇ ਰਹੋ ਜੀ। ਹੈਲੋ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਭਾਜੀ, ਮੈਂ ਤੁਹਾਡੇ ਨਾਲ ਜੀ ਗੱਲ ਕਰਨੀ ਸੀ ਕਿ ਜਦੋਂ ਤੁਸੀਂ ਰੇਡੀਓ ਤੇ ਸ਼ੁਰੂ ਕੀਤਾ ਆ, ਹਾਂਜੀ ਭਾਜੀ, ਤੁਸੀਂ ਸਾਨੂੰ ਬਚਾ ਲਿਆ, ਅਸੀਂ ਭਿੰਡਰ ਵਾਲੇ ਨੂੰ ਰੱਬ ਮੰਨ ਕੇ ਬੈਠੇ ਸੀ ਜੀ। ਭਾਜੀ, ਤੁਸੀਂ ਰੱਬ ਮੰਨ ਕੇ ਬੈਠੇ ਸੀ, ਉਹਨਾਂ ਦੀਆਂ ਫੋਟੋਆਂ ਜਿਹੜੀਆਂ ਆਪਣੇ ਘਰੇ ਲਾਈਆਂ ਹੋਈਆਂ ਸੀ, ਤੇ ਹੋ ਸਕਦਾ ਜੀ ਤੁਸੀਂ ਇਹ ਜੋ ਉਪਰਾਲਾ ਜਿਹੜਾ ਤੁਸੀਂ ਕੀਤਾ ਹੈ ਨਾ ਸ਼ੁਰੂ ਕਰਦੇ, ਹੋ ਸਕਦਾ ਅਸੀਂ ਚੀਜ਼ ਤੋਂ ਨਾ ਨਿਕਲ ਸਕਦੇ ਸੀ। ਠੀਕ ਹੈ ਜੀ, ਹਿੰਮਤ ਆ ਜੀ, ਉਹ ਤਾਂ ਆਪਣੀ ਆ, ਚਲੋ ਸਾਡਾ ਤਾਂ ਆਪਣਾ ਮਿਸ਼ਨ ਸੀ, ਆਪਣਾ ਕੰਮ ਆ, ਸਾਡਾ ਸਾਨੂੰ ਤਾਂ ਤਕਲੀਫ ਹੁੰਦੀ ਸੀ ਉਹ ਦੇਖ ਕੇ ਅਸੀਂ ਕਰ ਲਿਆ, ਪਰ ਫੇਰ ਵੀ ਹਿੰਮਤ ਤੁਹਾਡੀ ਆਪਣੀ ਆ ਜਾਣੀ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਜੀ ਭਾਜੀ, ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ, ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ, ਤੁਹਾਨੂੰ ਡੇਲੀ ਸੁਣੀ ਰਿਹਾ ਸੀ ਜੀ, ਤੇ ਮੇਰਾ ਫੋਨ ਲੱਗ ਨਹੀਂ ਰਿਹਾ ਸੀ, ਮੈਂ ਤੁਹਾਨੂੰ ਕਰ ਰਿਹਾ ਸੀ ਕੁਛ ਸਾਡੇ ਕਾਲ, ਤੁਹਾਨੂੰ ਮੈਂ ਤੇ ਕਾਲ ਜਾ ਨਹੀਂ ਰਹੀ ਸੀ, ਇੱਥੇ ਤੁਹਾਨੂੰ ਇੱਕ ਨਾ ਪੰਜਾਬੀ ਦੀ ਕਹਾਵਤ ਆ ਇੱਕ, ਹਾਂਜੀ, ਵੀ ਚਾਦਰ ਨਾਲੋਂ ਜ਼ਿਆਦਾ ਪੈਰ ਨਹੀਂ ਪਸਾਰਨੇ ਚਾਹੀਦੇ। ਮਨੋਵਿਗਿਆਨਕ ਕਹਿੰਦੇ ਆ ਵੀ ਜੇ ਤੁਸੀਂ ਨਾ ਚਾਦਰ ਤੋਂ ਵਧੇਰੇ ਪੈਰ ਨਹੀਂ ਪਸਾਰੂਗੇ ਤੇ ਤੁਹਾਨੂੰ ਕਿਸੇ ਮੋਹਰੇ ਹੱਥ ਨਹੀਂ ਅੱਡਣੇ ਪੈਣਗੇ। ਮੈਂ ਨਾ ਪੰਜਾਬ ਦੇ ਅੰਦਰ ਜਿਹੜੇ ਆਪਣੇ ਆਪ ਨੂੰ ਖਾੜਕੂ ਇਹ ਗੱਲਾਂ ਕਰਦੇ ਆ, ਉਹਨਾਂ ਦਾ ਕਿਸੇ ਦਾ ਵੀ ਨਾਂ ਲੈ ਦਿਓ, ਆਪਾਂ ਇੱਦਾਂ ਪਿੱਛੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਪਤਾ ਕਰਕੇ ਤੁਹਾਨੂੰ ਰਿਪੋਰਟ ਦੇ ਦਿੰਦੇ ਆ। ਜਿੰਨੇ ਬੰਦੇ ਨਾ ਆਪਣੇ ਆਪ ਨੂੰ ਮਹਾਨ ਹੋਣ ਦੀਆਂ ਡੀਂਗਾਂ ਮਾਰਦੇ ਆ ਵੀ ਡਰਦੇ ਨੀ, ਅਸੀਂ ਤਾਂ ਸੋਧੇ ਲਾ ਦਿੰਦੇ ਆ, ਹਥਿਆਰ ਚੱਕਦੇ ਆ, ਮੈਂ ਦੱਸ ਦਿੰਦਾ ਵੀ ਉਹਦੇ ਪਰਿਵਾਰ ਦੇ ਕਿੰਨੇ ਜੀਆਂ ਨੇ ਜਾ ਜਾ ਕੇ ਠਾਣੇ ਮਿੰਨਤਾਂ ਕਰ ਕਰਕੇ, ਉਹਨਾਂ ਦੀਆਂ ਮਾਵਾਂ ਨੇ, ਭੈਣਾਂ ਨੇ, ਭਰਜਾਈਆਂ ਨੇ, ਪਤਨੀਆਂ ਨੇ, ਥਾਣੇ ਮਿੰਨਤਾਂ ਕਰ ਕਰਕੇ ਲੀਡਰਾਂ ਦੇ ਪੈਰ ਫੜ ਫੜ ਕੇ ਜਾਨ ਬਚਵਾਈ ਆ। ਉਹਦਾ ਕਾਰਨ ਕੀ ਆ ਵੀ ਉਹਨਾਂ ਨੇ ਆਪਣੀ ਔਕਾਤ ਤੋਂ ਜ਼ਿਆਦਾ ਗੱਲਾਂ ਕਰ ਲਈਆਂ, ਯਾਨੀ ਚਾਦਰ ਤੋਂ ਜ਼ਿਆਦਾ ਪੈਰ ਪਸਾਰ ਲਏ, ਜਣੇ ਖਣੇ ਮੋਹਰੇ ਹੱਥ ਅੱਡਣੇ ਪੈ ਗਏ ਉਹਨਾਂ ਨੂੰ। ਸਹੀ ਗੱਲ ਹੈ। ਮੈਂ ਨਾ ਜੀ ਭਾਜੀ, ਮੈਂ ਇੱਥੇ ਇੰਗਲੈਂਡ ਰਹਿੰਦਾ ਮੈਂ ਜੀ, ਤੇ ਕੁਛ ਸਮੇਂ ਵਾਸਤੇ ਇੱਥੇ ਆਇਆ ਮੈਂ, ਤੇ ਇੱਥੇ ਨਾ ਬੀਬੀਆਂ ਆਉਂਦੀਆਂ ਕਈ ਗੁਰਦੁਆਰਾ ਸਾਹਿਬ, ਤੇ ਉਹਨਾਂ ਦੇ ਬੱਚਿਆਂ ਨੇ ਨਾ ਦਮਾਲੇ ਬੰਨੇ ਹੁੰਦੇ ਕਈ ਵਾਰੀ, ਤੇ ਅਸੀਂ ਆਖੀਦਾ ਵੀ ਤੁਹਾਡਾ ਬੱਚਾ ਵੀ ਮਤਲਬ ਬਹੁਤ ਵਧੀਆ ਗੱਲ ਇਹਦੀ ਸਿੱਖੀ ਨੂੰ ਜੁੜਿਆ ਹੋਇਆ, ਤੇ ਉਹ ਪਤਾ ਕਹਿੰਦੀਆਂ, ਉਹ ਕਹਿੰਦੀਆਂ ਟਕਸਾਲੀਆਂ ਨੇ ਸਾਡੇ ਬੱਚਿਆਂ ਦੇ ਬ੍ਰੇਨ ਵਾਸ਼ ਕਰਤੇ ਨੇ ਇਹਨਾਂ ਨੇ, ਇਹਨਾਂ ਦਾ ਬੇੜਾ ਬਹਿ ਗਿਆ ਇਹਨਾਂ ਦਾ, ਜੋ ਇਹਨਾਂ ਨੇ ਇਹਨਾਂ ਦਿਮਾਗ ਵਿੱਚ ਭਰਤਾ ਨਾ ਜੀ ਨਿਕਲਦਾ ਨੀ ਪਿਆ, ਆਂਦੀ ਉਹ ਕਾ ਧਰਿਆ ਕਹਿੰਦਾ ਸਭ ਲੋੜੇ ਬਾਟੇ ਚ ਖਾਣਾ। ਨਹੀਂ ਨਹੀਂ, ਉਹ ਫਿਰ ਸਾਨੂੰ ਕਿਉਂ ਯਾਰ, ਦੋ ਦੋ ਕਲਾਸਾਂ ਪੜ੍ਹੇ ਉਹ ਬੰਦੇ ਆ, ਉਹਨਾਂ ਕੋਲੋਂ ਕਿਹੜੀ ਗੁਰਮਤਿ ਸਿਖਾ ਦੇਣੀ ਤੁਸੀਂ, ਸਿੱਖੀ ਇੱਦਾਂ ਮਿਲਦੀ ਆ ਕਿਤੇ, ਧਰਮ ਇੱਦਾਂ ਮਿਲਦਾ, ਅਣਖ ਇੱਦਾਂ ਮਿਲਦੀ, ਸਵੈ ਮਾਣ ਇੱਦਾਂ ਮਿਲਦਾ, ਗੜਸ ਇੱਦਾਂ ਆਉਂਦੇ ਆ, ਦ੍ਰਿੜਤਾ ਇੱਦਾਂ ਆਉਂਦੀ ਆ ਕਿਤੇ, ਸਾਹਿਬਜ਼ਾਦਿਆਂ ਨੂੰ ਇੱਦਾਂ ਗ੍ਰੰਥੀਆਂ ਨੇ ਦਿੱਤੀ ਹੋਊਗੀ। ਜਿਹੜੇ ਬੰਦੇ ਡੰਗ ਡੰਗ ਦੀ ਰੋਟੀ ਦੇ ਖਾਤਰ ਆਪਣੀ ਜ਼ਮੀਰ ਮਾਰ ਕੇ ਪੂਛਾ ਲਾਉਂਦੇ ਫਿਰਦੇ ਆ, ਉਹਨੀ ਤੁਹਾਨੂੰ ਇੱਦਾਂ, ਸਾਨੂੰ ਲੱਗਦਾ ਵੀ ਸਾਖੀਆਂ ਸੁਣਾ ਕੇ ਇੱਦਾਂ ਬੰਦੇ ਦਾ ਦਿਮਾਗ ਬਦਲ ਜਾਂਦਾ ਹੈ ਜਾਣੀ, ਇੱਦਾਂ ਇੱਦਾਂ ਸੁਭਾਅ, ਉਹ ਦ੍ਰਿੜਤਾ ਤਾਂ ਸੁਭਾਅ ਦੇ ਅੰਦਰ ਹੁੰਦੀ ਆ,
ਠੀਕ ਹੈ ਇਹਨੇ ਇਹਨੇ ਗੱਤਕੇ ਸਿਖਾ ਕੇ ਕੀ ਕਰ ਦੇਣਾ ਜਾਣੀ ਉਹਦੇ ਨਾਲ ਹੁਣ ਤੁਹਾਨੂੰ ਬੰਦੇ ਨੂੰ ਏਦਾਂ ਹੱਥ ਪੈਰ ਮਾਰਨੇ ਆ ਗਏ ਏਦਾਂ ਦਾ ਹਰੇਕ ਉਹ ਬੰਦਾ ਕਰਾਟੇ ਸਿੱਖ ਕੇ ਮਹਾਨ ਹੋ ਜਾਵੇ ਹੁਣ ਦੂਜੇ ਬੰਦੇ ਨੂੰ ਬੰਦਾ ਬਰੂਸ ਲੀ ਅਰਗੇ ਨੂੰ ਅਕਸ਼ੈ ਕੁਮਾਰ ਅਰਗੇ ਨੂੰ ਜਦੋਂ ਕੋ ਐਕਸ਼ਨ ਕਰਦੇ ਨੂੰ ਦੇਖਦਾ ਉਹਨੂੰ ਲੱਗਦਾ ਵੀ ਯਾਰ ਐਕਸ਼ਨ ਸਿੱਖ ਲਈਏ ਫੇਰ ਤਾਂ ਮੌਜ ਆ ਹੁਣ ਤੁਹਾਨੂੰ ਕਰਾਟੇ ਵਾਲੇ ਵਾਂਗ ਬਾਂਹ ਮਾਰਨੀ ਤਾਂ ਆ ਗਈ ਆ ਪਰ ਜਿਹੜੀ ਬਾਂਹ ਚ ਜਾਨ ਆ ਉਹ ਕਿੱਥੋਂ ਆਉਣੀ ਆ ਡੰਡਾ ਤੋੜਦੇ ਆ ਜਿਹੜੀ ਤੁਹਾਡੀ ਬਾਂਹ ਟੁੱਟਣ ਦੀ ਸੰਭਾਵਨਾ ਹੈ ਉਹਦਾ ਰਿਸਕ ਨੀ ਲੈਣਾ ਉਹ ਦਿਮਾਗ ਨੀ ਲੈਣਾ ਤੁਹਾਡੇ ਨੇ ਜੇ ਮੋਹਰੇ ਜਿਹੜਾ ਡਾਂਗ ਲੈ ਕੇ ਖੜਾ ਜੇ ਡਾਂਗ ਮੇਰੀ ਬਾਂਹ ਤੋਂ ਮਜ਼ਬੂਤ ਹੋਈ ਮੇਰੇ ਵੱਜਣੇ ਨਾਲ ਬਾਂਹ ਟੁੱਟ ਗਈ ਮੇਰੀ ਬਾਂਹ ਲਮਕਾ ਕੇ ਫਿਰੂੰਗਾ ਫੇਰ ਕੀ ਕਰੂੰਗਾ ਮੈਂ ਗੱਤਕੇ ਗੁੱਤਕੇ ਵਾਲੇ ਦੌੜ ਜਾਂਦੇ ਆ ਵੜ ਜਾਂਦੇ ਆ ਸਾਰੇ ਟਕਸਾਲੀਆਂ ਨੇ ਇੱਥੇ ਅਜੇ ਤਾਈ ਇੱਕ ਜਦੋਂ ਭਿੰਡਰਾਂ ਵਾਲੇ ਨੂੰ ਗ੍ਰਿਫਤਾਰ ਕਰਨ ਆਏ ਸੀ ਉਦੋਂ ਉੱਥੇ ਰੋੜੇ ਬੱਟੇ ਮਾਰੇ 15-20 ਬੰਦੇ ਮਰਵਾ ਲਏ ਇਹਨਾਂ ਨੇ ਆਪਣੇ ਠੀਕ ਹੈ ਉਹ ਤੋਂ ਬਿਨਾਂ ਕੋਈ ਇੱਦਾਂ ਦਾ ਕੰਮ ਨੀ ਦੱਸਣ ਦਾ 84 ਵੇਲੇ ਉੱਥੋਂ ਚੌਂਕ ਮਹਿਤੇ ਤੋਂ ਕਿੰਨੇ ਹਜ਼ਾਰ ਬੰਦਾ ਤਿਆਰ ਹੋ ਕੇ ਚੱਲ ਗਿਆ ਸੀ ਜਦੋਂ ਉੱਥੇ ਹੋਇਆ ਇਹ ਬੰਦੇ ਕਹਿੰਦੇ ਆ ਵੀ ਭਿੰਡਰਾਂ ਵਾਲੇ ਨੇ ਕਿਹਾ ਸੀ ਜੇ ਅਟੈਕ ਹੋਇਆ ਤਾਂ ਸਾਰੇ ਪਿੰਡਾਂ ਚੋਂ ਹਥਿਆਰ ਚੱਕ ਕੇ ਆ ਜਾਇਓ ਚੌਂਕ ਮਹਿਤੇ ਚੋਂ ਭਿੰਡਰਾਂ ਵਾਲੇ ਦੇ ਟੱਬਰ ਦੇ ਇਹਨਾਂ ਦੇ ਸ਼ਹੀਦ ਇਹਨਾਂ ਦੇ ਟੱਬਰ ਦੇ ਕਿੰਨੇ ਬੰਦੇ ਉਸ ਵੇਲੇ ਮਿਲਟਰੀ ਦੇ ਹੱਥੋਂ ਗੋਲੀ ਖਾ ਕੇ ਮਰੇ ਆ ਇੱਥੋਂ ਨੀ ਜਾਂਦੇ ਇੱਦਾਂ ਹਥਿਆਰ ਲੈ ਕੇ ਮਰ ਗਏ ਹੁਣ ਕੁਛ ਨੀ ਹੋਇਆ ਕਿਹੜਾ ਮੋਰਚਾ ਹੋਇਆ ਹਾਂ ਬਗਾਨੀ ਸ਼ਹਿ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਸੀ ਦਰਬਾਰ ਸਾਹਿਬ ਦੇ ਉੱਤੇ ਬਣਿਆ ਬਣਾਇਆ ਉੱਥੇ ਝਗੜਾ ਹੋ ਗਿਆ ਸ਼ਹਿ ਮਿਲੀ ਆ ਚੱਕ ਕੇ ਕਬਜ਼ਾ ਅਕਾਲ ਤਖ਼ਤ ਤੇ ਬਹਿ ਗਿਆ ਟੋੜੇ ਨੂੰ ਆਪਣਾ ਮਕਸਦ ਸੀਗਾ ਹਨਾ ਉਹਦੇ ਨਾਲ ਉੱਥੋਂ ਫੱਲਾ ਮਾਰ ਲਈਆਂ ਬਾਕੀ ਤਾਂ ਅਸੀਂ ਤੁਸੀਂ ਐਵੇਂ ਪੁੱਛਾਂ ਨੂੰ ਅੱਗ ਲਵਾਈ ਫਿਰਦੇ ਭਾਈ ਸੱਚ ਨੂੰ ਪਛਾਣ ਲਓ ਕੱਖ ਨੀ ਹੈਗਾ ਵਿੱਚ ਬੜਾ ਮਹਾਨ ਦਰਜਾ ਦੇ ਚੁੱਕੇ ਆ ਬੰਦਿਆਂ ਨੇ ਵੀ ਲੈ ਵੀ ਇਹੀ ਰੱਬ ਹੈ ਹੋਰ ਕੋਈ ਹੈ ਹੀ ਨਹੀਂ ਸਾਡੇ ਨਾਲ ਬਹੁਤ ਮਤਲਬ ਬਹੁਤ ਧੱਕਾ ਹੋ ਗਿਆ ਪਹਿਲਾਂ ਜਿਹੜਾ ਟ੍ਰਾਫੀ ਹੋ ਗਿਆ ਨਾ ਬਹੁਤ ਜ਼ਿਆਦਾ ਹੋਇਆ ਇਹਨਾਂ ਨੇ ਸਾਡਾ ਨੁਕਸਾਨ ਇਹਨਾਂ ਨੇ ਕਰਾਇਆ ਬੰਦਿਆਂ ਦਾ ਹੈ ਹੀ ਨੀ ਯਾਰ ਜਿਹੜੀਆਂ ਗੱਲਾਂ ਕਹਿੰਦੇ ਨਾ ਵੀ ਗੁਰੂ ਸਾਹਿਬ ਨੇ ਸਾਨੂੰ ਹਥਿਆਰ ਦਿੱਤੇ ਆ ਸਾਨੂੰ ਆਜ਼ਾਦੀ ਬਖਸ਼ੀ ਆ ਆ ਹੋਇਆ ਕੱਖ ਨੀ ਹੈਗਾ ਇੱਦਾਂ ਦਾ ਨੀ ਕੁਛ ਵੀ ਹੈਗਾ ਤੁਹਾਨੂੰ ਜੀਣ ਦੀ ਜਾਂਚ ਦਿੱਤੀ ਆ ਗੁਰੂ ਸਾਹਿਬ ਨੇ ਬਿਲਕੁਲ ਸਹੀ ਗੱਲ ਜਿਹੜੀ ਜਾਂਚ ਆ ਨਾ ਤੁਹਾਡੀ ਯੋਗਤਾ ਤੇ ਡਿਪੈਂਡ ਕਰਦੀ ਆ ਸਾਨੂੰ ਪਿਆਰ ਖੋਣਾ ਆਉਂਦਾ ਪਿਆਰ ਕਰਨਾ ਨੀ ਆਉਂਦਾ ਪਿਆਰ ਕਰਨ ਲਈ ਪਿਆਰ ਨੂੰ ਮੰਨਣ ਲਈ ਉਹਦਾ ਸਵਾਦ ਲੈਣ ਲਈ ਸਹਿਣਸ਼ੀਲ ਹੋਣਾ ਪੈਂਦਾ ਤੁਹਾਨੂੰ ਬਰਦਾਸ਼ਤ ਕਰਨਾ ਪੈਂਦਾ ਦੂਜੇ ਕਿਸੇ ਲਈ ਜੀਣਾ ਪੈਂਦਾ ਆਪਣਾ ਆਪਣੀ ਹੋਮੇ ਆਪਣਾ ਸਵਾਰਥ ਉਹਨੂੰ ਕਾਬੂ ਕਰਨ ਤੋਂ ਬਿਨਾਂ ਤੁਹਾਨੂੰ ਤਿਆਗ ਦੀ ਪਰਿਭਾਸ਼ਾ ਨਹੀਂ ਸਮਝ ਆਉਣੀ ਤਿਆਗ ਤੋਂ ਬਿਨਾਂ ਸਹਿਣਸ਼ੀਲ ਨਹੀਂ ਹੋ ਸਕਦਾ ਬੰਦਾ ਸ਼ਾਂਤ ਕਿੱਦਾਂ ਹੋ ਜਾਊਗਾ ਬੰਦਾ ਭਟਕਣਾ ਕਿੱਦਾਂ ਖਤਮ ਹੋ ਜਾਊਗੀ ਠੀਕ ਹੈ ਇਹ ਇਹ ਤਾਂ ਇਹਨਾਂ ਨੇ ਤਾਂ ਸਾਨੂੰ ਗੁਰਬਾਣੀ ਦੀਆਂ ਪੰਕਤੀਆਂ ਸੁਣਾ ਸੁਣਾ ਕੇ ਨਾ ਉਹਦੇ ਅਰਥ ਇਹਨਾਂ ਨੂੰ ਆਪ ਪਤਾ ਸੀ ਨਾ ਗੁਰਬਾਣੀ ਦੀ ਪੰਕਤੀ ਲਾਗੂ ਵੀ ਨਹੀਂ ਕਿਤੇ ਹੋ ਸਕਦੀ ਯਾਰ 400 ਸਾਲ ਪਹਿਲਾਂ ਕਹੀ ਹੋਈ ਗੱਲ ਨੂੰ ਤੁਸੀਂ ਕਿੱਦਾਂ ਕਿਸੇ ਨੂੰ ਸੁਣਾ ਕੇ ਕਹੋਗੇ ਤੂੰ ਇੱਦਾਂ ਕਰ ਲਾ ਹੱਦ ਹੋ ਗਈ ਸਾਹਿਬਜ਼ਾਦਿਆਂ ਦੀ ਸਾਖੀ ਸੁਣਾ ਕੇ ਤੁਸੀਂ ਕਹੋਗੇ ਵੀ ਸੂਬੇ ਸਰਹੰਦ ਮੂਹਰੇ ਜਾ ਕੇ ਡਰਨਾ ਨਹੀਂ ਜਾਣੀ ਨਿਆਣੇ ਜਾ ਕੇ ਟੀਚਰ ਨਾਲ ਫਾਹਾ ਲੈ ਲੈਣ ਇੱਦਾਂ ਮੁੜ ਕੇ ਕਹਿਣ ਵੀ ਗੋਡੇ ਭਾਵਾਂ ਛਿਲਦੇ ਨੀਹਾਂ ਚ ਭਾਵਾਂ ਖੜੇ ਕਰਦੇ ਅਸੀਂ ਪਰਵਾਹ ਨੀ ਕਰਦੇ ਜਾਣੀ ਉਹ ਮੂਹਰੇ ਸਾਕਾ ਸੁਣਾਉਣ ਲੱਗ ਪੈਣ ਟੀਚਰ ਨੂੰ ਨਹੀਂ ਅੱਜ ਲੋੜ ਕਿੱਥੇ ਆ ਬੱਚੇ ਨੂੰ ਇੱਦਾਂ ਆਣਨੇ ਦੀ ਹੁਣ ਇੰਗਲੈਂਡ ਕਨੇਡਾ ਅਮਰੀਕਾ ਇੱਥੇ ਕਿਹੜੀ ਸਰਕਾਰ ਆ ਜਿਹੜੀ ਬੱਚਿਆਂ ਤੇ ਇੱਦਾਂ ਜ਼ੁਲਮ ਕਰ ਰਹੀ ਆ ਅਸੀਂ ਸਾਹਿਬਜ਼ਾਦਿਆਂ ਦੇ ਸਾਕੇ ਸਿਖਾਉਣੇ ਆ ਬੱਚਿਆਂ ਨੂੰ ਨਹੀਂ ਇੱਕ ਜੇ ਆਪਾਂ ਦੂਜੇ ਪਾਸੇ ਦੇਖੀਏ ਨਾ ਭਾਜੀ ਜਿਹੜਾ ਤੁਸੀਂ ਕਹਿੰਦੇ ਹੋ ਸਾਕੇ ਜਾਂ ਦੂਜੇ ਚਾਰਾਂ ਦੀ ਗੱਲ ਆ ਅੱਜ ਦੀ ਪੀੜ੍ਹੀ ਹੁਣ ਜਿਹੜੇ ਬੱਚਿਆਂ ਨੂੰ ਇਹ ਬ੍ਰੇਨ ਵਾਸ਼ ਕਰਦੇ ਆ ਤੰਗ ਕਰਦੇ ਆ ਉਹਨਾਂ ਦੀ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਘਰ ਦੇ ਵਿੱਚ ਹੋ ਰਿਹਾ ਬਾਹਰ ਥੋੜਾ ਹੋ ਰਿਹਾ ਬਾਹਰ ਉਹਨਾਂ ਸਮਾਜ ਚ ਫਿੱਟ ਨਹੀਂ ਹੁੰਦੇ ਰਹੇ ਅਸਲੀ ਸੱਕ ਤਾਂ ਘਰ ਦੇ ਵਿੱਚ ਵਾਪਰ ਰਿਹਾ ਉੱਥੇ ਦਲੇਰੀ ਜਿੱਦਣ ਜਵਾਕ ਦਿਖਾਉਂਦਾ ਫਿਰ ਮਾਂ ਪਿਓ ਪਿੱਟ ਪਾਉਂਦੇ ਅੱਜ ਲੋੜ ਹੋਰ ਤਰ੍ਹਾਂ ਦੀ ਹੋਰ ਤਰ੍ਹਾਂ ਦੀ ਸਿੱਖਿਆ ਦੀ ਆ ਉਹ ਸਾਖੀਆਂ ਸੁਣਾਉਣੇ ਦੀ ਨਹੀਂ ਹੈਗੀ ਠੀਕ ਹੈ ਥੈਂਕ ਯੂ ਵੀਰੇ ਧੰਨਵਾਦ ਜੀ ਧੰਨਵਾਦ ਸਾਡੇ ਨਾਲ ਦੋਹਾਂ ਲਾਈਨਾਂ ਤੇ ਸਰੋਤੇ ਆ ਜੀ ਹਾਂ ਤੁਸੀਂ ਵੀਰੇ ਸੌਰੀ 107 ਤੇ ਤੁਸੀਂ ਤੁਹਾਨੂੰ ਹੋਲਡ ਕੀਤਾ ਸੀ ਕਾਲ ਲੰਬੀ ਹੋ ਗਈ ਹਾਂਜੀ ਹੈਲੋ ਹਾਂਜੀ 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 ਵੀਰੇ ਕੀ ਹਾਲ ਆ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਬਿਜੀ ਆ ਜਸਟ ਓਕੇ ਵੀਰੇ ਨੋ ਪ੍ਰੋਬਲਮ ਮੈਂ ਤਾਂ ਹੋਲਡ ਜੇ ਤੂੰ ਘੰਟਾ ਹੋਰ ਫਾਰਨਰ ਨੋ ਪ੍ਰੋਬਲਮ
ਨਹੀਂ ਨਹੀਂ ਕੋਈ ਨੀ, ਤੁਸੀਂ ਗੱਲ ਆਪਣੀ ਹੁਣ ਛੇਤੀ ਮੁਕਾ ਲਿਓ, ਤਿੰਨਾਂ ਲਾਈਨਾਂ ਤੇ ਸਰੋਤੇ ਆ, ਅਸੀਂ ਉਹਨਾਂ ਨੂੰ ਵੀ ਥੋੜਾ ਜਿਹਾ ਲੈ ਲਵਾਂਗੇ। ਵੀਰੇ ਮੈਂ ਤਾਂ ਕੈਲੀਫੋਰਨੀਆ ਤੋਂ ਬੋਲਦਾ। ਹਾਂ ਹਾਂ ਹਾਂ, ਤੁਸੀਂ ਗੱਲ ਸ਼ੁਰੂ ਕਰ ਲਈ ਸੀ, ਜਿੰਨੀ ਕੁ ਗੱਲ ਤੁਹਾਡੀ ਜ਼ਰੂਰੀ ਕਰਨ ਵਾਲੀ ਕਰ ਲਓ ਤੁਸੀਂ ਤਾਂ ਫਿਰ। ਮੈਂ ਤਾਂ ਤੁਹਾਡੇ ਨਾਲ ਦਰਦਨਿਕ ਗੱਲਾਂ ਕਰਨੀਆਂ ਵੀਰੇ। ਮੈਂ ਤਾਂ ਆਪਦੇ ਜਵਾਕ ਸਵਾ ਕੇ ਹਨਾ, ਮੇਰੀ ਵਾਈਫ ਗਈ ਆ ਕੰਮ ਤੇ, ਤੇ ਮੈਂ ਆਪਣਾ ਜਵਾਕਾਂ ਨਾਲ ਪਿਆ ਉੱਥੇ, ਤੇ ਲਾਈਕ ਸੁਣਦਾ ਸੀ ਵੀਰੇ ਆਹ ਜਿੱਦਾਂ ਹੁਣ ਰੌਲਾ ਚੱਲਦਾ ਆ, ਲਾਈਕ ਜਿੱਦਾਂ ਆਹ ਜਿਵੇਂ ਅੱਜ ਉਹ ਸੁਣਦਾ ਸੀਗਾ ਵੀ ਉੱਥੇ ਆਪਣਾ ਉੱਥੇ ਭਾਈ ਸਾਹਿਬ ਨੇ ਆਹ ਗੱਲ ਕਹਿਤੀ ਆ, ਉਹ ਗੱਲ ਕਹਿਤੀ ਹਨਾ, ਉਹ ਯਾਰ ਏਦਾਂ ਥੋੜੀ ਹੁੰਦਾ, ਉਹ ਤਾਂ ਵਿਚਾਰਾ ਸੱਚੀਆਂ ਗੱਲਾਂ ਹੀ ਚੱਲ। ਲਾਈਕ ਮੈਂ ਤਾਂ ਸੁਣਦਾ ਰਹਿੰਦਾ ਵੀਰੇ। ਨਹੀਂ ਨਹੀਂ ਕੋਈ ਨੀ ਵੀਰੇ, ਨਹੀਂ ਤੁਹਾਡੀ ਗੱਲ ਲੰਬੀ ਹੋਣੀ ਆ, ਪ੍ਰੋਗਰਾਮ ਲਈ ਸਾਨੂੰ ਬਹੁਤ ਔਖਾ ਹੋਣਾ ਏਦਾਂ ਹਨਾ, ਕਿਉਂ ਉਹ ਤਿੰਨਾਂ ਲਾਈਨਾਂ ਤੇ ਸਰੋਤੇ ਆ ਸਾਡੇ ਨਾਲ ਹਨਾ। ਆਪਾਂ ਕਿਸੇ ਵੇਲੇ ਮੈਂ ਤੁਹਾਨੂੰ ਨੰਬਰ ਦਿੰਦਾ, ਠਹਿਰੋ ਤੁਸੀਂ 15 ਮਿੰਟ ਤੇ ਫੋਨ ਕਰਿਓ, ਮੈਂ ਆਪਣਾ ਮੋਬਾਈਲ ਨੰਬਰ ਦਿੰਦਾ ਉਹ ਤੇ ਆਪਾਂ ਔਫੇਅਰ ਗੱਲ ਕਰਾਂਗੇ ਹਨਾ। ਕਾਲ ਇੰਗਲੈਂਡ ਤੋਂ ਆ ਗਈ ਸੀ, ਜਦੋਂ ਵਟਸਐਪ ਤੇ ਲੈਂਡ ਲਾਈਨ ਸਿੱਧੀ ਸਿੱਧੀ ਕਾਲ ਆ ਜਾਂਦੀ ਤਾਂ ਤੁਹਾਡੀ ਕਾਲ ਕੱਟ ਹੋ ਜਾਂਦੀ ਆ, ਸਾਡਾ ਨੀ ਕਸੂਰ ਚ ਕੋਈ। ਕੋਈ ਨਾ ਭਾਜੀ, ਕੋਈ ਨਾ ਕੋਈ ਨਾ। ਹਾਂਜੀ, ਇੱਕ ਭਾਜੀ ਛੋਟੀ ਜਿਹੀ ਗੱਲ ਕਰਨੀ ਸੀਗੀ ਸਿਰਫ ਭਾਜੀ। ਹਾਂਜੀ, ਕਿਉਂਕਿ ਸਾਡਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆ, ਤੇ ਉਹਦੇ ਨਾਲ ਭਾਜੀ ਰਿਲੇਟਡ ਐਕਚੁਅਲੀ 7-8 ਸਾਲਾਂ ਤੋਂ ਇੱਕ ਨਵਾਂ ਟ੍ਰੈਂਡ ਬਣ ਗਿਆ ਕਿ ਜਿਵੇਂ ਆਪਣੇ ਲੋਕ ਆ ਨਾ, ਜਿਵੇਂ ਕਈ ਬੰਦੇ ਹੁਣ ਸਾਡੇ ਉੱਥੇ ਪਹਿਲਾਂ ਮਤਲਬ ਅਸੀਂ ਉਹੀ ਮੰਨਦੇ ਸੀਗੇ ਕਿ ਸਾਡੇ ਉੱਥੇ ਨਾ ਲੋਕ ਵਿਆਹ ਨੀ ਕਰਦੇ ਮਹੀਨੇ ਚੋਂ, ਤੇ ਚਲੋ ਹੁਣ ਵੀ ਹੁਣ ਅੱਜ ਕੱਲ ਮੈਂ ਦੇਖਦਾ ਨਵੇਂ ਮੁੰਡੇ ਆ ਜੀ ਵੀ ਜਿਹੜੇ ਬੰਦੇ ਖਾਣੇ ਪੀਣੇ ਵਾਲੇ ਹੁੰਦੇ ਆ, ਉਹ ਵੀ ਕਹਿ ਦਿੰਦੇ ਆ ਵੀ ਅਸੀਂ ਛੱਡਤਾ ਜੀ ਆਹ ਮਹੀਨਾ, ਬਹੁਤ ਵਿਰਾਗ ਦਾ ਮਹੀਨਾ ਹੁੰਦਾ ਫਲਾਣਾ ਧਮਕਾਣਾ ਜੇ ਬੋ, ਤੇ ਜਿਹੜੀ ਹੁਣ ਨਵੀਂ ਪਿਰਤ ਪੈ ਗਈ ਕਿ ਜਿਵੇਂ ਮੁਸਲਮਾਨਾਂ ਦੇ ਰੋਜੇ ਹੁੰਦੇ ਆ, ਤੇ ਇਹ ਇਹ ਰਿਵਾਜ ਭਾਜੀ ਕਿੱਥੇ ਤੇ ਮਤਲਬ ਆਪਣੇ ਵਿੱਚ ਅਚਾਨਕ ਕਿੱਥੋਂ ਮਤਲਬ ਵੜ ਗਿਆ? ਪਤਾ ਨੀ ਵੀਰਾ, ਇਹ ਤਾਂ ਤੁਹਾਡੇ ਏਰੀਏ ਚ ਹੀ ਆ ਜਾਣੀ। ਹੁਣ ਦੇਖਾ ਦੇਖੀ ਸਾਰੇ ਏਦਾਂ ਬਿਨਾਂ ਕੁਛ ਕੀਤਿਆਂ ਜਦੋਂ ਨਾ ਤੁਹਾਨੂੰ ਤੁਹਾਨੂੰ ਆਦਤ ਪੈ ਜਾਂਦੀ ਆ ਵੀ ਘੱਟ ਤੋਂ ਘੱਟ ਕਰਕੇ ਵੱਧ ਤੋਂ ਵੱਧ ਕ੍ਰੈਡਿਟ ਲੈਣਾ ਆ, ਹਾਂਜੀ, ਉਦੋਂ ਇੱਦਾਂ ਦੇ ਰਿਵਾਜ ਜਿਹੜੇ ਆ ਉਹ ਵਿਚਾ ਵੜਦੇ ਆ। ਅੱਛਾ ਜੀ, ਨਹੀਂ ਤਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਨ ਲਈ ਮਹੀਨਾ ਹੀ ਕਿਉਂ ਆ? ਹਾਂਜੀ ਹਾਂਜੀ, ਹੁਣ ਤੁਹਾਡੇ ਗੁਆਂਢ ਚ ਕਿਸੇ ਦੀ ਡੈਥ ਹੋ ਜਾਵੇ, ਉਹਦੀ ਬਹੁਤੀ 11 ਮਹੀਨੇ ਗੁਲਸ਼ਨ ਉਡਾਉਂਦੀ ਫਿਰੇ, ਕਦੇ ਕਿਸੇ ਨਾ ਘੁੰਮੇ, ਕਦੇ ਨੱਚੇ ਟੱਪੇ ਫਿਲਮਾਂ ਦੇਖੇ, ਤੇ ਜਦੋਂ ਉਹ ਮਹੀਨਾ ਆਵੇ ਉਹਦੇ ਮਰਨੇ ਦਾ, ਉਦੋਂ ਇਹਦਾ ਚਿੱਟੇ ਕੱਪੜੇ ਪਾ ਕੇ ਵਹਿ ਜਾਵੇ, ਫਿਰ ਕਹਿੰਦੇ ਸਪੀਕਰ ਬੰਦ ਕਰ ਦਿਓ, ਮੈਨੂੰ ਸੋਗ ਬਹੁਤ ਆ, ਮੈਨੂੰ ਤੁਸੀਂ ਛਿੱਤਰ ਨਾ ਫੜੋਗੇ, ਫਿਰ ਤੂੰ ਮੁਸ਼ਟੰਡੀਏ, ਤੂੰ ਖੇ ਖਾਂਦੀ ਸਾਰਿਆਂ ਨਾਲ ਫਿਰਦੀ ਆ, ਤੂੰ ਜਾ ਕੇ ਉਹ ਸ਼ਰਾਬੀਆਂ ਚ ਤਾਸ਼ ਖੇਲਦੀ ਸੀ ਪਰਸੋਂ, ਅੱਜ ਤੈਨੂੰ ਤੂੰ ਸੋਗ ਦੱਸਦੀ ਆ, ਸਾਡਾ ਸਪੀਕਰ ਬੰਦ ਕਰਾਉਣੀ ਆ। ਤੁਹਾਨੂੰ ਫਤਿਹਗੜ੍ਹ ਵਾਲੇ ਲੋਕ ਕੀ ਕਹਿੰਦੇ ਹੋ ਗਏ, ਇਹੀ ਕਹਿੰਦੇ ਹੋ ਕਿ ਮੁਸ਼ਟੰਡੇ ਸਾਰਾ ਸਾਰਾ ਸਾਲ ਬਾਕੀ ਸਾਹਿਬਜ਼ਾਦਿਆਂ ਦਾ ਚੇਤਾ ਨੀ ਹੁੰਦਾ ਤੁਹਾਨੂੰ? ਹਾਂਜੀ ਹਾਂਜੀ, ਤੁਹਾਡੇ ਜਿਹੜੇ ਨਵੀਆਂ ਫਿਲਮਾਂ ਆਉਣੀਆਂ ਚੱਲਦੀਆਂ ਨੇ ਤੁਹਾਡੇ ਜ਼ਿਲ੍ਹੇ ਚ? ਜਾਂ ਤਾਂ ਇਹ ਕਰੋ ਵੀ ਫਤਿਹਗੜ੍ਹ ਦੇ ਵਿੱਚੋਂ ਤੁਸੀਂ ਠੇਕੇ ਬੰਦ ਹੋਣ, ਬਾਕੀ ਨਸ਼ੇ ਬੰਦ ਹੋਣ, ਫਿਲਮਾਂ ਨਾ ਚੱਲਣ, ਗਾਣੇ ਨਾ ਉਹ ਏਰੀਏ ਦੇ ਲੋਕ ਸੁਣਦੇ ਹੀ ਨਾ ਹੋਣ, ਗਾਉਣੇ ਵਾਲਿਆਂ ਨੂੰ ਬੱਬੂ ਮਾਨ ਉਹਨਾਂ ਨੂੰ ਕਹੋ, ਬੱਬੂ ਮਾਨ ਦਾ ਜ਼ਿਲ੍ਹਾ ਕਿਹੜਾ ਆ? ਜ਼ਿਲ੍ਹਾ ਕਿਹੜਾ ਪੈਂਦਾ ਉਹਨੂੰ ਖੰਟਮਾਨਪੁਰ ਨੂੰ? ਚਲੋ ਜਿਹੜਾ ਵੀ ਪੈਂਦਾ ਆ, ਜਾਂ ਤਾਂ ਉਹਨੂੰ ਕਹੋ ਵੀ ਭਾਈ ਤੂੰ ਆਪਣਾ ਪਿੰਡ ਜ਼ਿਲ੍ਹੇ ਤੋਂ ਬਾਹਰ ਕੱਢ, ਹਨਾ, ਹਾਂਜੀ, ਜਿਹੜਾ ਖੰਟ ਆ ਪਿੰਡ ਮਸ਼ਹੂਰ ਬਹੁਤ ਆ, ਤਾਂ ਤੂੰ ਗਾਣੇ ਕਮਾਦ ਵਾਲੀ ਗਾਉਣ ਲੱਗਾ ਆ। ਨਹੀਂ ਉਹ ਜਾਣੀ ਐਵੀਂ ਜਾਣੀ ਆਦਤ ਹੁੰਦੀ ਆ ਸਾਨੂੰ ਉਦਾਂ ਹੀ ਨਾ ਕ੍ਰੈਡਿਟ ਜਿਹਾ ਇੱਦਾਂ ਕਰਨੇ ਦੀ, ਸੌਖਾ ਬਿਨਾਂ ਕੁਛ ਕੀਤਿਆਂ ਮਿਲ ਜਾਣਾ, ਹੋਰ ਕੀ ਆ, ਹਨਾ, ਵਿਆਹ ਹੀ ਕਰਨਾ ਵੀ 10-15 ਦਿਨ ਅੱਗੇ ਪਿੱਛੇ ਕਰਕੇ ਨਾਲੇ ਰੌਲੀ ਪਾ ਕੇ ਜਾ ਦੇ, ਹਨਾ। ਨਹੀਂ ਤਾਂ ਜਿਹੜਾ ਸੋ ਗਿਆ ਭਾਈ ਉਹ ਤਾਂ ਦਰਦ ਤਾਂ ਅੰਦਰ ਹੁੰਦਾ ਤੁਹਾਡੇ, ਠੀਕ ਹੈ। ਜਿਹੜੇ ਲੋਕ ਨਾ ਜਿਹੜੇ ਪਿਆਰ ਕਰਦੇ ਉਹ ਤਾਂ ਜਾਣੀ ਖਬਰ ਵੀ ਨਹੀਂ ਹੁੰਦੀ ਅਗਲੇ ਨੂੰ, ਇਹ ਕੁਰਬਾਨੀ ਕਰਨ ਨੂੰ ਤਿਆਰ ਆ ਮੇਰੇ ਲਈ, ਹਨਾ। ਹੁਣ ਇੱਦਾਂ ਰੌਲਾ ਪਾ ਕੇ ਥੋੜਾ ਹੁੰਦਾ ਪਿਆ, ਅਸੀਂ ਹੁਣ ਅਸੀਂ ਮੁੰਡੇ ਦਾ ਵਿਆਹ ਨੀ ਕੀਤਾ ਇਸ ਮਹੀਨੇ, ਅਸੀਂ ਪਿਆਰ ਬਹੁਤ ਕਰਦੇ ਗੁਰੂ ਨੂੰ, ਜਾਣੀ ਇੱਦਾਂ, ਹਨਾ, ਠੀਕ ਹੈ ਭਾਈ। 108 ਦੇ ਉੱਤੇ ਤੁਸੀਂ ਆਉਣੇ ਰਹੋ ਜੀ। ਹੈਲੋ ਜੀ, 108 ਤੇ ਤੁਸੀਂ ਆਉਣੇ ਰਹੋ ਜੀ। ਨਹੀਂ ਜੀ, ਇੰਨਾ ਚਿਰ ਨਾ ਤੁਸੀਂ, ਜੇ ਕਿਤੇ ਧਿਆਨ ਉੱਧਰ ਆ ਤੁਹਾਡਾ ਤਾਂ ਦੁਬਾਰਾ ਕਰ ਲਿਓ।
ਨਹੀਂ ਨਹੀਂ ਉਹ ਤਾਂ ਇੰਨੀ ਨਾ ਸਾਰਾ ਹੀ ਜਿਹੜਾ ਆਲਾ ਦੁਆਲਾ ਖਲਾਰੀ ਨਾਲ ਭਰਿਆ ਪਿਆ ਆ। ਠੀਕ ਹੈ ਜੀ, ਠੀਕ ਹੈ। ਅਸੀਂ ਵੀ ਕਿਉਂਕਿ ਸਾਡੀਆਂ ਗਰਜ਼ਾਂ ਨੇ, ਸਾਡੇ ਸਵਾਰਥੀ ਹੋਣ ਨੇ ਇਹਨਾਂ ਨੂੰ ਸ਼ਹਿ ਦੇ ਦਿੱਤੀ ਆ। ਠੀਕ ਹੈ ਜੀ, ਠੀਕ ਹੈ। ਸਵਾਰਥ ਨਾਲ ਸਵਾਰਥ ਭਿੜ ਰਿਹਾ, ਹਾਂਜੀ, ਹਰੇਕ ਜਣੇ ਦਾ। ਇੱਕ ਦੇ ਹੱਲ ਨਾਲ ਦੂਜੇ ਦਾ ਹੱਲ ਹੋ ਰਿਹਾ, ਹੱਲ ਹੋ ਰਿਹਾ, ਹਿੱਤ ਨਾਲ ਹਿੱਤ ਭਿੜ ਰਿਹਾ, ਬਿਜ਼ਨਸ ਹੋ ਰਿਹਾ, ਬਸ ਵਪਾਰ ਹੋ ਰਿਹਾ। ਠੀਕ ਹੈ, 108 ਤੇ ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ, ਰੇਡੀਓ ਪਿੱਛੇ ਬੰਦ ਕਰ ਲਓ ਪਹਿਲਾਂ ਪਲੀਜ਼। ਹਾਂਜੀ, ਰੇਡੀਓ ਬੰਦ ਨੀ ਹੋਇਆ ਜੀ, ਹੁਣ ਹੋ ਗਿਆ। ਠੀਕ ਹੈ, ਹਾਂਜੀ। ਅਸੀਂ ਤੇ ਬਹੁਤ ਚਲ ਕੇ ਸ਼ੋਰ ਬਚਦੀ ਹੈ ਕਿ ਹੋ ਗਿਆ, ਫਿਰ ਸਾਰੀ ਸਾਨੂੰ ਅਸੀਂ ਕਮੈਂਟ ਪੜੇ, ਫਿਰ ਅਸੀਂ ਸ਼ੁਕਰ ਹੈ। ਮੈਂ ਨਹੀਂ ਨਹੀਂ ਕੋਈ ਨੀ, ਤੁਸੀਂ ਫਿਕਰ ਨਾ ਕਰੋ, ਜੇ ਕੁਛ ਇੱਦਾਂ ਦਾ ਹੋ ਵੀ ਗਿਆ ਨਾ ਪ੍ਰੋਗਰਾਮ ਅਸੀਂ ਕਰ ਦੇਣਾ ਆ, ਗਰੰਟੀ ਨਾ ਨਾ। ਆ ਜਾਣਾ ਆ ਜਾਣਾ, ਅਸੀਂ ਅਸੀਂ ਉੱਠ ਖੜਨਾ ਦੇਖੀ ਸੀ ਤੂੰ। ਬਹੁਤ ਆਨੰਦ ਆਉਂਦਾ ਸੁਣ ਕੇ, ਮਰਿਆ ਮੈਂ ਪਹਿਲੀ ਵਾਰ ਫੋਨ ਕਰ ਰਿਹਾ ਭਾਜੀ, ਕਾਫੀ ਵਾਰ ਕੋਸ਼ਿਸ਼ ਕੀਤੀ ਫੋਨ ਕਰੀਏ, ਤੇ ਮੈਂ ਉਦੋਂ ਗੁਰਦੁਆਰੇ ਡਿਊਟੀ ਕਰਦਾ, ਆਪਣੇ ਗ੍ਰੰਥੀ ਡਿਊਟੀ ਕਰਦੇ ਅਸੀਂ, ਅਸੀਂ ਚਿੰਨ ਸਿੰਘ ਹੈ ਕਲਿਆਣ ਚ, ਪਰ ਅਸੀਂ ਕਾਫੀ ਤੁਹਾਨੂੰ ਫੋਲੋ ਕਰਦੇ ਹਾਂ। ਥੈਂਕ ਯੂ, ਥੈਂਕ ਯੂ ਜੀ। ਹਾਂਜੀ, ਤੇ ਬਹੁਤ ਆਨੰਦ ਜਿਹੜਾ ਸੁਣਨ ਵਾਲਾ, ਤੇ ਕਾਫੀ ਅਸੀਂ ਤੁਹਾਡੇ ਤੋਂ ਕਾਫੀ ਸਿਹਤ ਲਈ ਚਾਰ ਸਾਲ ਤੋਂ ਹੁਣ ਸੁਣਦੇ ਆ ਰਹੇ ਹਾਂ, ਸਾਨੂੰ ਨਾ ਇੱਦਾਂ ਥੋੜਾ ਜਿਹਾ ਕਲੀਅਰ ਸਪਸ਼ਟ ਹੋਣਾ ਚਾਹੀਦਾ, ਜਿਹਨੂੰ ਨਾ ਅਸੀਂ ਸਖਤੀ ਕਹਿ ਦਿੰਦੇ ਆ, ਉਸ ਉਹ ਅਸਲ ਚ ਨਾ ਤੁਸੀਂ ਦੇਖੋ, ਤੁਸੀਂ ਗੋਭੀ ਦੀ ਸਬਜ਼ੀ ਬਣਾਓ, ਹਾਂਜੀ ਹਾਂਜੀ ਹਾਂਜੀ, ਤੇ ਉਹ ਚ ਜਦੋਂ ਬਣ ਗਈ ਸਬਜ਼ੀ ਅਗਲਾ ਕਹਿੰਦਾ ਵੀ ਮਿਰਚ ਘੱਟ ਆ, ਤੇ ਤੁਸੀਂ 2 ਚਮਚੇ ਮਿਰਚਾਂ ਦੇ ਪਾ ਦਮੋ, ਤੇ ਅਗਲਾ ਕਹੇ ਵੀ ਯਾਰ ਇਹ ਤਾਂ ਮਿੱਠੀ ਹੋ ਗਈ ਆ। ਅੱਛਾ, ਫਿਰ ਤੁਹਾਨੂੰ ਕੋਈ ਦੱਸੇ ਵੀ ਨਹੀਂ ਯਾਰ ਇਹ ਜਿਹੜੀਆਂ ਨਾ ਮਿਰਚਾਂ ਲਿਆਨੀਆਂ ਇਹਨਾਂ ਦਾ ਸੁਭਾਅ ਮਿੱਠਾ ਬਹੁਤ ਆ, ਇਹ ਕੌੜੀਆਂ ਨੀ ਹੈਗੀਆਂ, ਇੱਦਾਂ ਮੈਂ ਪਤਾ ਕੀਤਾ ਸੀ ਦੁਕਾਨਦਾਰ ਤੋਂ, ਉਹ ਕਹਿੰਦਾ ਵੀ ਨਹੀਂ ਖੰਡ ਅਰਗੀਆਂ ਹੀ ਆ ਇਹ, ਉਹ ਮਿਰਚਾਂ ਰੱਖੋਗੇ ਤੁਸੀਂ ਘਰ ਚ? ਮਿਰਚਾਂ ਨੂੰ ਮਿਰਚਾਂ ਵਰਗੀਆਂ ਹੋਣਾ ਪੈਂਦਾ, ਪੈਟਰੋਲ ਨੂੰ ਪੈਟਰੋਲ ਵਰਗਾ ਹੋਣਾ ਪੈਂਦਾ, ਸਮੈਂਟ ਆ ਨਾ ਸਮੈਂਟ, ਜੇ ਉਹ ਰੇਤੇ ਆਗ ਢਿੱਲਾ ਹੀ ਰਹੇ ਸਖਤ ਨਾ ਹੋਵੇ ਤੇ ਵਰਤੋਂਗੇ ਤੁਸੀਂ ਕਿਤੇ ਉਹਨੂੰ? ਅੱਗ ਬਾਲ ਦਿੱਤੀ, ਚੁੱਲਾ ਚਲਾ ਤਾ, ਉੱਤੇ ਪਤੀਲਾ ਰੱਖ ਲਿਆ, ਪਾਣੀ ਨੂੰ ਗਰਮ ਹੀ ਨਾ ਕਰੇ ਉਹ, ਤੁਹਾਨੂੰ ਅਗਲਾ ਕਹੇ ਵੀ ਨਹੀਂ ਯਾਰ ਸਾਡੀ ਅਸੀਂ ਬੇਨਤੀ ਕੀਤੀ ਸੀ ਵੀ ਠੰਡੀ ਅੱਗ ਚਾਹੀਦੀ ਸਾਨੂੰ, ਜਾਣੀ ਏਦਾਂ ਚੁੱਲਾ ਚਾਹੀਦਾ ਜਿਹੜਾ ਠੰਡਾ ਕਰੇ ਪਤੀਲੇ ਨੂੰ, ਜਾਣੀ ਏਦਾਂ ਗਰਮ ਨਹੀਂ ਚਾਹੀਦਾ, ਗਰਮ ਨਹੀਂ ਚੰਗਾ ਹੁੰਦਾ, ਹੱਥ ਸੜ ਜਾਂਦਾ ਗਰਮ ਨਾ, ਤਾਂ ਹੁਣ ਪ੍ਰੈਸ ਲਿਆਓ, ਗਰਮ ਹੀ ਨਾ ਹੋਵੇ ਉਹ, ਕਰ ਲਿਓ ਕੱਪੜੇ ਪ੍ਰੈਸ ਫਿਰ। ਠੀਕ ਹੈ, ਇਸ ਕਰਕੇ ਕੋਸ਼ਿਸ਼ ਕਰੋ ਪਈ ਜਿੱਦਾਂ ਦੇ ਹੈਗੇ ਆ ਨਾ ਤੁਸੀਂ ਉਦਾਂ, ਨਾਲੇ ਜਿਹਦੇ ਨਾਲ ਜਿੱਦਾਂ ਦੇ ਪੇਸ਼ ਹੋਣਾ ਬਣਦਾ ਆ, ਉਦਾਂ ਦੇ ਹੀ। ਹੁਣ ਬੱਚੇ ਦੇ ਸੱਟ ਲੱਗ ਗਈ, ਉਹਦੇ ਮਾਲਿਸ਼ ਕਰਨ ਲੱਗੇ ਆ, ਉੱਥੇ ਤਾਂ ਤੁਸੀਂ ਪੋਲਾ ਪੋਲਾ ਹੱਥ ਉਹਦੀ ਪਿੱਠ ਤੇ ਉਹਦੀ ਲੱਤ ਤੇ ਐਨ ਪਿਆਰ ਨਾਲ ਫੇਰਦੇ ਆ, ਤੇ ਜੇ ਤਵਾ ਰੱਖਿਆ ਗਰਮ ਹੋਣਾ, ਘਰ ਵਾਲੀ ਕਹੇ ਮੜ ਜਾ ਹੱਥ ਲਾ ਕੇ ਦੇਖਿਓ ਵੀ ਗਰਮ ਹੋ ਗਿਆ ਕਿ ਨਹੀਂ, ਉੱਥੇ ਵੀ ਇੱਦਾਂ ਫੇਰਨ ਲੱਗ ਪੈਂਦੇ ਆ। ਨਹੀਂ ਤੁਹਾਨੂੰ ਤੁਹਾਨੂੰ ਦੇਖਣਾ ਪੈਣਾ ਕਿਹਦੇ ਨਾਲ ਕਿੱਦਾਂ ਦਾ ਵਿਹਾਰ ਕਰਨਾ ਆ। ਸਾਡੇ ਇੰਗਲੈਂਡ ਦੇ ਵਿੱਚ ਜਿਸ ਗੁਰਦੁਆਰੇ ਜਦੋਂ ਮੈਂ ਨਾਲ ਨਾਲ ਜਾਂਦਾ, ਜਿੱਥੇ ਡਿਊਟੀ ਕਰਦੇ ਆ, ਬਹੁਤ ਵਧੀਆ ਇੱਕੋ ਹੀ ਬੰਦਾ ਆਇਆ ਮੇਨ ਜਿਹੜਾ ਇੱਥੇ ਚਲਾ ਰਿਹਾ, ਤੇ ਬਹੁਤ ਸ਼ਾਨਦਾਰ, ਬੜੀ ਸ਼ਾਂਤੀ ਹੈ। ਹਾਂਜੀ, ਨਹੀਂ ਤਾਂ ਇੱਥੇ ਗੁਰਦੁਆਰੇ ਵਿੱਚ ਉਹ ਪੰਗੇ ਪਏ ਨੇ, ਫਿਰ ਜਿਹੜੇ ਦੂਜੇ ਨੇ ਟਰਖਾ ਲਈਏ, ਇੱਕ ਹੀ ਦੁੱਖੀ ਆ ਕੇ ਦੇਖੋ ਜੀ ਵਿਆਹ ਰੋਕਦੇ, ਦੇਖੋ ਜੀ ਤੁਸੀਂ ਅੰਤਰਰਾਸ਼ਟਰੀ ਵਿਆਹ ਨਹੀਂ ਕਰ ਸਕਦੇ, ਸਿੱਖ ਨਾਲ ਫਲਾਣਾ ਨਹੀਂ ਕਰ ਸਕਦੇ, ਇਹਦਾ ਬਹੁਤ ਇੱਥੇ ਬਹੁਤ ਜ਼ਿਆਦਾ ਚੱਲਦਾ ਹੈ। ਨਹੀਂ ਨਹੀਂ ਉਹ ਤਾਂ
ਸਾਰਾ ਠੀਕ ਹੈ, ਬਸ ਗੱਲ ਇਹ ਹੈ ਵੀਰੇ ਉਹ ਸਾਨੂੰ ਨਾ ਜੇ ਅਸੀਂ ਇੰਨਾ ਇੰਨਾ ਸਮਝ ਲਈਏ ਵੀ ਜਿੱਦਾਂ ਦੇ ਅਸੀਂ ਹੈਗੇ ਹਾਂ ਉੱਦਾਂ ਦੇ ਹੀ ਦਿਸਣਾ ਆ ਮੋਹਰੇ ਮੋਹਰੇ ਜਿਹਦੇ ਨਾਲ ਹੁਣ ਟੀਵੀ ਨਾਲ ਹੋਰ ਤਰ੍ਹਾਂ ਵਿਹਾਰ ਹੋਣਾ, ਕੰਪਿਊਟਰ ਨਾਲ ਹੋਰ ਤਰ੍ਹਾਂ ਹੋਣਾ ਆ। ਜਿੱਦਾਂ ਆਪਣਾ ਆਈਫੋਨ ਚਲਾਉਂਦੇ ਹਾਂ ਨਾ, ਆਈਫੋਨ ਦੀਆਂ ਐਪਾਂ ਖੋਲਦੇ ਹਾਂ, ਉੱਦਾਂ ਟੀਵੀ ਦੇ ਚੈਨਲ ਨੀ ਖੁੱਲਣੇ। ਜੇ ਨਾ ਦੇਖੋ ਦੁਨੀਆਂ ਹੱਸਦੀ ਆ ਤੁਹਾਡੇ ਤੇ, ਜੇ ਕੋਈ ਹੁਣ ਜਿਹੜੀ ਮੈਂ ਗੱਲ ਕਰਦਾ ਸੀ ਜੇ ਘਰ ਵਾਲੀ ਕਹੇ ਵੀ ਦੇਖਿਓ ਤਾਂ ਤਵਾ ਗਰਮ ਆ ਤੇ ਉੱਥੇ ਤਵੇ ਤੇ ਜਾ ਕੇ ਹੱਥ ਫੇਰ ਲਾ ਪਾਉ, ਦੁਨੀਆਂ ਨੇ ਹੱਸਣਾ ਤੁਹਾਡੇ ਤੇ, ਕਹਿਣਾ ਪਾਗਲ ਆ ਪਾਗਲ। ਇੱਦਾਂ ਹੀ ਜਦੋਂ ਨਾ ਅਸੀਂ ਬੰਦਿਆਂ ਨਾਲ ਜਿਹੜੇ ਮੋਹਰੇ ਬੰਦੇ ਆ, ਜਿਹੜਾ ਛਿੱਤਰ ਦਾ ਯਾਰ ਹੁੰਦਾ ਉਹਨੂੰ ਹੱਥ ਜੋੜ ਕੇ ਪਿਆਰ ਨਾਲ ਇੱਦਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ, ਦੁਨੀਆਂ ਹੱਸਦੀ ਸਾਡੇ ਤੇ, ਕਿਹੜਾ ਪਾਗਲ ਆ। ਜਿਹੜਾ ਸਾਨੂੰ ਸਮਝਣਾ ਪੈਣਾ ਜੀ ਵੀ ਅਸੀਂ ਅਸੀਂ ਜਿੱਦਾਂ ਦੀ ਮੋਹਰੇ ਲੋੜ ਹੈਗੀ ਆ ਉਦਾਂ ਦਾ। ਥੈਂਕ ਯੂ ਬਾਜੀ ਤੁਹਾਡਾ, ਥੈਂਕ ਯੂ ਬਾਜੀ ਫੋਨ ਤੁਹਾਡਾ ਫੋਨ ਕਾਲ ਸੁਣਨ ਦਾ, ਥੈਂਕ ਯੂ ਵੈਰੀ ਮੱਚ, ਪਹਿਲੀ ਵਾਰ ਫੋਨ ਕਰ ਰਹੇ, ਬਹੁਤ ਅੱਛਾ ਲੱਗਾ ਬਾਜੀ, ਥੈਂਕ ਯੂ ਜੀ। ਵਟਸਐਪ ਤੇ ਤੁਸੀਂ ਆਉਂਦੇ ਰਹੋ ਜੀ, ਤੁਸੀਂ ਸੋਰੀ ਜੀ ਸੋਰੀ ਦੁਬਾਰਾ ਕਰਿਓ ਸ਼ੁਰੂ। ਹਾਂਜੀ 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 ਵੀਰ ਜੀ, ਸਤਿ ਸ੍ਰੀ ਅਕਾਲ, ਭਾਰਤ ਸਿੰਘ ਬੋਲ ਰਿਹਾ ਜੀ ਕੁਵੈਤ ਤੋਂ। ਹਾਂਜੀ ਹਾਂਜੀ, ਕਿੱਦਾਂ ਜੀ? ਬਸ ਠੀਕ ਹੈ ਭਾਜੀ, ਮੈਂ ਅਨੰਦਪੁਰ ਸਾਹਿਬ ਤੋਂ ਬਲੋਂਗ ਕਰਦਾ ਜੀ, ਪੰਜਾਬ ਤੋਂ। ਹਾਂਜੀ ਹਾਂਜੀ ਵੀਰ ਜੀ, ਤੁਹਾਨੂੰ ਸੁਣ ਰਹੇ ਹਾਂ ਜੀ, ਬਹੁਤ ਸਾਲ ਤੋਂ ਸੁਣ ਰਿਹਾ ਜੀ ਮੈਂ, ਤੇ ਬਹੁਤ ਬਹੁਤ ਜ਼ਿਆਦਾ ਦਿਮਾਗ ਖੁੱਲਿਆ ਜੀ ਸਾਡਾ, ਤੇ ਹਨੇਰੇ ਵਿੱਚ ਜੀ ਰਹੇ ਸੀ, ਸਾਨੂੰ ਪਤਾ ਨਹੀਂ ਸੀ ਕਿਆ ਹੈ ਕਿਆ ਨਹੀਂ, ਜਾਨ ਕੱਟਿਆ ਗਿਆ ਜੀ ਸਾਡਾ ਅੰਦਰੋਂ, ਜਿਹੜਾ ਡਰ ਸਾਡੇ ਪਰ ਇਹਨਾਂ ਦਾ ਡਰ ਸੀ ਨਾ ਜੀ, ਇੱਕ ਉਹ ਸਾਡੇ ਅੰਦਰੋਂ ਚੱਕਿਆ ਗਿਆ, ਸਾਡੇ ਬੰਦੇ ਹੋਰ ਵੀ ਹੈ ਜੀ ਇੱਥੇ ਸੁਣਨੇ ਵਾਲੇ, ਤੁਹਾਨੂੰ ਬਹੁਤ ਵਧੀਆ ਭਾਜੀ, ਬਹੁਤ ਜ਼ਿਆਦਾ ਚੰਗਾ ਲੱਗਦਾ ਜੀ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ ਜੀ ਆਪਾਂ। ਥੈਂਕ ਯੂ ਵੈਰੀ ਮੱਚ ਜੀ। ਹਾਂਜੀ ਥੈਂਕ ਯੂ ਭਾਜੀ, ਥੈਂਕ ਯੂ ਜੀ, ਇੰਨੀ ਉਹ ਗੱਲ ਕਰ ਲਈ ਜੀ, ਮੇਰੀ ਫਸਟ ਕਾਲ ਹੈ ਜੀ ਇਹ। ਥੈਂਕ ਯੂ ਜੀ, ਧੰਨਵਾਦ ਬਹੁਤ ਬਹੁਤ। 107 ਤੇ ਤੁਸੀਂ ਆਉਂਦੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਪੰਜਾਬ ਤੋਂ ਬੋਲਦੇ। ਹਾਂਜੀ ਹਾਂਜੀ, ਹੈਲੋ। ਹਾਂਜੀ ਹਾਂਜੀ ਹਾਂਜੀ, ਪੰਜਾਬ ਤੋਂ ਬੋਲਦੇ ਜੀ, ਬਹੁਤ ਟਾਈਮ ਦਾ ਰੇਡੀਓ ਸੁਣਦੇ ਆ। ਹਾਂਜੀ, ਉਹ ਰੇਡੀਓ ਸੁਣਨਾ ਜੀ, ਉਹਦਾ ਮੈਂ ਦੱਸਣਾ ਚਾਹੁੰਦਾ ਸੀ। ਹੈਲੋ। ਹਾਂ ਹਾਂ, ਤੁਸੀਂ, ਤੁਹਾਡੀ ਆਵਾਜ਼ ਆ ਰਹੀ ਹੈ ਤੇ ਗੱਲ ਕਰੋ, ਤੁਸੀਂ, ਅਸੀਂ ਸੁਣ ਰਹੇ ਹਾਂ। ਠੀਕ ਹੈ ਜੀ, ਉਹ ਬਹੁਤ ਸਾਲ ਪਹਿਲਾਂ ਨਾ ਸਾਡੇ ਪਿੰਡ ਮਸਿੰਦਰੀ ਵਿਚਾਰਕ ਆਏ, ਤੇ ਅਸੀਂ ਤਾਂ ਰੇਡੀਓ ਬਾਰੇ ਜਾਣਦੇ ਨੀ ਸੀ ਵੀ ਰੇਡੀਓ ਕਿਵੇਂ ਆ, ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਤੁਸੀਂ ਰੇਡੀਓ ਸੁਣਿਆ ਕਰੋ, ਤੇ ਚਲੋ ਅਸੀਂ ਰੇਡੀਓ ਸੁਣਨਾ ਸ਼ੁਰੂ ਕੀਤਾ, ਤੇ ਕਈ ਦਿਨ ਹੋ ਗਏ ਉਹ ਮਿਲੇ ਮੈਨੂੰ ਬੰਦੇ ਵਿਚਾਰਕ, ਉਹ ਕਹਿੰਦੇ ਜਾਂ ਰੇਡੀਓ ਸੁਣਦੇ ਹੁੰਦੇ ਆ, ਅਸੀਂ ਕਿਹਾ ਹਾਂ, ਉਹ ਕਹਿੰਦੇ ਹੁਣ ਕਾਹਤੋਂ ਸੁਣਦੇ ਹੋ ਤੁਸੀਂ, ਕੀ ਕਹੀਏ ਹੁਣ ਕਾਹਤੋਂ ਸੁਣ ਲਓ। ਹਾਂਜੀ ਹੈਲੋ। ਹਾਂਜੀ, ਚੰਗੀ ਗੱਲ ਆ, ਔਰ ਚੈਨ ਨਾ ਰਹੂਗੀ ਜੇ ਤੁਸੀਂ ਸੁਣਨਾ ਬੰਦ ਕਰਦੇ ਹੋ ਨਾ, ਟਕਾ ਨਾ ਚੈਨ ਨਾ ਰਹੂਗੇ ਤੁਸੀਂ, ਜ਼ਿੰਦਗੀ ਵਧੀਆ ਲੰਘੂਗੀ ਤੁਹਾਡੀ। ਬਸ ਕਈ ਸਵਾਲ ਉਹਨਾਂ ਨੂੰ ਪੁੱਛਿਆ ਕਰਨਾ, ਤੇ ਉਹਨਾਂ ਨੇ ਕਿਹਾ ਕਰਨਾ ਯਾਰ ਤੁਸੀਂ ਰੇਡੀਓ ਸੁਣਿਆ ਕਰੋ, ਤੁਹਾਨੂੰ ਉੱਥੋਂ ਜਵਾਬ ਮਿਲਣਗੇ। ਹੁਣ ਕਹਿੰਦੇ ਤੁਸੀਂ ਜੇ ਤੁਹਾਨੂੰ ਜਵਾਬ ਮਿਲਦੇ ਆ, ਹੁਣ ਕਹਿੰਦੇ ਸੁਣਿਆ ਨਾ ਕਰੋ। ਉਹ ਜਾਣੀ ਕਿ ਉਦੋਂ ਦੇ ਸੁਣਦੇ ਆ, ਪਹਿਲਾਂ ਪੰਤ ਪ੍ਰੀਤ ਨੂੰ ਬਹੁਤ ਸੁਣਿਆ ਜੀ, ਕੋਈ ਰਿਸਰਵ ਜੀ ਧੁੰਦਾ ਜੀ ਨੂੰ, ਤੇ ਬੜਾ ਪਵਿੱਤਰ ਇਲਾਕਾ ਜੀ ਸਾਡਾ ਇੱਧਰ ਜਗਰਾਓ ਏਰੀਆ। ਓ ਠੀਕ ਹੈ ਠੀਕ ਹੈ, ਨਾਨਕਸਰ ਦੇ ਏਰੀਏ ਚ ਹੋ ਤੁਸੀਂ? ਹਾਂਜੀ ਹਾਂਜੀ, ਬਸ ਬਾਕੀ ਸਾਡਾ ਪਿੰਡ ਵੀ ਇਹੋ ਜਿਹਾ ਸੀ, ਮਸ਼ਹੂਰ ਪਿੰਡ ਆ, ਕਹਿੰਦੇ ਕੁੱਤਾ ਵੀ ਸਵਰਗਾਂ ਨੂੰ ਜਾਊ, ਅਸੀਂ ਤਾਂ ਰੇਡੀਓ ਸੁਣ ਕੇ ਆ ਵੀ ਸਵਰਗਾਂ ਦੀ ਟਿਕਟ ਕੈਂਸਲ ਕਰਾ ਲਈ। ਬੜਾ ਮੈਨੂੰ ਕਈ ਵਾਰੀ ਲੱਗਿਆ ਕਰਨਾ ਵੀ ਸਾਡੇ ਪਿੰਡ ਦੇ ਕੁੱਤਿਆਂ ਨੂੰ ਮੈਂ ਜਾਣਦਾ ਸੀ, ਮਗਰ ਜਾ ਕੇ ਇਹ ਸਵਰਗਾਂ ਸੋਣਗੇ, ਇਹ ਤਾਂ ਸਾਨੂੰ ਖਾ ਜਾਣਗੇ ਵੱਢ ਕੇ। ਬਾਕੀ ਪਾਠੀ ਪੁੱਠੀ ਵੀ ਬਾਬੇ ਬੂਬੇ ਵੀ ਸੀਗੇ,
ਨਫ਼ਰਤ ਜੀ ਆਉਂਦੀ ਸੀ, ਮੈਂ ਕਿਹਾ ਯਾਰ ਨਹੀਂ ਆਪਾਂ ਨੀ ਇਸ ਵਰਗ ਰਹਿਣੇ ਦਿਓ, ਕੀ ਕਰਨਾ ਸਵਰਗਾਂ ਚ। ਤੇ ਇੱਕ ਗੱਲ ਹੋਰ ਸੀ ਜੀ, ਤੁਸੀਂ ਫਿਲਮ ਦੇਖੀ ਹੋ ਕੇਸਰੀ? ਹਾਂਜੀ ਦੇਖੀ ਹੈ, ਪਰ ਮੈਨੂੰ ਪੂਰਾ ਚੇਤਾ ਨੀ, ਤੁਸੀਂ ਗੱਲ ਕਰ ਲਓ, ਸ਼ਾਇਦ ਮੈਨੂੰ ਕਿਸੇ ਗੱਲ ਦਾ ਚੇਤਾ ਆ ਜਾਵੇ। ਦੇਖੀ ਹੈਗੀ ਮੈਂ। ਉਹ ਬੰਦਾ ਸਾਡੇ ਪਿੰਡ ਦਾ ਜੀ ਜਿਹੜਾ ਅਕਸ਼ੇ ਕੁਮਾਰ ਨੇ ਰੋਲ ਕੀਤਾ। ਅੱਛਾ ਜੀ। ਤੇ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਿਆ, ਵੇ ਨੀ ਥੋੜੇ ਦਿਨ ਉਹਦਾ ਬੰਦਾ ਛੜਾ ਸੀ, ਉਹਦੇ ਚ ਤਾਂ ਉਹਦਾ ਵਿਆਹ ਹੋਇਆ ਪਿਆ। ਉਹ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਿਆ, ਹੁਣ ਦੇਖੋ ਜੀ ਹੁਣ ਤੁਹਾਡੀਆਂ ਗੱਲਾਂ ਤੇ ਕਾਹਤੋਂ ਨਾ ਵਿਸ਼ਵਾਸ ਹੋਵੇ, ਉਹ ਕਿੰਨਾ ਵਿਗੜਿਆ ਪਿਆ। ਸ਼ੁਰੂ ਚ ਮੈਂ ਕਿਹਾ ਇਹ ਹੱਦ ਹੋ ਗਈ ਯਾਰ, ਇਹ ਤਾਂ ਬੰਦੇ ਹੀ ਛੜਾ। ਹੋਰ ਬਸ ਰੇਡੀਓ ਸੁਣਦੇ ਰਹਿੰਦੇ ਹਾਂ ਜੀ, ਬਸ ਫਿਰ ਪਤਾ ਲੱਗ ਜਾਂਦਾ ਵੀ ਕਿਵੇਂ ਸਾਰਾ ਕੁਛ ਵਿਗੜਿਆ ਵਾ, ਨਾ ਵੀ ਕਿੰਨਾ ਧੱਕਾ ਹੋਇਆ। ਨਹੀਂ ਨਹੀਂ ਅਸੀਂ 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 ਸਿਆਣੇ ਹੋ ਗਏ ਨਾ, ਤੇ ਦੁਨੀਆਂ ਛੋਟੀ ਲੱਗਣ ਲੱਗ ਪੈਂਦੀ ਆ ਸਾਨੂੰ। ਹਾਂਜੀ ਹਨਾ, ਅਸੀਂ ਜਿੱਦਣ ਅਸੀਂ ਸਾਡੇ ਚ ਗੜ ਸਾ ਗਏ ਨਾ, ਰੱਬ ਤਾਂ ਧਰਤੀ ਤੇ ਲਾ ਲੈਣਾ ਸੀ। ਆਹੋ ਇਹ ਤਾਂ ਹੈ। ਹਾਂ ਜਿਹੜੇ ਜਿਹੜੇ ਜਿਹੜਾ ਪੁਜਾਰੀ ਰੌਲਾ ਪਾਉਂਦਾ ਨਾ, ਸਾਡੇ ਤਾਂ ਪੈਰਾਂ ਚ ਬੈਠਾ ਹੋਣਾ, ਉਹ ਗੋਡੇ ਫੜ ਕੇ ਬੈਠਾ ਹੋਊਗਾ, ਜਾਣ ਦਿਓ ਛੱਡ ਦਿਓ ਸਾਨੂੰ ਮੈਨੂੰ। ਉਹ ਮੇਰਾ ਜਨਮ ਤਾਂ ਜੀ 83 ਦਾ, ਬਾਕੀ ਬਾਹਲਾ ਤਾਂ ਨੀ ਉਦੋਂ ਬਾਹਲਾ ਪਤਾ, ਜਿਉਂ ਜਿਉਂ ਸੁਰਤ ਸੰਭਾਲੀ ਤਾਂ ਪਤਾ ਲੱਗਿਆ ਘਰ ਸੀਗਾ ਮੇਨ ਅੱਡੇ ਜੀ। ਤੇ ਤੁਹਾਨੂੰ ਚੇਤੇ ਹੋਊ ਜਿੱਦੇ ਬੇਅੰਤ ਸਿੰਘ ਦੀ ਡੈਥ ਕੀਤੀ ਆ। ਹਾਂਜੀ। ਤੇ ਉੱਤੇ ਤਾਂ ਕਮਾਲ ਹੀ ਕਰ ਗਏ ਪੰਜਾਬੀ, ਮੈਂ ਇੰਨੀ ਦਾਰੂ ਪੀਤੀ ਉਹਦੇ, ਹਾ ਹਾ ਬਹੁਤ ਲੋਕਾਂ ਨੇ ਦਾਰੂ ਪੀਤੀ। ਉਹ ਭਾਪੇ ਹੋਣੀ ਵੀ ਸੀਗੇ, ਤਿੰਨ ਚਾਰ ਉਹਨਾਂ ਨੇ ਲਿਆ ਜੀ, ਕਹਿੰਦੇ ਅੱਜ ਤਾਂ ਪੀਣੀ ਆ, ਮਗਰ ਗੱਲ ਕੀ ਹੋਈ, ਕਹਿੰਦੇ ਟੀਵੀ ਲਾ ਸੇ ਤੀ, ਉਦੋਂ ਪੰਜਾਬੀ ਇੱਕ ਟੀਵੀ ਚੱਲਦਾ ਹੁੰਦਾ ਸੀ ਜਲੰਧਰ ਜਾਂ ਡੀ ਵਨ, ਕਹਿੰਦੇ ਖਬਰਾਂ ਸੁਣਨੀਆਂ ਤੜਕੇ 6-7 ਵਜੇ ਵਾਲੀਆਂ ਖਬਰਾਂ ਸੁਣ ਕੇ ਫਿਰ ਬੋਤਲਾਂ ਖੁੱਲੀਆਂ ਕੁਛ, ਬਹੁਤ ਕੁਰਬਾਨੀ ਵਾਲਾ ਕੰਮ ਮੈਂ ਕਿਹਾ ਵੀ ਹੋਇਆ ਉੱਥੇ। ਮਹਾਨ ਕੌਮ ਆ ਜੀ, ਮਹਾਨ ਕੌਮ। ਠੀਕ ਆ ਜੀ, ਥੈਂਕ ਯੂ ਜੀ। ਹੋਰ ਬਾਬੇ ਇੱਧਰ ਸਾਡੇ ਢੱਕਣ ਟੁੱਕਣ ਚੱਕ ਦਿੰਦੇ ਆ, ਗੜੇ ਵੀ ਪਵਾ ਗਏ ਜੀ, ਉਹ ਤਾਂ ਬੜੇ ਮਸ਼ਹੂਰ ਤੁਹਾਡੇ ਤੁਹਾਡੇ ਏਰੀਏ ਦੇ ਤਾਂ ਪਹਿਲਾਂ ਤੋਂ ਮਸ਼ਹੂਰ ਰਹੇ ਆ ਜੀ ਬਾਬੇ। ਹਾਂਜੀ ਇਹ ਤਾਂ ਸਾਡੇ ਦਾ ਮੇਨ ਕੰਮ ਸੀ, ਬਸ ਦੇਖ ਲੈ ਜਾਓ ਜਾ ਕੇ, ਕਿਤੇ ਮੀਂਹ ਪਵਾਉਣਾ ਤਾਂ ਵੀ ਦੇਖਣਾ ਪੈ ਜਾਂਦਾ ਸੀ। ਬਾਕੀ ਇੱਧਰ ਸਾਡੇ ਏਰੀਏ ਦਾ ਇੱਕ ਵੀਰਾ ਹੋਊਗਾ ਤੁਹਾਡੇ ਨਾਲ, ਉਹ ਕਈ ਵਾਰੀ ਗੱਲ ਕਰਦਾ ਹੁੰਦਾ ਜੀ। ਹਾਂਜੀ ਨਾਂ ਤਾਂ ਮੇਰੇ, ਬਾਕੀ ਤੁਹਾਡੇ ਨੂੰ ਪਹਿਲਾਂ ਦਾ ਬਲਜਿੰਦਰ ਭਾਜੀ ਦੇ ਵੱਧ ਫੈਨ ਸੀ, ਚਿੱਟੀ ਸ਼ੌਕ ਪਹਿਲਾਂ ਤੋਂ ਵੱਧ ਪ੍ਰੋਗਰਾਮ। ਹਾਂ ਪਹਿਲਾਂ ਚੰਗਾ ਲੱਗਦਾ ਸੀ, ਮਨਪ੍ਰੀਤ ਨੇ ਤਾਂ ਬਲਜਿੰਦਰ ਨੇ ਕੀਤਾ ਸੀ ਸ਼ੁਰੂ। ਠੀਕ ਹੈ ਜੀ। ਹੋਰ ਜੀ ਬਾਕੀ ਉਹ ਦਾ ਲਖਵੀਰ ਸਿੰਘ ਜੀ ਨੇ ਤਾਂ ਜਿਹੜੀਆਂ ਗੱਲਾਂ ਸੁਣਾਈਆਂ, ਬਸ ਉਹ ਤਾਂ ਦਿਮਾਗ ਹੀ ਖੋਲਣੀਆਂ। ਥੈਂਕ ਯੂ ਜੀ। ਠੀਕ ਹੈ ਜੀ, ਧੰਨਵਾਦ। ਧੰਨਵਾਦ ਜੀ। ਇੱਕ ਸਰੋਤੇ ਸਾਡੇ ਨਾਲ ਹੋ ਰਿਹਾ ਜੀ, ਤੁਸੀਂ ਆਉਣ ਰਹੋ ਨਹੀਂ ਜੀ, ਤੁਸੀਂ ਚਲ ਗਏ ਆ, ਧੰਨਵਾਦ ਤੁਹਾਡਾ ਟਾਈਮ ਸਿਰ ਜਾਣ ਲਈ। ਠੀਕ ਹੈ, ਦੋ ਵਾਰੀ ਕਾਲ ਆਈ ਸੀ, ਮੈਥੋਂ ਇਹ ਵੀ ਨਹੀਂ ਕਿਹਾ ਹੋਇਆ ਵੀ ਅਮਰੀਕਾ ਤੋਂ ਕਨੇਡਾ ਤੋਂ, ਹੁਣ ਲਿਸਟ ਤਾਂ ਭੇਜ ਦਿੱਤੀ ਉਹ ਆ ਸਾਨੂੰ ਵੀਰਾਂ ਨੇ, ਨਹੀਂ ਜੀ ਦੱਸ ਦਿੰਦੇ ਆਪਾਂ ਮੈਰੀਲੈਂਡ ਤੋਂ ਆ। ਠੀਕ ਹੈ, ਹਾਂਜੀ ਆਉਣੇ ਰਾ ਜੀ ਤੁਸੀਂ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਅਮਰੀਕਾ ਤੋਂ ਬੋਲਦਾ ਜੀ, ਤੇਜਵੰਤ ਮਾਨ ਜੀ। ਹਾਂਜੀ ਹਾਂਜੀ ਜੀ ਭਾਜੀ, ਪਹਿਲਾਂ ਤਾਂ ਇੱਕ ਨਾ ਵੀਰ ਨੇ ਵੀਡੀਓ ਪਾਈ ਜਿਹੜੀ ਕੈਨੇਡਾ ਵਿੱਚ ਜੋ ਵੀ ਇੰਸੀਡੈਂਟ ਹੋਇਆ ਨਾ, ਬੜੀ ਸੋਹਣੀ ਵਧੀਆ ਲੱਗੀ ਵੀਡੀਓ, ਸ਼ਾਇਦ ਤੁਸੀਂ ਸੁਣੀ ਹੋਵੇ ਜਾਂ ਨਹੀਂ। ਉਹਨੇ ਸਾਰੇ ਜਿੰਨੇ ਨੌਜਵਾਨ ਹੋਏ ਆ ਭਾਈ ਰਣਜੀਤ ਸਿੰਘ ਹੋਣਾ ਦੇ, ਹਾਂਜੀ ਉਹ ਸਾਰੀ ਡਿਟੇਲ ਦੇ ਵਿੱਚ ਦੱਸਿਆ ਵੀ ਕਿਸੇ ਦੇ ਵਿੱਚ ਇਹਨਾਂ ਨੂੰ ਕੁਛ ਨੀ ਲੱਭਿਆ, ਤੇ ਲਾਸਟ ਦੇ ਵਿੱਚ ਆਣ ਕੇ ਇੱਕ ਉਹ ਮੁੱਦਾ ਜਿਹੜਾ ਉਹਨਾਂ ਨੇ ਭਾਈ ਸਾਹਿਬ ਨੇ ਗੱਲ ਕਹੀ ਸੀ ਕਿ ਇੱਕ ਕਹਾਵਤ ਆ ਲੈ ਕੇ ਲੋਕੀ ਲੌਂਗ ਟਾਈਮ ਤੋਂ ਇਹ ਚੀਜ਼ ਨੂੰ ਯੂਜ਼ ਕਰ ਰਹੇ ਹਨਾ। ਹਾਂਜੀ ਹਾਂਜੀ, ਉਹ ਹੈ ਦੂਜੀ ਨਾ ਜੀ, ਇੱਕ ਮੈਂ ਤੁਹਾਡੇ ਨਾਲ ਆਪਣੀ ਘਰ ਦੀ ਗੱਲ ਕਰਨਾ ਸ਼ੇਅਰ ਕਰਨਾ ਚਾਹੁੰਦਾ ਜੀ। ਅੱਜ ਨਾ ਜੀ 10-8-9 ਸਾਲ ਪਹਿਲਾਂ ਦੀ ਗੱਲ ਆ, ਜਦੋਂ ਭਾਈ ਸਾਹਿਬ ਬੋਲਦੇ ਹੁੰਦੇ ਸੀ ਨਾ ਜੀ, ਉਦੋਂ ਬੋਲੀ ਥੋੜੀ ਡਿਫਰੈਂਟ ਸੀ, ਪਰ ਮੇਰੇ ਬ੍ਰਦਰ ਨੇ ਇੱਕ ਵਰਡਿੰਗ ਕਹੀ, ਕਹਿੰਦਾ ਜਿੱਦਣ ਇਹਨਾਂ ਦੀ ਬੋਲੀ ਗੁਰੂ ਵਾਲੇ ਪਾਸੇ ਤੁਰ ਪਈ ਨਾ, ਇਹਨਾਂ ਨੂੰ ਰੋਕਣ ਵਾਲਾ ਕੋਈ ਨੀ ਹੋਊਗਾ ਜੀ। ਤੇ ਉਹ ਸੱਚੀ ਜੀ, ਅਸੀਂ ਪਿਛਲੇ 5-7 ਸਾਲ ਤੋਂ ਇਹੋ ਚੀਜ਼ ਨੋਟ ਕਰ ਰਹੇ ਹਾਂ ਜੀ, ਹੁਣ ਕੋਈ ਜਵਾਬ ਹੀ ਨੀ ਜੀ ਉਸ ਚੀਜ਼ ਦਾ। ਜੇ ਅਸੀਂ ਮੈਂ
ਇਤਿਹਾਸ ਦੇਖਿਆ ਵੀਡੀਓ ਕਿਤਾਬਾਂ ਜੋ ਕੁਛ ਅੱਜ ਸਾਡੇ ਸਾਹਮਣੇ ਆ ਜਾਣੀ ਓਹਦੇ ਚ ਨੀ ਸਾਨੂੰ ਬਦਲ ਇਹਨਾਂ ਦੀ ਮਿਲ ਰਹੀ ਹੈਨਾ ਬਿਲਕੁਲ ਬਿਲਕੁਲ ਜੀ ਪੂਰਾ ਪੂਰਾ ਦੇਖ ਲੋ ਜੀ ਪਿਛਲੀ ਹਿਸਟਰੀ ਦੇਖ ਲੋ ਕਈ ਲੋਕ ਅਸੀਂ ਨੋਟ ਕਰਦੇ ਰਹੇ ਹਾਂ ਕਿ ਕਈ ਲੋਕ ਸਾਨੂੰ ਲੱਗਦਾ ਸੀ ਤੁਰ ਪਏ ਨੇ ਇੱਧਰ ਨੂੰ ਹਨਾ ਪਰ ਫੇਰ ਉਹਨਾਂ ਦੀ ਬੋਲੀ ਦੇ ਵਿੱਚ ਉਹ ਚੀਜ਼ ਆ ਜਾਂਦੀ ਸੀ ਕਿ ਲੱਗਦਾ ਸੀ ਨਹੀਂ ਯਾਰ ਇਹ ਫਿਰ ਖੜ ਗਏ ਨੇ ਲੋਕ ਪਰ ਭਾਈ ਸਾਹਿਬ ਦੇ ਨਾਲ ਲੱਗ ਕੇ ਐਂ ਲੱਗਦਾ ਵੀ ਅਸੀਂ ਇਹਨਾਂ ਦੇ ਨਾਲ ਰੁਚੀ ਮੁੱਚੀ ਜਿਵੇਂ ਕਹਿ ਲੋ ਦਿਲੋਂ ਲਗਾਵ ਹੋ ਗਿਆ ਜੀ ਮੈਂ ਬੇਸਿਕਲੀ ਗੁਰਦਾਸਪੁਰ ਤੋਂ ਹਾਂ ਜੀ ਪੰਜਾਬ ਤੋਂ ਗੁਰਦਾਸਪੁਰ ਚ ਬਹੁਤ ਸਿਆਣੇ ਸਿਆਣੇ ਲੋਕ ਹੈਗੇ ਆ ਜੀ ਮਾਝਾ ਬਦਲ ਰਿਹਾ ਜੀ ਮਾਝਾ ਬਦਲ ਰਿਹਾ ਹਾਂਜੀ ਇੱਕ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਮੈਂ ਨਾ ਚਲੋ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਜੀ ਮੈਂ ਗੁਰਬਖਸ਼ ਸਿੰਘ ਕਾਲੇਵਾਨੇ ਸਾਹਿਬ ਦਾ ਮੇਰੇ ਮਾਮਾ ਜੀ ਦੇ ਮਤਲਬ ਮੇਰੇ ਫਾਦਰ ਸਾਹਿਬ ਦੇ ਮਾਮਾ ਜੀ ਸਕੇ ਮਾਮਾ ਜੀ ਉਹਨਾਂ ਦੀਆਂ ਗੱਲਾਂ ਗੁੱਲਾਂ ਸੁਣ ਕੇ ਥੋੜਾ ਜਿਹਾ ਨਾ ਪਹਿਲਾਂ ਸੋਚਣ ਨੂੰ ਦਿਲ ਕੀਤਾ ਫਿਰ ਸੋਚਣ ਤੋਂ ਬਾਅਦ ਚ ਸੋਚ ਬਦਲੀ ਜਿਵੇਂ ਕਹਿ ਲੋ ਉਧਰੋਂ ਢਾਡੀਆਂ ਸੁਣੀ ਦਾ ਹੁਣ ਤਾਂ ਐ ਲੱਗਦਾ ਵੀ ਅਸੀਂ ਆਜ਼ਾਦ ਹੋ ਗਏ ਪਹਿਲਾਂ ਕੁਛ ਗੱਲਾਂ ਤੋਂ ਅਸੀਂ ਗੱਲਾਂ ਵੀ ਮਹਿਸੂਸ ਕਰਦੇ ਰਹੇ ਹਾਂ ਵੀ ਆਹ ਵੀ ਸਟੋਰੀਆਂ ਆ ਜਾਣੀਆਂ ਕਦੀ ਕਿਸੇ ਦੀਆਂ ਜਦੋਂ ਤੁਹਾਡੀਆਂ ਗੱਲਾਂ ਸੁਣੀਆਂ ਫਿਰ ਐਂ ਲੱਗਦਾ ਜਿਵੇਂ ਆਜ਼ਾਦ ਹੋ ਗਏ ਇੱਕ ਨਾ ਜੀ ਮੈਂ ਬੜਾ ਲੌਂਗ ਟਾਈਮ ਪਹਿਲਾਂ ਜੇ ਤੁਸੀਂ ਕਨਫਰਮ ਕਰੋਗੇ ਆਰਟੀਕਲ ਏਅਰ ਸਪੋਕਸਮੈਨ ਤੇ ਛਪਿਆ ਸੀ ਬੜਾ ਵੱਡਾ ਆਰਟੀਕਲ ਸੀ ਉਹਦੇ ਵਿੱਚ ਨਾ ਇੱਕ ਆਈ ਪੀ ਐਸ ਅਫਸਰ ਨੇ ਇਹ ਗੱਲ ਉਹ ਆਰਟੀਕਲ ਉਹਦੀ ਬੁੱਕ ਚੋਂ ਲਿਖਿਆ ਗਿਆ ਸੀ ਕਿ ਮੇਰੀ ਬਦਲੀ ਕਿਉਂ ਕੀਤੀ ਸੀ ਇੱਕ ਵਾਰੀ ਨਾ ਜੀ ਅਸਲਾ ਫੜਿਆ ਗਿਆ ਸੀ ਉੱਥੇ ਫਿਰੋਜ਼ਪੁਰ ਦੇ ਵਿੱਚ 84 ਤੋਂ ਪਹਿਲਾਂ ਦੀ ਗੱਲ ਆ ਜਦੋਂ ਦਰਬਾਰ ਸਾਹਿਬ ਦੇ ਅਟੈਕ ਤੋਂ ਪਹਿਲਾਂ ਦੀ ਗੱਲ ਸੀ ਸ਼ਾਇਦ ਤੁਸੀਂ ਗੱਲ ਪਤਾ ਨੀ ਮੈਨੂੰ ਤੁਸੀਂ ਗੱਲ ਕਦੀ ਜ਼ਿਕਰ ਕੀਤਾ ਕਿ ਨਹੀਂ ਕੀਤਾ ਤੇ ਉਸ ਅਸਲੇ ਦੀ ਉਹਨੇ ਉਹ ਆਈ ਪੀ ਐਸ ਆਫਿਸਰ ਉਦੋਂ ਐਸ ਐਸ ਪੀ ਸੀ ਉਸ ਇਲਾਕੇ ਦੇ ਵਿੱਚ ਹਾਂਜੀ ਸਾਰੀ ਅਪਰੋਚ ਉਹਨਾਂ ਤੱਕ ਪਹੁੰਚੀ ਸਾਰਾ ਕੁਛ ਉਹਨਾਂ ਕੋਲ ਪਹੁੰਚਿਆ ਤੁਸੀਂ ਬਿਲੀਵ ਕਰਿਓ ਜੀ ਉਹਨੇ ਆਪਣੀ ਬੁੱਕ ਦੇ ਵਿੱਚ ਲਿਖਿਆ ਹੈ ਕਿ ਰਾਤੋ ਰਾਤ ਸਾਰੇ ਡਿਪਾਰਟਮੈਂਟ ਦੀ ਬਦਲੀ ਕਿ ਈਵਨ ਐਸ ਐਚ ਓ ਡੀ ਐਸ ਪੀ ਐਸ ਐਸ ਪੀ ਸਾਰੇ ਬਦਲ ਦਿੱਤੇ ਗਏ ਤੇ ਰਾਤੋ ਰਾਤ ਉਹ ਅਸਲਾ ਪੁਲਿਸ ਦੀ ਸਿਕਿਉਰਿਟੀ ਦੇ ਵਿੱਚ ਦਰਬਾਰ ਸਾਹਿਬ ਆਇਆ ਜੀ ਤੁਸੀਂ ਆਰਟੀਕਲ ਬੇਸ਼ੱਕ ਤੁਸੀਂ ਮੈਨੂੰ ਤਾਂ ਸ਼ਾਇਦ ਯਾਦ ਨੀ ਹੋਊਗਾ ਜੀ ਮੈਂ ਕਿਉਂਕਿ ਮੇਰੇ ਫਾਦਰ ਸਾਹਿਬ ਮਤਲਬ ਕਿ ਉਹ ਪੜ੍ਹ ਕੇ ਦਿਖਾਉਂਦੇ ਰਹੇ ਵੀ ਆਹ ਦੇਖੋ ਕੀ ਹਾਲਾਤ ਹੁੰਦੇ ਉਦੋਂ ਅਸੀਂ ਇੰਨਾ ਗੌਰ ਨਹੀਂ ਕਰੀਦਾ ਪਰ ਮੈਨੂੰ ਉਹ ਸਟੋਰੀ ਸਾਰੀ ਯਾਦ ਆ ਜੀ ਬੜੀਆਂ ਗੰਦੀਆਂ ਕਹਾਣੀਆਂ ਗੰਦੀਆਂ ਸਟੋਰੀਆਂ ਗੰਦਾ ਗੰਦਾ ਇਤਿਹਾਸ ਜਿਹੜਾ ਸਾਡੇ ਪਿੱਛੇ ਪਿਆ ਆ ਜੀ ਜਿਹੜਾ ਜਿਹੜਾ ਮੰਗਦਾ ਆ ਇਸ ਗੱਲ ਦੀ ਲੋੜ ਆ ਭਈ ਉਹਦੀ ਪੜਚੋਲ ਕੀਤੀ ਜਾਵੇ ਉਹਦੇ ਬਾਰੇ ਵਿਚਾਰਾਂ ਹੋਣ ਭਈ ਕਿੱਦਾਂ ਹੋਇਆ ਕੌਣ ਜ਼ਿੰਮੇਵਾਰ ਸੀ ਅਸੀਂ ਤਾਂ ਉਹਨਾਂ ਨੂੰ ਬ੍ਰਹਮ ਗਿਆਨੀ ਬਣਾ ਕੇ ਲੀਡਰ ਮਹਾਨ ਬਣਾ ਕੇ ਇਨਕਲਾਬੀ ਬਣਾ ਕੇ ਇੱਦਾਂ ਸਿਰਾਂ ਤੇ ਬਿਠਾ ਲਿਆ ਹੁਣ ਤਾਂ ਕਹਿਣ ਲੱਗ ਪਿਆ ਭਈ ਭਿੰਡਰਾਂ ਵਾਲਾ ਉੱਡਦਾ ਵੀ ਸੀਗਾ ਹਾਂਜੀ ਹਾਂਜੀ ਤੁਸੀਂ ਇੱਕ ਗੱਲ ਸੋਚੋ ਉਹਨਾਂ ਨੂੰ ਜੇ ਮੰਨ ਲਓ ਵੀ ਚਲੋ ਸਰਕਾਰ ਦੀ ਸ਼ਾਹ ਜੀ ਦਰਬਾਰ ਸਾਹਿਬ ਦੇ ਵਿੱਚ ਰਿਸੀਵ ਕਰਨ ਵਾਲਾ ਕੌਣ ਸੀ ਉੱਥੇ ਕੋਈ ਨਾ ਕੋਈ ਤਾਂ ਹੈ ਨਾ ਵੀ ਤੁਸੀਂ ਹਾਂਜੀ ਇਹ ਮਤਲਬ ਇਹ ਗੱਲਾਂ ਜੇ ਨਾ ਇਹ ਆਰਟੀਕਲ ਛਪੇ ਇਹ ਇਸ ਤਰ੍ਹਾਂ ਨੀ ਗਾ ਬੰਦੇ ਨੇ ਆਪਣਾ ਫੋਨ ਨੰਬਰ ਪਾਇਆ ਸੀ ਉਹਨੇ ਬੁੱਕ ਉਹ ਬਿਹਾਰ ਦਾ ਸੀ ਕੋਈ ਆਈ ਪੀ ਐਸ ਅਫਸਰ ਜੀ ਉਹਨੇ ਪੂਰੀ ਆਪਣੀ ਡਿਟੇਲ ਦਿੱਤੀ ਸੀ ਮੈਂ ਉਦੋਂ ਸੱਚੀ ਮੁੱਚੀ ਪੜਿਆ ਸੀ ਮੈਨੂੰ ਹੁਣ ਯਾਦ ਵੀ ਨੀ ਕਦੋਂ ਪਰ ਤੁਸੀਂ ਜੇ ਰੋਜ਼ਾਨਾ ਸਪੋਕਸਮੈਨ ਨੂੰ ਕੰਟੈਕਟ ਕਰੋ ਨਾ ਤੁਹਾਨੂੰ ਉਹ ਆਰਟੀਕਲ ਦਾ ਹਵਾਲਾ ਦੇ ਸਕਦੇ ਆ ਪੂਰਾ ਵੀ ਉਹਦੇ ਕੀ ਕਹਾਣੀ ਬਣਾਈ ਸੀ ਉਹਦੇ ਵਿੱਚ ਨਹੀਂ ਮੇਰੇ ਮੈਨੂੰ ਯਾਦ ਨੀ ਪਰ ਕੋਈ ਨੀ ਲੱਭ ਲਾਂਗੇ ਜੀ ਹਾਂਜੀ ਹਾਂਜੀ ਬਾਕੀ ਭਾਜੀ ਤੁਹਾਡੇ ਬਿਗ ਸਪੋਰਟਰ ਹੈ ਜੀ ਇੱਥੇ ਮੈਂ ਕੈਲੀਫੋਰਨੀਆ ਲਾਸ ਏਂਜਲਸ ਤੋਂ ਬੋਲਦਾ ਜੀ ਤੇ 24 ਘੰਟੇ ਮੈਂ ਸੱਚੀ ਮੁੱਚੀ ਤੁਹਾਡਾ ਹੁਣ ਰੇਡੀਓ ਸੁਣਨਾ ਸ਼ੁਰੂ ਕੀਤਾ ਮੈਨੂੰ ਇਹ ਲੱਗਦਾ ਕਿ ਮੈਂ ਮੇਰੀ ਸੋਚ ਤੁਹਾਡੇ ਵਰਗੀ ਸੀ ਪਰ ਉਹਦੇ ਚੀਜ਼ਾਂ ਜਿਹੜੀਆਂ ਆਪਾਂ ਭੱਜੇ ਫਿਰਦੇ ਸੀ ਉਹ ਸਾਨੂੰ ਤੁਹਾਡੇ ਤੋਂ ਮਿਲ ਗਈ ਥੈਂਕ ਯੂ ਜੀ ਥੈਂਕ ਯੂ ਓਕੇ ਭਾਜੀ ਥੈਂਕ ਯੂ ਜੀ ਧੰਨਵਾਦ ਜੀ ਤੇ ਆਪਾਂ 7:25 ਹੋ ਗਿਆ ਜੀ ਸਾਨੂੰ ਜੀ 1:25 ਹੋ ਗਿਆ ਇੱਥੇ ਬੈਠਿਆਂ ਨੂੰ ਤੇ ਆਪਾਂ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ
ਹਾਂਜੀ।